ਦੇ 10 ਤੋਂ 11 ਅਸ਼ੋਕ ਵਿਦ ਡਾਕਟਰ ਰਾਜ ਬੈਂਜ ਦਿਨ ਆ ਯੂ نو ਜਦ ਮੇਰਾ ਕਿ ਮੰਦੇ ਰਾਤੀ ਵੀ ਸ਼ੋਅ ਹੁੰਦਾ ਮੈਂ ਸਾਰੇ ਲੋਕਾਂ ਨੂੰ ਕਹਿੰਦਾ ਕਿ ਪਲੀਜ਼ ਸਪੋਰਟ ਕਰਿਆ ਕਰੋ ਮੇਰਾ ਸ਼ੋਅ ਦੇਖਿਆ ਕਰੋ ਐਜੂਕੇਸ਼ਨਲ ਇਨਫੋਰਮੇਟਿਵ ਹੁੰਦਾ ਐ ਸ਼ੋਅ 'ਚ ਮੈਂ ਕਦੇ ਨਹੀਂ ਲੋਕਾਂ ਨੂੰ ਕਹਿੰਦਾ ਕਿ ਤੁਸੀਂ ਦੇਖਿਆ ਕਰੋ ਕਿਉਂਕਿ ਤੁਸੀਂ ਮਜਬੂਰ ਹੋ ਤੁਹਾਨੂੰ ਦੇਖਣਾ ਹੀ ਪੈਂਦਾ ਹੈਗਾ ਮੈਂ ਨਹੀਂ ਕਹਿੰਦਾ ਕਿ ਮੈਨੂੰ ਖੁਸ਼ੀ ਹੁੰਦੀ ਤੁਸੀਂ ਬਿਮਾਰ ਹੋ ਬੜੀ ਮਦਦ ਹੈ ਡਾਕਟਰ ਰਾਜ ਜਾਨ ਕੇ ਤੁਹਾਡੀ ਗੱਲ ਕਰਦੇ ਆ ਵਾਂਟ ਟੂ ਵਨ ਕੰਸਲਟੇਸ਼ਨ ਦੇਂਦ ਨੇ ਹਰ ਤਰ੍ਹਾਂ ਦਾ ਤੁਹਾਡਾ ਗੱਲਾਂ ਬੱਤਾ ਕਰਕੇ ਤੁਹਾਡਾ ਲਾਜ ਤੁਹਾਡੀ ਕਨਸੈਂਟ੍ਰੇਸ਼ਨ ਕਰਕੇ ਕੁਝ ਨਾ ਕੁਝ ਜਾਰੀ ਕਰਦੇ ਨੇ ਤੇ which is so nice ਬੜੇ ਜੁੜਦੇ ਹੋ ਤੁਸੀਂ ਹਮੇਸ਼ਾ ਦੀ ਤਰ੍ਹਾਂ ਮੈਂ ਫੇਰ ਯਾਦ ਕਰਾਉਂਗਾ ਪਲੀਜ਼ ਜਦੋਂ ਤੁਸੀਂ ਕਾਲ ਕਰਨਾ ਬਹੁਤੀ ਦੇਰ ਦਾ ਛੱਡਿਆ ਕਰੋ ਕਈ ਵਾਰ ਥੋੜੇ ਕਾਲਿੰਗ ਦੇ ਕਈ ਵਾਰ ਬਹੁਤ ਜ਼ਿਆਦਾ ਆਉਂਦੇ ਅਸੀਂ ਸਾਰੇ ਕਾਲ ਨਹੀਂ ਲੈ ਪਾਉਂਦੇ ਫਿਰ ਲੋਕੀ ਗਿਲਾ ਕਰਦੇ ਨੇ ਕਿ ਮੈਂ ਟ੍ਰਾਈ ਕੀਤਾ ਲੱਗਿਆ ਨਹੀਂ ਸ਼ੁਰੂ ਤੋਂ ਤੁਸੀਂ ਸਾਡੀ ਗੱਲਾਂ ਦਾ ਨਾ ਵੇਟ ਕਰਿਆ ਕਰੋ ਕਿਉਂਕਿ ਅਚਤਦੁੱਦ ਦੀਆਂ ਗੱਲਾਂ ਡਿਸਕਸ ਕਰਦੇ ਹੁਣੇ ਬਿਮਾਰੀਆਂ 012155111001 ਤੇ ਕਾਲ ਕਰੋ ਸਟਾਰ ਡਾਰਲਿੰਗ ਜਦੋਂ ਵੀ ਤੁਸੀਂ ਕਿਸੇ ਵੀ ਤਰ੍ਹਾਂ ਦੇ ਬਿਮਾਰੀ ਛੋਟੀ ਮੋਟੀ ਆਪਣੇ ਦਿਲ ਨੂੰ ਦਸਲੀ ਤਬ ਉਹ ਸ਼ਾਂਤੀ ਲਵੋ ਕਿ ਹਾਂ ਜਦੋਂ ਡਾਕਟਰ ਗੱਲ ਹੁੰਦੇ ਨਾ ਬੰਦ ਨੂੰ ਪਤਾ ਲੱਗ ਜਾਂਦਾ ਕਿ ਯਾ ਠੀਕ ਹੈ ਮਨੂੰ ਜੋ ਮਨੂੰ ਸ਼ੱਕ ਸੀ ਮਨੂੰ ਬਿਮਾਰੀ ਨਹੀਂ ਹੈ ਜਦੋਂ ਡਾਕਟਰ ਜੀ ਸਵਾਗਤ ਕਰਕੇ ਅਸੀਂ ਛੋਗੇ ਲੱਕਦਰ ਨੇ ਡਾਕਟਰ ਜੀ ਬਾਜ ਜੀ ਦਾ ਖਾਲਸਾ ਬਾਜ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮੇਸ਼ਾ ਜੀ ਸਤਿ ਸ਼੍ਰੀ ਅਕਾਲ ਤੁਹਾਡੀ ਹਾਲਤ ਬਹੁਤ ਵਧੀਆ ਜੀ ਹਮੇਸ਼ਾ ਤਰ੍ਹਾਂ ਬਹੁਤ ਵਧੀਆ ਕਹਿਣਾ ਚਾਹੀਦਾ ਆ ਮੇ ਨਾਮ ਵੀ ਹੋਵੇ ਫਿਰ ਬਹੁਤ ਵਧੀਆ ਕਹਿ ਦੇਈਦਾ ਤੇ ਪਹਿਲਾਂ ਮੈਂ ਕਹਿ ਦਿੰਦਾ ਭਈ ਪਿਛਲੇ ਹਫਤੇ ਮੈਂ ਛੁੱਟੀ ਕੀਤੀ ਹੋ ਸੀ ਸੋ ਜਿਨ੍ਹਾਂ ਦੇ ਵੀ ਕਾਲ ਨਹੀਂ ਲੈ ਸਕੇ ਹੈਗੇ ਉਹਨਾਂ ਤੋਂ ਮਾਫੀ ਚਾਹੁੰਦੇ ਆ ਤੇ ਉਹ ਜਰੂਰ ਇਸ ਹਫਤੇ ਫੋਨ ਕਰ ਲੈਣ ਜੀ ਬਿਲਕੁਲ ਦੇਖੋ ਡਾਕਟਰ ਦੇਖੋ ਬੜਾ ਖਿਆਲ ਰੱਖਦੇ ਹੋ ਨੇ ਓਨੈਸਟੀ ਕਿਉਂਕਿ ਜਦ ਦੇਖੋ ਇਨਸਾਨ ਨੂੰ ਕੰਮ ਕਰਦਾ ਛੁੱਟੀਆਂ ਬਹੁਤ ਬਹੁਤ ਇੰਪੋਰਟੈਂਟ ਹੁੰਦੀਆਂ ਨੇ ਆਪਣੇ ਬੋਡੀ ਨੂੰ ਡੀਟੌਕਸ ਹੁੰਦੀ ਹੈ ਉਹਨੂੰ ਰਿਲੈਕਸ ਹੁੰਦਾ ਫਿਰ ਬਹੁਤ ਸਾਰੇ ਕਿ ਤੁਸੀਂ ਦੂਗਣ ਕੰਮ ਕਰਦੇ ਹੋ ਸੋ ਕਾਲ ਕਰੋ ਕਿਸੇ ਵੀ ਤਰ੍ਹਾਂ ਦੀ ਗੱਲ ਹੈ ਹੀ ਇਸ ਬੈਕ ਨਾਊ ਟੂ ਵਰਕ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਗੱਲ ਕਰ ਸਕਦੇ ਹੋ ਡਾਕਟਰ ਜੀ ਵਾਪਸ ਆਉਂਦੇ ਬੈਠ ਕੇ ਚਾਰ ਪੰਜ ਮਿਸ਼ਰ ਸਵਾਲ ਹੁੰਦੇ ਨੇ ਕਿ ਅੰਦਰ ਦਿਮਾਗ ਚੱਲਦਾ ਰਹਿੰਦਾ ਹੈ ਇੱਕ ਨਾ ਮੇਰਾ ਤੁਸੀਂ ਮੈਨੂੰ ਦੱਸਿਓ ਪਲੀਜ਼ ਮੇਰੀ ਮੇਰੀ ਸੋਚ ਬੜੀ ਹੋਰ ਤਰ੍ਹਾਂ ਦੀ ਹੈ ਦੁੱਝੇ ਤੋਂ ਦੇਖ ਦੁੱਝੇ ਦਾ ਹਾਲ ਪੁੱਛਦੇ ਨਾ ਇਟਸ ਲਾਈਕ ਮੈਡੀਸਨ ਹਾਂ ਇਟ ਵਰਕਸ ਦੈਟਸ ਰਾਈਟ ਕਿ ਯਾਰ ਬੰਦੇ ਨੇ ਮੇਰੇ ਤੁਸੀਂ ਹਾਲ ਪੁੱਛਿਆ ਦਿਲੋਂ ਪੁੱਛਿਆ ਪਤਾ ਪਤਾ ਲੱਗ ਜਾਂਦਾ ਕਿ ਕਿੱਦਾਂ ਕੀ ਹੈਗਾ ਹਾਂ ਹਾਂਜੀ ਹਾਂਜੀ ਬਸ ਦੂਜੀ ਗੱਲ ਅਗਰ ਤੁਸੀਂ ਬੰਦੇ ਨੂੰ ਦੇਖਦੇ ਹੋ ਕੋਈ ਬੰਦਾ ਕੋਈ ਜਾਂਦਾ ਕਈ ਬੰਦੇ ਆਪਣਾ ਖਿਆਲ ਨਹੀਂ ਕਰਦੇ ਆਮ ਸੌਰੀ ਬਲੇ ਲੋਕ ਆਗੇ ਨੇ ਅਸੀਂ ਥੋੜੇ ਬਹੁਤੀ ਹੋਰ ਗੱਲ ਕਰਦੇ ਸੀ ਟਾਈਮ ਦੇ ਕਈ ਬੰਦੇ ਘੜੀ ਨਹੀਂ ਚੇਂਜ ਕਰਦੇ ਕਿਉਂਕਿ ਕਹਿੰਦੇ ਹੁਣ ਦੋ ਮਹੀਨਿਆਂ ਨੂੰ ਟਾਈਮ ਚਾਹੀਜਾ ਜਦੋਂ ਉਹ ਪੁਰਾਣੀ ਚੱਲੀ ਜਾਂਦੋ ਜਿਨੋਏ ਜਿਹੜਾ ਲੇਜ਼ੀਨੈਸ ਹੈ ਕਹਿੰਦਾ ਮੈਨੂੰ ਬੜਾ ਚੁੱਬਦਾ ਹੈ ਚੀਜ਼ਾਂ ਦੇ ਵਿੱਚ ਐਕਟਿਵ ਰੋ ਹੋ ਕੁਝ ਕਰੋ ਅਗਰ ਡਾਕਟਰ ਜੀ ਚਲੇ ਬੰਦੇ ਆਪਣੇ ਆਪ ਨੂੰ ਐਫਰਟ ਕਰਦੇ ਨੇ ਤੁਸੀਂ ਕਿਹਨਾਂ ਸਮਾਲਲੀ ਸੂਟ ਪਾ ਕੇ ਆਏ ਹੋ ਪ੍ਰੋਪਰ ਪ੍ਰੈਜ਼ੈਂਟੇਬਲ ਬਲਕੇ ਤੇ ਉਹ ਜੋ ਤੁਸੀਂ ਬੰਦਾ ਔਰਤ ਹੋਵੇ ਤੇ ਹੋਵੇ ਨੋ ਹੋਵੇ ਤੁਹਾਡਾ ਕੁਝ ਵੀ ਹੋਵੇ ਆਦਮੀ ਹੋਵੇ ਹਸਬੰਡ ਹੋਵੇ ਭਰਾ ਹੋਵੇ ਤੁਸੀਂ ਉਹਨੂੰ ਕੰਪਲੀਮੈਂਟ ਦਿਵੋ ਹਾਂਜੀ ਬਿਸ਼ਪ ਕੰਪਲੀਮੈਂਟ ਦਬੋ ਯਾਰ ਯੂ ਲੁਕਿੰਗ ਨਾਈਸ ਉਹ ਬੰਦਾ ਤਾਂ ਇਨਕਰੇਜਮੈਂਟ ਦਾ ਉੱਠਦਾ ਆ ਬਿਲਕੁਲ ਬਿਲਕੁਲ ਉਹ ਫਿਰ ਕੱਲ ਫੇਰ ਐਫਰਟ ਕਰੇਗਾ ਪਰसों ਫੇਰ ਕਰੇਗਾ ਦੈਟਸ ਰਾਈਟ ਦੈਟਸ ਰਾਈਟ ਹਾਂਜੀ ਜੇ ਇਨਕਰੇਜਮੈਂਟ ਇੱਕ ਬਹੁਤ ਵੱਡੀ ਚੀਜ਼ ਹੈ ਬਹੁਤ ਵੱਡੀ ਚੀਜ਼ ਹੈ ਜੁਦਾ ਦੇਣਾ ਕਿਸੇ ਨੂੰ ਇਸੇ ਤਰ੍ਹਾਂ ਜਿੱਦਾਂ ਸਕੂਲੇ ਵਿੱਚ ਬੱਚੇ ਪੜ੍ਹਦੇ ਆ ਉਹਨਾਂ ਨੂੰ ਕਈ ਵਾਰੀ ਟੀਚਰ ਡਾਂਡ ਦਿੰਦੇ ਆ ਹਨਾ ਤੇ ਉਹਨਾਂ ਨੂੰ ਖਿਜਦੇ ਆ ਉਹ ਉਹਨਾਂ ਜਿਹੜਾ ਹੌਸਲਾ ਘਟ ਜਾਂਦਾ ਬੱਚੇ ਦਾ ਬਿਲਕੁਲ ਜੇ ਤੁਸੀਂ ਉਹਦੇ ਬਾਲੀ ਨੁਕਸਾਂ ਨਾ ਕੱਢੋ ਬੱਚੇ ਦੀਆਂ ਪਰ ਉਹ ਜਿਹੜੀ ਵੀ ਕੋਈ ਚੀਜ਼ ਵਧੀਆ ਕਰਦਾ ਉਹਦੇ ਨੂੰ ਇਨਕਰੇਜਮੈਂਟ ਦਿਓ ਉਹਨੂੰ ਇਹ ਆ ਚੀਜ਼ ਨੇ ਵਧੀਆ ਕੀਤੀ ਬਈ ਉਹਦਾ ਹੌਸਲਾ ਉੱਨਾ ਵਧੇਗਾ ਹਾਂਜੀ ਤੇ ਉੱਨਾ ਹੀ ਉਹ ਉਹਦਾ ਪੜ੍ਹਾਈ ਵਧੀਆ ਹੋਏਗੀ ਪਰ ਜੇ ਤੁਸੀਂ ਉਹਨੂੰ ਹਰ ਵੇਲੇ ਨੈਗੇਟਿਵ ਕਮੈਂਟ ਦਿੰਨੇ ਆ ਤਾਂ ਉਹ ਜਿਹੜੀ ਕੰਸੈਂਟਰੇਸ਼ਨ ਲੂਜ਼ ਹੋ ਜਾਂਦਾ ਹੈ ਮੈਂ ਐਗਰੀ ਕਰਦਾ ਬਹੁਤ ਫਰਕ ਪੈ ਜਾਂਦਾ ਹੈ ਮੈਂ ਜਦੋਂ ਇਹ ਗੱਲ ਕਰਦਾ ਕਦੇ ਬੇਸ਼ੱਕ ਜਦ ਵੀ ਅੱਜ ਦੇ ਜ਼ਿਕਰ ਅਸੀਂ ਕਰਦੇ ਆ ਨਾ ਮੇਰੇ ਇੱਕ ਦਿਮਾਗ 'ਚ ਗੱਲ ਆ ਜਾਂਦੀ ਹੈ ਕਿਉਂਕਿ ਬੜੇ ਸਾਲ ਹੋ ਗਿਆ ਅਮਰੀਕਾ ਮੈਂ ਗਿਆ ਸੀ ਡੋਲਫਿਨ ਦਾ ਉੱਥੇ ਸ਼ੋਅ ਕਰਦੇ ਹੁੰਦੇ ਨੇ ਅਕੁਏਰੀਅਮ ਉਹਦਾ ਬੜਾ ਵੱਡਾ ਜਗ੍ਹਾ ਹੁੰਦੀ ਹੈ ਤੇ ਉਹ ਬੜਾ ਸਟੰਟ ਵਗੈਰਾ ਕਰਦੇ ਆ ਦੌੜਦੀਆਂ ਸਪੀਡ ਜਾਂਦੀ ਹੈ ਉੱਪਰ ਜਾਂਦੀ ਹੈ ਫਿਰ ਥੱਲੇ ਆਉਂਦੇ ਆ ਉਹ ਜਦੋਂ ਸਾਰਾ ਸਟੰਟ ਕਰਕੇ ਜਦੋਂ ਉਹਦਾ ਟ੍ਰੇਨਰ ਹੁੰਦਾ ਨਾ ਉੱਤੇ ਉਹ ਬਾਹਰ ਖੜਾ ਹੁੰਦਾ ਤੇ ਉਹਦੀ ਕੋਲ ਆਣ ਕੇ ਖੜੀ ਹੋ ਜਾਂਦੀ ਹੈ ਡੋਲਫਿਨ ਉਹ ਤੇ ਉਹ ਨੂੰ ਨਾ ਉਹਨੂੰ ਫੀਡ ਕਰਦਾ ਹਾਂ ਯਾ ਅਜੋ ਕੰਪਲੀਮੈਂਟ ਕਿ ਤੂੰ ਐ ਕੰਮ ਕਰਕੇ ਆਇਆ ਤੇ ਮੈਂ ਤੈਨੂੰ ਖਾਣਾ ਦੇਣਾ ਤੇ ਉਹ ਐਦਾ ਕਲੈਪ ਕਰ। ਭਾਜੀ ਜਾਨਵਰ ਨੂੰ ਵੀ ਅਕਲ ਆ ਤੁਸੀਂ ਦੇਖੋ। ਠੀਕ ਹੈ ਯਾ ਜਾਨਵਰ ਵੀ ਐਦਾਂ ਹੀ ਜਿੰਨੀ ਇਨਕਰੇਜਮੈਂਟ ਮਿਲਦੀ ਓਨਾ ਵਧੀਆ ਪਰਫਾਰਮ ਕਰਦਾ। ਪਰ ਵੱਡੀ ਗੱਲ ਆ ਅਸੀਂ ਫੇਰ ਉਹਨੂੰ ਜਾਨਵਰ ਹੀ ਕਹਿੰਦੇ ਆ। ਅੰਨੀ ਅੰਨੀ ਅਕਲਵਾਨ ਹੋ ਕੇ ਵੀ ਤਾ ਵੀ ਅਸੀਂ ਜਾਨਵਰ ਕਹਿੰਦੇ ਆ ਖਾਸ ਕਰਕੇ ਡੋਲਫਿਨਸ ਜਿਹੜੇ ਬਹੁਤ ਅਕਲਮੰਦ ਆ। ਭਾਜੀ ਬਹੁਤ ਅਕਲਮੰਦ ਆ। ਜਿਹੜੇ ਕੁੱਤੇ ਆ ਉਹ ਵੀ ਬਹੁਤ ਅਕਲਮੰਦ ਆ। ਭਾਜੀ ਬਹੁਤ ਜ਼ਿਆਦਾ ਵੈਰੀ ਸੈਂਸਟਿਵ ਵੈਰੀ ਸੈਂਸਟਿਵ ਜਿੱਦਾਂ ਸਾਡੇ ਇ ਜਾਨਵਰਾਂ ਦੀ ਇਮੋਸ਼ਨਸ ਹੁੰਦੇ ਆ ਤੇ ਕਈ ਵਾਰੀ ਮੈਂ ਕਿਸ ਨੇ ਪੈਟਸ ਰੱਖੇ ਹੁੰਦੇ ਉਹਦੇ ਬਾਰੇ ਵੀ ਲੋਕੀਂ ਪੁੱਛ ਲੈਂਦੇ ਆ ਫਿਰ ਸਾਡੇ ਕੁੱਤੇ ਨੂੰ ਐਦਾਂ ਪ੍ਰੋਬਲਮ ਆ ਗਿਆ ਹੈਲਥ ਪ੍ਰੋਬਲਮ ਤੇ ਉੱਥੇ ਹੋਮੀਓਪੈਥਿਕ ਦਵਾਈ ਮੈਂ ਦਿੱਤੀ ਉਹਨਾਂ ਨੇ ਮੈਂ ਕਿਹਾ ਤੁਸੀਂ ਆਰ ਟ੍ਰਾਈ ਕਰ ਲਓ ਤੇ ਉਹਨਾਂ ਦੀ ਇਮੋਸ਼ਨਸ ਤੇ ਦਿੱਤੀ ਉਹ ਬਿਲਕੁਲ ਠੀਕ ਹੋ ਗਿਆ ਪੈਟਸ ਸੋ ਜੇ ਮੈਂ ਅੱਗੇ ਗੱਲ ਕਰਾਂਗੇ ਤੁਸੀਂ ਮੈਡੀਸਨ ਦੀ ਗੱਲ ਕਰਦੇ ਹੋ ਨਾ ਬਹੁਤ ਇੰਪੋਰਟੈਂਟ ਹੈ ਅਸੀਂ ਬੋਥ ਦਾ ਜ਼ਿਕਰ ਕਰ ਚੁੱਕੇ ਹਾਂ ਤੁਸੀਂ ਜੀਪੀ ਕੋਲ ਦਵਾਈ ਲੈਂਦੇ ਹੋ ਜਾਂ ਤੁਸੀਂ ਆਪਣੇ ਡਾਕਟਰ ਰਾਜਬੇਸ ਕੋਲ ਦਵਾਈ ਲੈਂਦੇ ਹੋ ਨਾ ਪਹਿਲਾਂ ਤੇ ਨਾ ਸਭ ਤੋਂ ਪਹਿਲਾਂ ਯੂ نو ਸਟੇ ਪੋਜ਼ਿਟਿਵ ਕੋ ਐ ਦੁਆ ਮੈਨੂੰ ਕੰਮ ਕਰੇਗੀ ਹਮ ਯਾਰ ਪਤਾ ਨਹੀਂ ਕਰਨੀ ਨਹੀਂ ਕਰਨੀ ਚਲੋ ਮੈਂ ਖਾ ਕੇ ਦੇਖ ਲੈਣਾ ਹੈ ਜੇ ਤੁਸੀਂ ਪਹਿਲਾਂ ਹੀ ਐਦਾਂ ਸੋਚਦੇ ਹੋ ਨਾ ਉਹ ਨਹੀਂ ਕੰਮ ਕਰੇਗੀ ਹਾਂ ਐਗਜੈਕਟਲੀ ਪੰਜੇ ਰਾਈਟ ਹੈ ਕਿ ਨਹੀਂ ਬਿਲਕੁਲ ਗਲਤ ਹੈ ਇਸੇ ਕਰਕੇ ਤੁਸੀਂ ਬੰਦਿਆਂ ਦਾ ਉਹ ਫੈਮਲੀ ਲਾਈਪ ਪੁੱਛਦੇ ਹੋ ਉਹਦਾ ਐਟੀਟਿਊਡ ਪੁੱਛਦੇ ਹੋ ਤੁਸੀਂ ਸਰ ਉਹਦੇ ਕਰਕੇ ਤੁਸੀਂ ਵੀ ਦੁਆ ਬਣਾਉਂਦੇ ਹੋ ਦੈਟਸ ਰਾਈਟ ਸਾਨੂੰ ਇਹ ਬਹੁਤ ਇੰਪੋਰਟੈਂਟ ਆ ਦਵਾਈ ਇੰਡੀਵਿਜੂਅਲੀ ਸਿਲੈਕਟ ਕਰ ਲੈਣੀ ਹੈ ਜਿੱਦਾਂ ਦੇ ਉਹਨਾਂ ਵਿਚਾਰ ਆ ਜਿੰਨਾ ਸੋਚ ਆ ਜਿੰਨਾ ਉਹਨਾਂ ਦੇ ਅੰਦਰਲੀ ਫੀਲਿੰਗ ਆ ਉਹ ਬਹੁਤ ਇੰਪੋਰਟੈਂਟ ਆ ਸਾਡੇ ਲਈ ਜਾਣਨਾ ਕਿ ਇਹ ਕਿੱਦਾਂ ਦਾ ਇਨਸਾਨ ਆ ਹਾਂਜੀ ਫੇਰ ਸਹੀ ਦਵਾਈ ਬਣਦੀ ਆ ਜਿੱਦਾਂ ਤੁਸੀਂ ਕਹਿੰਦੇ ਹੁਣ ਕਈ ਲੋਕੀ ਕਹਿੰਦੇ ਚਲੋ ਇੱਕ ਵਾਰੀ ਟਰਾਈ ਕਰ ਲੈਨੇ ਆ ਟਰਾਈ ਕਰ ਲੈਨੇ ਆ ਟਰਾਈ ਕਰ ਲੈਨੇ ਕਿਉਂ ਪਹਿਲੇ ਨੈਗੇਟਿਵ ਹੈ ਗਿਆ ਸੋ ਬਹੁਤ ਹੀ ਲੋਕੀ ਸਾਡੇ ਆਉਂਦੇ ਅਸੀਂ ਫਾਈਲ ਜਦ ਦੇਖੀ ਦੇ ਖੋਲ ਕੇ ਹਨਾ ਉਹਨੇ ਇੱਕ ਵਾਰੀ ਦਵਾਈ ਲਈ ਹੁੰਦੀ ਆ ਮੁੜ ਕੇ ਲੈਂਦੇ ਨਹੀਂਗੇ ਉਹ ਇੱਕ ਉਹ ਕਹਿੰਦੇ ਚਲੋ ਟਰਾਈ ਕਰ ਲੈਨੇ ਆ ਜੇ ਫਾਇਦਾ ਹੋ ਗਿਆ ਤਾਂ ਹੋਰ ਲੈ ਲਵਾਂਗੇ ਨਾ ਹੋਇਆ ਤਾਂ ਛੱਡੋ ਪਰੇ ਇਹ ਕੋਈ ਟ੍ਰੀਟਮੈਂਟ ਤੜੂ ਹਾਂਜੀ ਪਹਿਲੀ ਗੱਲ ਜੀਪੀ ਤੋਂ ਕਈ ਕਈ ਸਾਲ ਜੀਪੀ ਦੀਆਂ ਦਵਾਈਆਂ ਖਾਈ ਜਾਂਦੇ ਖਾਈ ਜਾਂਦੇ ਪਰ ਭਰੋਸਾ ਨਾ ਭਰੋਸਾ ਉਹਦੇ ਉੱਪਰ ਹੋਮਿਓਪੈਥੀ ਤੇ ਭਰੋਸਾ ਨਹੀਂ ਹਾਂ ਹੋਮਿਓਪੈਥੀ ਕਹਿੰਦੇ ਚਾਰ ਵੀਕਾਂ ਚ ਸਾਡੀ ਪੁਰਾਣੀ ਬਿਮਾਰੀ ਜੜੀ ਠੀਕ ਹੋ ਜਵੇ ਇਦਾਂ ਕਿ ਇਦਾਂ ਨਹੀਂ ਹੁੰਦਾ 10-12 ਸਾਲ ਦੀ ਬਿਮਾਰੀ ਹੁੰਦੀ ਆ ਜਾਂ 15 ਸਾਲ ਦੀ ਜਾਂ 20 ਸਾਲ ਦੀ ਹੈ ਉਹ ਤੁਸੀਂ ਸਫਰ ਕਰੀ ਜਾਂਦੇ ਹੋ ਤੇ ਦੁਆਰ ਡਾਕਟਰ ਦੀ ਤੁਸੀਂ ਵੀ ਨਾ ਲੈ ਖਾ ਸਕਦੇ ਹਾਂ ਬਿਲਕੁਲ 10 ਸਹੀ ਸੋ ਇਹ ਗਲਤ ਸੋਚਿਆ ਤੇ ਜੇ ਪੋਜ਼ਿਟਿਵ ਰਹੋਗੇ ਤੁਹਾਡਾ ਇਫੈਕਟ ਜਿਆਦਾ ਹੁੰਦਾ ਹੈ ਇਸ ਟru ਹਾਂਜੀ ਪਰ ਜੀ ਬਹੁਤ ਇੰਪੋਰਟੈਂਟ ਹੈ ਮੈਮ ਦੇਖੋ ਤੁਹਾਡੇ ਕੋਲ ਲੋਕ ਦੇਖਦੇ ਜਦੋਂ ਤੁਸੀਂ ਗੱਲਾਂ ਵਗਾਰਾ ਪੁੱਛਦੇ ਹੋ ਵੱਡੇ ਘਰ ਰਸੀਆ ਵੀ ਮੇਸ਼ਾ ਗੱਲ ਕਰ ਚੁੱਕੇ ਆ ਜਿਹੜੀ ਸੇਮ ਬਿਮਾਰੀ ਦੋ ਬੰਦਿਆਂ ਨੂੰ ਹੋਵੇ ਨਾ ਉਹਨਾਂ ਦੇ ਬਿਹੇਵੀਅਰ ਚ ਉਹਨਾਂ ਦੇ ਐਟੀਟਿਊਡ ਚ ਉਹਨਾਂ ਦਾ ਲਾਈਫ ਸਟਾਈਲ ਉਹ ਸੇਮ ਦਵਾਈ ਕੰਮ ਨਹੀਂ ਕਰੇਗੀ ਉਹਨਾਂ ਨੂੰ ਨਹੀਂ ਸੇਮ ਦਵਾਈ ਕਰਗੀ ਦੈਟਸ ਰਾਈਟ ਇਹ ਹੋਮੀਓਪੈਥੀ ਚਾ ਲੇਕਿਨ ਜੀਪੀ ਤਾਂ ਤੁਹਾਨੂੰ ਸਾਰਿਆਂ ਨੂੰ ਇੱਕ ਦੇ ਦੇਗਾ ਹੀ ਉਹਨਾਂ ਨੂੰ ਤਾਂ ਸਾਰਿਆਂ ਨੂੰ ਇੱਕੋ ਹੀ ਮਿੰਟ ਇੱਕੋ ਦੇ ਦੇ ਦੇਣਗੇ ਇਟਸ ਸਾਰਿਆਂ ਨੂੰ ਇੱਕੋ ਹੀ ਮਿੰਟ ਯਾ ਸੋਮੇਓਪੈਥੀ ਜੇ ਖਾਸ ਚੀਜ਼ ਹੈ ਵੀ ਦਵਾਈ ਇੰਡੀਵਿਜੂਅਲੀ ਸਿਲੈਕਟ ਕਰਨੀ ਆ ਹਾਂਜੀ ਸਾਰੇ ਉਹਦੇ ਫਿਜ਼ੀਕਲ ਸਿੰਪਟਮ ਲੈਣੇ ਮੈਂਟਲ ਸਿੰਪਟਮ ਲੈਣੇ ਆ ਤੇ ਪਰਸਨੈਲਿਟੀ ਦੇ ਸਿੰਪਟਮ ਲੈ ਕੇ ਤਾਂ ਦਵਾਈ ਬਣਦੀ ਆ ਤੇ ਜੇ ਦਾ ਤੁਸੀਂ ਕਹਿੰਦੇ ਪੇ ਤੁਸੀਂ ਕੱਪੜੇ ਆਪਣੇ ਸਮਾਰਟ ਪਾ ਕੇ ਰੱਖੋ ਨਾ ਤੁਹਾਡਾ ਅੰਦਰੋਂ ਫੀਲਿੰਗ ਵਧੀਆ ਹੁੰਦਾ ਹੈ ਪਛਾਹਂਦੀ ਆ ਨਾ ਕੰਫੀਡੈਂਸ ਬਿਲਡ ਹੁੰਦਾ ਹੈ ਸਕਰਫੀ ਜਾ ਰਹਿਨੇ ਆ ਤੁਹਾਡਾ ਉਹ ਪਰਸਨੈਲਿਟੀ ਨਹੀਂ ਬਣਦੀ ਹੈਗੀ ਤੁਹਾਡਾ ਫੀਲਿੰਗ ਨਹੀਂ ਬਣਦਾ ਹੈਗਾ ਸੋ ਮੈਂ ਤਾਂ ਹਰੇਕ ਨੂੰ ਇਦਾਂ ਹੀ ਕਹਿਣਾ ਹੁੰਦਾ ਬੱਚਿਆਂ ਨੂੰ ਵੀ ਤੁਸੀਂ ਤੁਹਾਡੇ ਆਪਣਾ ਸਮਾਰਟ ਰਹੋ ਤੇ ਯੂ ਵਿਲ ਗੈਟ ਅ ਗੁੱਡ ਫੀਲਿੰਗ ਪਰ ਜੀ ਮੈਂ ਜਿਹਾ ਕਿੰਨਾ ਆਪਣੇ ਆਪਣੇ ਲੁੱਕ ਆਫਟਰ ਕਰੋ ਯੂ نو ਆਪਣੇ ਜਿਸਮ ਦਿੱਤਾ ਇਹ ਕਿ ਪਤਾ ਕਿ ਸਾਡਾ ਇੱਕ ਬੜਾ ਅਸੀਂ ਉਹਦਾ ਗੱਲਾਂ ਕਰਦੇ ਇੰਟਰਸਟਿੰਗ ਹੁੰਦੇ ਨੇ ਜ਼ਰਾ ਧਿਆਨ ਦਿਆ ਕਰੋ ਗੱਲਾਂ ਨੂੰ ਤੁਸੀਂ ਕਰਾਈ ਦੀ ਕੋਈ ਚੀਜ਼ ਲੈਣੀ ਹੈ ਤੁਸੀਂ ਉਹਦੇ ਪਰਵਾਹ ਨਹੀਂ ਕਰਦੇ ਹਾਂ ਹੈਂ ਕਿਉਂ ਕਿ ਕਾਰ ਨਹੀਂ ਤੇ ਆ ਤੁਸੀਂ ਮਕਾਰ ਲਿਖਿਆ ਕਿਉਂਕਿ ਤੁਹਾਡਾ ਆਪਣਾ ਨਹੀਂ ਹੈ ਤੁਸੀਂ ਤੁਸੀਂ ਆਪਣਾ ਨਹੀਂ ਸਮਝੇ ਉਹਦੀ ਉਹਦੀ ਤੁਸੀਂ ਕੇਰ ਹੁੰਦਾ ਨਹੀਂ ਕਰਦੇ ਜਿੱਦਾਂ ਆਪਣੀ ਚੀਜ਼ ਦੇ ਕਰਦੇ ਹੋ ਇਹ ਬੋਲੀ ਤਾਂ ਤੁਹਾਡੀ ਹੈ ਨਹੀਂ ਇਹ ਵੀ ਤਾਂ ਕਿਰਾਏ ਤੇ ਹੈ ਭਾਜੀ ਹੈ ਯਾ ਔਰ ਇਹਦੀ ਦੁੱਖ ਵਾਲੀ ਗੱਲ ਹੈਗੀ ਹੈ ਇਹ ਕਦੋਂ ਉਹਨੇ ਲੈ ਜਾਣਾ ਕਿਸੇ ਨੂੰ ਕੋਈ ਗਰੰਟੀ ਨਹੀਂ ਹੈਗੀ ਹਾਂਜੀ ਹਾਂਜੀ ਕੋਈ 10 ਸਾਲ ਕੋ 15 ਸਾਲ ਕੋ 80 ਸਾਲ ਕੋ 100 ਸਾਲ ਦੈਟਸ ਰਾਈਟ ਇਹ ਤਾਂ ਠੀਕ ਹੈ ਗੱਲ ਤੁਹਾਡੀ ਪਾਜੀ ਪਰਮਨੈਂਟਲੀ ਪਰਮਨੈਂਟਲੀ ਅਸੀਂ ਇਹਨੂੰ ਆਪਣਾ ਸਮਝੀ ਫਿਰਦੇ ਆ ਜਿਹੜੀ ਸਾਡੀ ਹੈ ਹੀ ਨਹੀਂ ਹੈ ਦੈਟਸ ਰਾਈਟ ਪਰ ਸਾਨੂੰ ਜਿੱਦਾਂ ਪਛਾਹ ਕੇ ਕਰੇਤੇ ਮਿਲੀ ਆ ਪਰ ਇਹਦੇ ਲੁੱਕ ਆਫਟਰ ਕਰਨੀ ਸਾਡੀ ਜ਼ਿੰਮੇਵਾਰੀ ਜਿੰਨਾ ਜਿੰਨਾ ਚਿਰ ਅਸੀਂ ਹੈਗੇ ਆ ਇੱਥੇ ਹਾਂਜੀ ਸੋ ਵੈਰੀ ਇੰਪੋਰਟੈਂਟ ਵੀ ਆਪਣੇ ਸਰੀਰ ਦਾ ਤੁਸੀਂ ਖਿਆਲ ਰੱਖੋ ਇਹਦੇ ਕਰਕੇ ਤੁਸੀਂ ਤੁਰੇ ਫਿਰਦੇ ਆ ਹਾਂਜੀ ਮੇਰੇ ਵਰਗੇ ਆਪਣੀ ਘਰ ਦੀ ਜਿਆਦਾ ਪਰਵਾਹ ਕਰਦੇ ਨੇ ਆਪਣੇ ਜਿਸਮ ਨਾਲ ਕਿਉਂਕਿ ਉਹ ਤੁਹਾਨੂੰ ਪੰਸਾ ਲੱਗਿਆ ਹੁੰਦਾ ਨਾ ਵੀ ਹੈ ਬਹੁਤ ਲੁਕੀਆ ਹੈ ਹੈ ਨਾ ਲੁਕੀਆ ਦਾ ਘਰ ਦਾ ਜਿਆਦਾ ਫਿਕਰ ਜਾਂ ਆਪਣੇ ਘਰ ਦਾ ਜਿਆਦਾ ਫਿਕਰ ਪਰ ਸਿਹਤ ਦਾ ਖਿਆਲ ਦੇ ਸਿਹਤ ਦਾ ਖਿਆਲ ਹੀ ਕਰਦੇ ਦੈਟਸ ਰਾਈਟ ਐਨੀ ਵੇ ਪਲੀਜ਼ ਕਾਲ ਕਰੋ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਯੋ ਨੋ ਇੱਕ ਹੋਰ ਗੱਲ ਪਾਜੀ ਪਹਿਲੇ ਲੋਕ ਕਹਿੰਦੇ ਨੇ ਯਾਰ ਇੱਕ ਬਿਮਾਰੀ ਹੁੰਦੀ ਹੈ ਨਾ ਤੇ ਦੂਜੀ ਸ਼ੁਰੂ ਹੋ ਜਾਂਦੀ ਹੈ ਪਛੇਤ ਜਦੋਂ ਤਾਂ ਬੁਢਾਪਾ ਹੁੰਦਾ ਇੱਕ ਤਾਂ ਮੈਂ ਮੇਰੇ ਸਾਹਮਣੇ ਇੱਕ ਬੁਢਾਪਾ ਜੇ ਤੁਸੀਂ ਠੀਕ ਹੈਗੇ ਤੇ ਠੀਕ ਹੈ ਨਹੀਂ ਤੇ ਬੁਢਾਪਾ ਵੀ ਤੇ ਬਿਮਾਰੀ ਹੋਈ ਹੈ ਇੱਕ ਤਰ੍ਹਾਂ ਦੀ ਹੈਗੀ ਤਾਂ ਹੈ ਪਾਜੀ ਪਰ ਜ਼ਰੂਰੀ ਨਹੀਂ ਹੈਗਾ ਜ਼ਰੂਰੀ ਨਹੀਂ ਅਗਰ ਤੁਸੀਂ ਫਿਟ ਰਹਿ ਕੇ ਫੇਤਬ ਦੀ ਨਾ ਬਿਮਾਰੀ ਦਸ ਰਾਈਟ ਅਗਰ ਤੁਸੀਂ ਫਿਟ ਆਪਣਾ بیس ਬਣਾਇਆ ਸ਼ੁਰੂ ਤੋਂ ਉੱਪਰ ਤੁਹਾਡੀ ਬਾਡੀ ਪਾਜੀ ਕਿਹ ਜਿਹਾ ਬੰਦਾ ਨੇ ਜਦੋਂ ਯੰਗ ਦੇ ਉੱਪਰ ਫਾਊਂਡੇਸ਼ਨ ਸਟਰੋਂਗ ਬਣਾਈ ਹੈ ਨਾ 70 ਪਰ ਜੰਤਰ ਚਾਲਦੇ ਹੋ ਦਹਾਈ ਦਿੱਤਾ ਕਿ ਉਹਨਾਂ ਦੀ ਬਾਡੀ ਕੈਮ ਹੈਗੀ ਹੈ ਹਾਲੇ ਵੀ ਯੂ ਕੈਨ ਟੈਲ ਨਾ ਦੈਟਸ ਵਾਈਸੋ ਬਹੁਤ ਲੁਕੀ ਹੈਗੇ ਜਿਹੜੇ ਕੋਈ ਦਵਾਈ ਨਹੀਂ ਖਾਂਦੇ ਹੈਗੇ ਉਹਨਾਂ ਕੋਈ ਬਿਮਾਰੀ ਨਹੀਂ ਹੈਗੀ ਉਹਨੇ ਪਹਿਲਾਂ ਤੋਂ ਆਪਣਾ ਲੁੱਕ ਆਫਟਰ ਕੀਤਾ ਤੇ ਉਹਨਾਂ ਦੀ ਸਿਹਤ ਠੀਕ ਹੈ ਤੇ ਪਰ ਲੁਕੀ ਸਟ्रेस ਬੋਲ ਲੈਂਦੇ ਆ ਥਿਸ ਡੇਸ ਹਾਂਜੀ ਇੱਕ ਤਾਂ ਸਾਡਾ ਲਾਈਫ ਸਟਾਈਲ ਬਹੁਤ ਸਟ्रेसਫੁਲ ਬਣ ਗਿਆ ਜੌਬਸ ਵੀ ਸਟ्रेसਫੁਲ ਹੈਗੀਆਂ ਹਾਂਜੀ ਤੇ ਬਾਕੀ ਆਪਣੇ ਜਿਹੜੀਆਂ ਘਰੇਲੂ ਗੱਲਾਂ ਆ ਉਹਨਾਂ ਚੋਂ ਬਹੁਤ ਸਟ्रेस ਲੋਕੀ ਲੈਂਦੇ ਆ ਬਹੁਤ ਜਿਆਦਾ ਸੋ ਕਈ ਵਾਰੀ ਅਸੀਂ ਪੁੱਛੀਦਾ ਹੈ ਪੇਸ਼ੈਂਟ ਨੂੰ ਪਏ ਤੁਹਾਨੂੰ ਕੋਈ ਸਟ्रेस ਹੈਗੀ ਆ ਪਹਿਲਾਂ ਕਹਿੰਦੇ ਨਹੀਂ ਨਹੀਂ ਕੋਈ ਸਟ्रेस ਨਹੀਂ ਹੈ ਕੋਈ ਸਟ्रेस ਨਹੀਂ ਆਗੀ ਫਿਰ ਕਹਿੰਦੇ ਉਹ ਛੋਟੀਆਂ ਮੋਟੀਆਂ ਗੱਲਾਂ ਤਾਂ ਹੁੰਦੀਆਂ ਹੀ ਆਉਂਦੀਆਂ ਨੇ ਤੇ ਉਹ ਫਿਰ ਛੋਟੀ ਜਿਹੀ ਗੱਲ ਚੋਂ ਵੀ ਕੋਈ ਖਾਸ ਸਟ्रेस ਵੀ ਨਿਕਲ ਆਉਂਦੀ ਆ ਤੇ ਆਹ ਚੱਲ ਰਿਹਾ ਐਟ ਦਾ ਮੂਮੈਂਟ ਉਸੇ ਸਟ्रेस ਦੇ ਨਾਲ ਉਹ ਉਹਨਾਂ ਦੀ ਬਿਮਾਰੀ ਹੁੰਦੀ ਆ ਪਰ ਮੈਂ ਤੁਹਾਨੂੰ ਸੋਰੀ ਪਰਸਨਲ ਐਕਸਪੀਰੀਅੰਸ ਦੱਸਦਾ ਹਾਂ ਜਦੋਂ ਉੱਤੇ ਦਿਲ ਹੋਏ ਉਹ دونك ਉਹ ਜਿਆ ਕੌਲਗੀ ਦਾ ਤੇ ਮੈਨੂੰ ਕੋਈ ਫਿਕਰ ਸੀ ਤੇ ਉਹ ਮੈਨੂੰ ਨਿੰਦਰ ਨਾ ਆਵੇ ਯੂ نو ਮੈਂ ਮੈਂ ਇੱਕ ਰੈਮਡੀ ਦੱਸਦਾ ਇਹ ਨਹੀਂ ਕਿ ਤੁਹਾਨੂੰ ਸਿਰਫ ਕਹਿੰਦਾ ਕਿ ਖੁਦ ਵੀ ਇਦਾਂ ਨਾ ਸੋਚੋ ਕਿ ਅਸੀਂ ਜਾ ਕੇ 10 ਵਜੇ ਸੌਂਕ ਤੇ ਸਵੇਰ 8 ਵਜੇ ਉੱਠਦੇ ਇਦਾਂ ਨਹੀਂ ਬਲਕਿ ਤਕਰੀਬ ਬਿਮਾਰ ਵੀ ਹੁੰਨੇ ਆ ਸਾਰਾ ਕੁਝ ਹੁੰਦਾ ਆ ਜੋ ਜਿੱਦਾਂ ਤੁਸੀਂ ਹੁੰਦੇ ਓਸੇ ਤਰ੍ਹਾਂ ਅਸੀਂ ਸਫਰ ਕਰਦੇ ਆ ਲੇਕਿਨ ਫਾਇਦ ਕਰੀਦੇ ਉਹ ਚੀਜ਼ ਨੂੰ ਤੇ ਉਹਨਾਂ ਮੈਨੂੰ 15-20 ਮਿੰਟ ਅੱਧਾ ਘੰਟਾ ਮੈਂ ਉਹਨੂੰ ਨਾਲ ਫਿਕਰ ਚੱਲਦਾ ਅੱਧਾ ਤਰਫਦਾ ਰਿਹਾ ਫਿਰ ਆਪਣੇ ਆਪ ਨੂੰ ਮੈਂ ਸਮਝਾਇਆ ਮੈਂ ਕਿ ਹੁਣ ਮੈਂ ਸੁੱਦਾ ਪਿਆ ਹੈ 2 ਵਜੇ ਰਾਤ ਦੇ ਕੁਝ ਹੋਣਾ ਤਾਂ ਹੈ ਨਹੀਂ ਯਾਰ ਆ ਰਾਤ ਨੂੰ ਕੀ ਕਰ ਲੈਣਾ ਸਮਝ ਗਿਆ ਨਾ ਕੁਝ ਨਹੀਂ ਹੋ ਸਕਦਾ ਨਾ ਚਾ ਉਹ ਜੋ ਮਾਰਾ ਹੋ ਗਿਆ ਹੋ ਗਿਆ ਜੋ ਚੰਗਾ ਤਾਂ ਹੋਣਾ ਨਹੀਂ ਹੈਗਾ ਤੇ ਤੁਸੀਂ ਹੁਣ ਆਪਣਾ ਦਿਮਾਗ ਨੂੰ ਚੇਂਜ ਕਰਕੇ ਨਾ ਉਹ ਉਹ ਜਿਹੜਾ ਸੈਕਸ਼ਨ ਉਹਨੂੰ ਬੰਦ ਕਰਕੇ ਕੁਝ ਹੋਰ ਸੋਚ ਕੇ ਨਾ ਨੀਂਦ ਆ ਜਾਂਦੀ ਹੈ ਫਟਾਫਟ ਆਪਣੇ ਦਿਮਗ ਨੂੰ ਸਮਝਾਦ ਦੇ ਗੱਲ ਹੁੰਦੀ ਹੈ ਬਹੁਤ ਲੋਕੀ ਅਜਿਹਾ ਤਾਂ ਨੀਂਦ ਆਉਂਦੀ ਨਹੀਂ ਰਾਤ ਨੂੰ ਇਹੀ ਗੱਲ ਆ ਕਿ ਉਹਨਾਂ ਬੈਕ ਆਫ ਦਾ ਮਾਈਂਡ ਉਹਨਾਂ ਦੇ ਪਿੱਛੇ ਦਿਮਾਗ ਉਹ ਚੀਜ਼ ਜਾਂਦੀ ਦੀ ਕੋਈ ਨਾ ਕੋਈ ਉਹਨਾਂ ਨੂੰ ਪ੍ਰੋਬਲਮ ਹੈਗਾ ਆ ਉਹਦੇ ਬਾਰੇ ਸੋਚੀ ਜਾਂਦੇ ਆ ਉਹ ਦਿਮਾਗ ਚ ਘੁੰਮੀ ਜਾਂਦੀ ਗੱਲ ਘੁੰਮੀ ਜਾਂਦੀ ਆ ਹਾਂਜੀ ਉਹ ਛੱਡਣੀ ਪੈਂਦੀ ਆ ਤਾਂ ਹੀ ਨੀਂਦ ਆਏਗੀ ਹਾਂਜੀ ਰਿਲੈਕਸ ਤਾਂ ਹੀ ਬਾਡੀ ਹੋਏਗੀ ਮਾਈਂਡ ਤਾਂ ਹੀ ਰਿਲੈਕਸ ਹੋਏਗਾ ਚਲੋ ਅਸੀਂ ਗੱਲ ਉਸਾਰਤ ਕਰ ਲੈਨੇ ਪਲੀਜ਼ ਕਾਲ ਕਰੋ ਕਿਸੇ ਤਰ੍ਹਾਂ ਦੀ ਬਿਮਾਰੀ ਕਿਸੇ ਵੀ ਤਰ੍ਹਾਂ ਦੀ ਆਪਣੇ ਦਿਲ ਨੂੰ ਦਸੱਲੀ ਦਿਵੋ ਡਾਕਟਰ ਨਾਲ ਗੱਲ ਕਰੋ ਜਰਮਨ 215511001 ਡਾਕਟਰ ਜੈਸਿਕ ਦੇ ਫਰ ਬੜੀ ਬਿਮਾਰੀਆਂ ਗੱਲਾਂ ਲੈ ਕਹਿੰਦਾ ਇਹ ਕਿਹੜਾ ਸਵਾਲ ਆ ਪਰ ਕਿਉਂਕਿ ਮੇਰਾ ਦਿਮਾਗ ਹੋਰ ਪਾਸੇ ਚਲੇ ਜਾਂਦਾ ਮੈਂ ਪੁੱਛਣਾ ਚਾਹੁੰਦਾ ਜੀ ਉਹ ਬੰਦੇ ਨੂੰ ਕੀ ਹੋ ਰਿਹਾ ਨਿਮੋਨੀਆ ਹੋ ਗਿਆ ਸੀਗਾ ਇਸ ਕਰਕੇ ਜਾਂ ਬਚ ਗਿਆ ਜਾਂ ਕਿਉਂਕਿ ਨਿਮੋਨੀਆ ਇਸ ਕੁਆਇਟ 50 50 ਚਾਂਸਸ ਆ ਵੱਡੀ ਉਮਰ ਦੇ ਵਿੱਚ ਸੀਰੀਅਸ ਇਨਫੈਕਸ਼ਨ ਹੈ ਹਾਂਜੀ ਇਹ ਕੀ ਹੁੰਦੇ ਤਾਂ ਲਿਵਰ ਦੀ ਹੈ ਨਾ ਲੰਗਸ ਦੀ ਲੰਗਸ ਦੀ ਹਾਂ ਲੰਗਸ ਦੀ ਪਰ ਉਹ ਕੀ ਹੁੰਦਾ ਵਾਟ ਇਜ਼ ਇਟ ਐਕਚੁਅਲੀ ਹਾਂਜੀ ਸੋ ਇਹ ਹੈਗਾ ਇੱਕ ਬੈਕਟੀਰੀਆ ਹੁੰਦਾ ਹੈ ਜਿਹਨੂੰ ਬੈਕਟੀਰੀਆ ਹਾਂ ਬੈਕਟੀਰੀਆ ਨਿਊਮੋਕੋਕਸ ਕਹਿੰਦੇ ਆ ਤੇ ਜਦੋਂ ਤੁਹਾਡੀ ਜੀਵਨ ਸ਼ਕਤੀ ਘਟ ਜਾਂਦੀ ਆ ਵਾਈਟੈਲਿਟੀ ਘਟ ਜਾਂਦੀ ਆ ਤੇ ਇਹ ਬੈਕਟੀਰੀਆ ਨੂੰ ਚਾਂਸ ਮਿਲ ਜਾਂਦਾ ਤੁਹਾਡੇ ਫੇਫੜਿਆਂ ਨੂੰ ਅਟੈਕ ਕਰਨ ਨੂੰ ਹਾਂਜੀ ਸੋ ਲੰਗਸ ਵਿੱਚ ਇਨਫੈਕਸ਼ਨ ਹੋ ਜਾਂਦਾ ਤੇ ਲੰਗਸ ਦੇ ਵਿੱਚ ਇਨਫਲੇਮੇਸ਼ਨ ਹੋ ਕੇ ਉੱਥੇ ਰੇਸ਼ਾ ਬਣਨ ਲੱਗ ਪੈਂਦੀ ਆ ਪਾਣੀ ਖੜ ਜਾਂਦਾ ਤੇ ਉਹ ਫੇਰ ਸਾਹ ਨਹੀਂ ਆਉਂਦਾ ਤੁਹਾਨੂੰ ਦਿਸ ਇਜ਼ ਅ ਪ੍ਰੋਬਲਮ ਹਾਂਜੀ ਤੇ ਉਹ ਮਿਊਕਸ ਨਾਲ ਭਰ ਜਾਂਦਾ ਫਲੇਮ ਦੇ ਨਾਲ ਤੇ ਪਾਣੀ ਨਾਲ ਭਰ ਜਾਂਦੇ ਲੰਗਸ ਤੇ ਫਿਰ ਤੁਹਾਨੂੰ ਸਾਹ ਰੁਕ ਜਾਂਦਾ ਹਾਂਜੀ ਯੂ ਕੈਨਟ ਬਰੀਥ ਯੂ ਡਾਈ ਹਨਾ ਸੋ ਬਰੀ ਸੀਰੀਅਸ ਇਨਫੈਕਸ਼ਨ ਹੈ ਇਟ ਇਜ਼ ਵੈਰੀ ਸੀਰੀਅਸ ਇਨਫੈਕਸ਼ਨ ਤੇ ਇਹ ਕਾਫੀ ਸਿਆਣੀਆਂ ਨੂੰ ਹੋ ਜਾਂਦਾ ਹੈ ਯੰਗਸਟਰਸ ਨੂੰ ਵੀ ਹੋ ਜਾਂਦਾ ਪਰ ਉਹਨਾਂ ਨੂੰ ਬਹੁਤ ਘੱਟ ਹੁੰਦਾ ਹੈ ਉਹ ਹੁੰਦਾ ਕਿ ਜੇ ਉਹਨਾਂ ਨੂੰ ਕੋਈ ਸਡਨਲੀ ਠੰਡੇ ਮੌਸਮ ਵਿੱਚ ਹੈ ਨਾ ਪਾਣੀ ਬਾਹਰ ਸਿੱਗੇ ਜਾਂ ਕੋਈ ਬੇਦੇਂ ਕਰਦੇ ਸੀ ਲੇਕ ਵਿੱਚ ਜਾਂ ਕੋਈ ਇਦਾਂ ਦੇ ਜਿੱਥੇ ਉਹਨਾਂ ਦਾ ਸਰੀਰ ਬਹੁਤ ਠੰਡਾ ਹੋ ਗਿਆ ਨਾ ਉੱਥੇ ਉਹਨਾਂ ਨੂੰ ਖਤਰਾ ਹੁੰਦਾ ਹੈ ਤੇ 올ਡ एज ਵਿੱਚ ਹੈ ਦਾਗੇ ਪਰ ਤੁਹਾਡੀ ਵਾਇਟੈਲਿਟੀ ਬਹੁਤ ਘੱਟੀ ਹੁੰਦੀ ਆ ਤੇ ਕੋਈ ਵੀ ਇਨਫੈਕਸ਼ਨ ਈਜ਼ੀ ਹੋ ਜਾਂਦਾ ਤੇ ਤੁਹਾਨੂੰ ਪਤਾ ਹੀ ਹੁਣ ਹੀਟਿੰਗ ਬਿੱਲ ਬਹੁਤ ਆਉਂਦੇ ਆ ਕਈ ਸਿਆਣੇ ਜਿਹੜੇ ਲੋਕੀ ਆ ਉਹ ਬਿੱਲ ਦੇ ਡਾਟ ਕਰਕੇ ਉੱਥੇ ਵਾਰਮ ਨਹੀਂ ਰੱਖਦੇ ਆਪਣੇ ਰੂਮ ਹਨਾ ਘਰਾਂ ਨੂੰ ਹੀਟਿੰਗ ਨਹੀਂ ਲਾਉਂਦੇ ਹੈਗੇ ਤੇ ਉਹ ਠੰਡਾ ਜਿਹਾ ਡੈਂਪ ਜਿਹਾ ਰਹਿੰਦਾ ਆ ਉਦਾਂ ਦੇ ਮੌਸਮ ਵਿੱਚ ਫਿਰ ਉਹ ਇਦਾਂ ਦੀਆਂ ਲੰਗਸ ਦੀ ਇਨਫੈਕਸ਼ਨ ਜਿਹੜੀਆਂ ਈਜ਼ੀ ਹੋ ਜਾਂਦੀ ਡਾਕਟਰ ਜੀ ਇਹ ਬੈਕਟੀਰੀਆ ਦੇ ਨਾਮ ਤੁਸੀਂ ਕਹਿੰਦੇ ਹੋ ਤੇ ਕਿੰਨੀ ਵਾਰ ਉੱਥੇ ਇੱਥੇ ਤੱਕ ਹੋ ਕੇ ਉਹ ਵਾਪਸ ਤੁਸੀਂ ਦੇ ਦੁਆਰੇ ਦੇ ਕਾਕੇ ਉਹਨੂੰ ਵਾਪਸ ਰਿਵਰਸ ਕਰ ਲੈਣਾ ਬਿਮਾਰੀ ਨੂੰ ਕਈ ਵਾਰ ਕਰਦੇ ਲੰਘੇ ਪਾਣੀ ਭਰ ਗਿਆ ਉਹ ਨਾਲ ਕੀ ਉਹਨਾਂ ਦਾ ਜੋੜ ਕੇ ਦੋਨਾਂ ਦਾ ਬੈਕਟੀਰੀਆ ਦੇ ਤੇ ਜਿਹੜਾ ਪਾਣੀ ਭਰ ਜਾਣਾ ਹਾਂਜੀ ਹਾਂਜੀ ਉਹ ਫਿਰ ਇੰਨਾ ਇਨਫਲੇਮੇਸ਼ਨ ਹੋ ਜਾਂਦਾ ਨਾ ਹਾਂ ਜਿੱਥੇ ਵੀ ਇਨਫਲੇਮੇਸ਼ਨ ਹੁੰਦਾ ਉੱਥੇ ਫਿਰ ਉਹ ਜਿਹੜੀ ਮੈਂਬਰੇਨ ਹੈ ਨਾ ਉਹ ਪਾਣੀ ਛੱਡਣ ਲੱਪੈਂਦੀ ਹੈ ਜਦੋਂ ਤੁਹਾਡਾ ਬਲੱਡ ਵੈਸਸ ਲੀਕ ਹੋਣ ਲੱਗ ਪੈਂਦੇ ਹਨ ਉਹ ਪਾਣੀ ਫੇਫੜਿਆਂ ਦੇ ਵਿੱਚ ਆ ਜਾਂਦਾ ਹੈ ਉਹ ਵਿੱਚ ਆ ਜਾਂਦਾ ਕਿ ਉਹ ਲੀਕ ਕਰਦਾ ਕਿਦਾਂ ਕਿਹ ਹੁੰਦਾ ਫੇਫੜਿਆਂ ਦੇ ਵਿੱਚ ਆ ਜਾਂਦਾ ਹੈ ਵਿੱਚ ਆ ਜਾਂਦਾ ਦੈਟਸ ਰਾਈਟ ਯਾ ਯਾ ਸੋ ਮਿਊਕਸ ਨਾਪਰ ਜਾਂਦੇ ਫੇ ਹੁਣ ਮਿਊਕਸ ਇਸ ਵੇ ਆਫ ਰੀਐਕਟਿੰਗ ਟੂ ਦੀ ਇਨਫੈਕਸ਼ਨ ਹਨਾ ਜਦੋਂ ਕੋਈ ਇਨਫੈਕਸ਼ਨ ਹੁੰਦਾ ਤਾਂ ਬਾਡੀ ਰਿਸਪੌਂਡ ਕਰਦੀ ਹੈ ਬਾਏ ਕ੍ਰੀਏਟਿੰਗ ਇਨਫਲੇਮੇਸ਼ਨ ਇਨਫਲੇਮੇਸ਼ਨ ਜਿੱਤੇ ਹੁੰਦਾ ਉਹ ਇੱਕ ਸਿਗਨਲ ਟੂ ਦਾ ਬਾਡੀਜ਼ ਇਮਿਊਨ ਸਿਸਟਮ ਹਨਾ ਪੇ ਇਥੇ ਇਨਫੈਕਸ਼ਨ ਹੋਇਆ ਇੱਥੇ ਜਿਹੜੇ ਵਾਇਟ ਬਲੱਡ ਸੈਲਸ ਆ ਕੇ ਇੱਥੇ ਅਟੈਕ ਕਰਨ ਬੈਕਟੀਰੀਆ ਨੂੰ ਉਹ ਐਨਾ ਜ਼ਬਰਦਸਤ ਰਿਐਕਸ਼ਨ ਹੁੰਦਾ ਨਾ ਉਹ ਫੇਫੜੇ ਦੇ ਕਾਂਟ ਕੋਪ ਇਹ ਸੈਕਸੈਸਿਵ ਰਿਐਕਸ਼ਨ ਹੋ ਜਾਂਦਾ ਤੇ ਜਦੋਂ ਪਾਣੀ ਪੈਂਦਾ ਉਹਨੂੰ ਇੱਕ ਤਰ੍ਹਾਂ ਦਾ ਲਵ ਚੂਸ ਕਰਦੇ ਪਲੂਰੀਸੀ ਐਸੇਮ ਚੀਜ਼ ਹੈ ਕਿ ਸੋ ਪਲੂਰੀਸੀ ਇਜ਼ ਸਲਾਈਟਲੀ ਡਿਫਰੈਂਟ ਸਲਾਈਟਲੀ ਡਿਫਰੈਂਟ ਹਾਂਜੀ ਤੇ ਉਹ ਹੁੰਦਾ ਪਈ ਜਿਹੜੇ ਆਊਟਰ ਲੇਅਰ ਹੁੰਦਾ ਲੰਗਸ ਹਨ ਤੇ ਉੱਤੇ ਇੱਕ ਸਪੇਸ ਹੁੰਦਾ ਪਲੂਰਲ ਕੈਵਿਟੀ ਉਹਦੇ ਵਿੱਚ ਸੋਜ ਪੈ ਜਾਂਦੀ ਆ ਉੱਥੇ ਫਲੂਇਡ ਰੁਕ ਜਾਂਦੀ ਹੈ दैट दैट्स ਉੱਥੇ ਵੀ ਕਾਫੀ ਫਲੂਇਡ ਰੁਕ ਸਕਦੀ ਹੈ ਹਾਂ ਪਾਇੰਟ ਪਾਇੰਟ ਫਲੂਇਡ ਦਾ ਕਈ ਵਾਰ ਕੱਟਦੇ ਆ ਪਰ ਜੀ ਇਹਦੇ ਚਾਂਸਸ ਬਹੁਤ ਬਹੁਤ ਥੋੜੇ ਹੁੰਦੇ ਨੇ ਸਰਵਾਈਵਲ ਦੇ ਹਨ ਹਾਂ ਅੱਜ ਕੱਲ੍ਹ ਘਟ ਹੁੰਦੀ ਹੈ ਕਰਕੇ ਇਟਸ ਜਿੱਦਾਂ ਮੈਂ ਦੱਸਿਆ ਨਾ ਭਈ ਜਿੱਥੇ ਠੰਡਾ ਮੌਸਮ ਹੋਵੇ ਜਾਂ ਤੁਸੀਂ ਘਰ ਵਿੱਚ ਠੰਡ ਰੱਖਦੇ ਆ ਡੈਂਪ ਜਿਹਾ ਰੱਖਦੇ ਆ ਉੱਥੇ ਜ਼ਿਆਦਾ ਚਾਂਸ ਹੁੰਦੇ ਨੇ ਦੀ ਬਿਮਾਰੀਆਂ ਦੇ ਫੇਫੜਿਆਂ ਦੇ ਤੇ ਹੁਣ ਅੱਜ ਕੱਲ੍ਹ ਸਰੇਕ ਤੇ ਸੈਂਟਰਲ ਹੀਟਿੰਗ ਲੱਗੀ ਆ ਤੇ ਇਟਸ ਅ ਵਾਰਮ ਡਰਾਈ ਐਟਮੋਸਫੇਅਰ ਠੀਕ ਰਹਿੰਦਾ ਫੇਫੜਿਆਂ ਲਈ ਹਾਂਜੀ ਪਰ ਇਹ ਸੈਰੀਅਸ ਇਨਫੈਕਸ਼ਨ ਜੇ ਕਿਸੇ ਨੂੰ ਹੋ ਜਵੇ ਇਸ ਹਸਪੀਟਲ ਕੇਸ ਹਸਪੀਟਲ ਕੇਸ ਹਾਂਜੀ ਹਾਂਜੀ ਫੇ ਐਂਟੀਬਾਇਓਟਿਕਸ ਚੱਲਣਗੇ ਉੱਤੇ ਕਿਉਂਕਿ ਕਾਫੀ ਕਾਫੀ ਸੁਣਿਆ ਖਤਰਨਾਕ ਬਿਮਾਰੀ ਹੈ ਬਹੁਤ ਖਤਰਨਾਕ ਹੈ ਬਹੁਤ ਖਤਰਨਾਕ ਹੈ ਸਪੈਕਟੀ ਜਦੋਂ ਲੰਗ ਟੂ ਟੂ ਸੀ ਸਾਈ ਲਾ ਤੁਹਾਡਾ ਬੰਦ ਹੋ ਗਿਆ ਹਾਂਜੀ ਤੇ ਇਟ ਕੁਡ ਬੀ ਕਵਾਇਟ ਮੌਤ ਹੋ ਸਕਦੀ ਹੈ ਮੌਤ ਹੋ ਸਕਦੀ ਹੈ ਬਹੁਤ ਡੇਂਜਰਸ ਹੈ ਗੋ ਡਾਕਟਰ ਜੀ ਤੁਸੀਂ ਆਪਾਂ ਗੱਲਾਂ ਕਰਦੇ ਕਿ ਜਦੋਂ ਤੁਸੀਂ ਸਵਿਮਿੰਗ ਕਰਦੇ ਹੋ ਆਪਾਂ ਪਹਿਲਾਂ ਕਾਲ ਲਾ ਲਈ ਫਿਰ ਗੱਲ ਕਰਦੇ ਹੈਲਰਜੀ ਸਰਸ਼ੀ ਕਾਨ ਸਤਿ ਸ੍ਰੀ ਅਕਾਲ ਅੱਜ ਤੁਹਾਡਾ ਸਵਾਗਤ ਕਰਦੇ ਆ ਆਪਣਾ ਨਾਮ ਦੱਸਣਾ ਦੱਸੋਗੇ ਤੇ ਕਿੱਥੋਂ ਬੋਲਦੇ ਹੋ ਮੈਂ ਬਰਨੀਗਾਂਵ ਤੋਂ ਬੋਲਦੀ ਆ ਹਾਂਜੀ ਐਂਡ ਮੈਂ ਡਾਕਟਰ ਸਾਹਿਬ ਨਾਲ 4 ਵੀਕ ਹੋ ਗਈ ਹੈ ਹਾਂ ਹਾਂ ਮੈਂ ਨਾਲ ਗੱਲ ਕੀਤੀ ਸੀ ਮੈਨਾਂ ਨੇ ਦਵਾਈ ਦਿੱਤੀ ਆ ਹੂੰ ਹੂੰ ਤੇ ਮਖਾਨੀ ਹਾਲੇ ਮੁਕੀ ਨਹੀਂ ਹੈ ਜਿੱਦਾਂ ਨਾਲ ਕਿਹਾ ਮੈਂ ਮੁੜ ਕੇ ਦਵਾਈ ਲੈਂਦਾ ਨਹੀਂ ਕੋਈ ਇਸ ਕਰਕੇ ਤੇ ਮੈਂ ਐਨਨਾਂ ਗੱਲ ਕਰਦੀ ਚਾਹੁੰਦੀ ਆ ਹਾਂ ਹਾਂ ਕਿ ਮੈਨੂੰ ਐ ਪਾਪਸ ਦਵਾਈ ਦੀ ਪਰ ਮੈਨੂੰ ਜਿਹੜੀ ਨਾ ਦਵਾਈ ਦਿੱਤੀ ਆ ਉਸ ਤੋਂ ਮੈਨੂੰ ਕੋ ਫਾਇਦਾ ਹੋਇਆ ਹਾਂ ਹਾਂ ਤੇ ਮੇਰੇ ਜ਼ਬਾਨ ਜਿੱਦਾਂ ਨਾਲ ਪਤਾ ਡਾਕਟਰ ਸਾਹਿਬ ਨੂੰ ਪਤਾ ਲੱਗ ਜਾਣਾ ਆ ਕਿ ਮੈਂ ਕੌਣ ਕਿੱਦਾਂ ਹੈਗਾ ਮੇਰਾ ਨੰਬਰ ਇਹਨਾਂ ਕੋਲ ਆ ਪਰ ਮੈਨੂੰ ਰਾਹ ਆਇਆ ਜਿੱਦਾਂ ਮੇਰੀ ਜ਼ਬਾਨ ਸੀ ਕਰਾ ਭੱਜ ਕੇ ਬਿਮਾਰੀ ਸੀ ਤੁਹਾਨੂੰ ਮੈਨੂੰ ਸਮਝਦੇ ਪਈ ਕਿ ਕੀ ਕੀ ਸੀ ਬਿਮਾਰੀ ਦੇ ਤੇ ਟੱਕ ਬਹੁਤ ਪਿੰਦੀ ਸੀ ਅੱਛਾ ਅੱਛਾ ਵੱਡੀ ਜਾਂਦੀ ਸੀ ਹਾਂ 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 ਤੇ ਜਦੋਂ ਬਹੁਤ ਜ਼ਿਆਦਾ ਸੀਗੇ ਤੇ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਮੈਨੂੰ ਬਹੁਤ ਸੋਣਾ ਇਹਨਾਂ ਨੇ ਟਰੀਟ ਕੀਤਾ ਮੈਂ ਇਹਨਾਂ ਦੀ ਸ਼ਾਵਾਛੇ ਵਾਸਤੇ ਫੋਨ ਕੀਤਾ ਨਹੀਂ ਤਾਂ ਮੈਂ ਇਹਨਾਂ ਨੂੰ ਲਾਈਫ ਕਰ ਸਕਦੀ ਸੀ ਪਰ ਜੀ ਤੁਸੀਂ ਮੇਰੀ ਦਿਲ ਦੀ ਗੱਲ ਕੀਤੀ ਹੈ ਬਿਕੋਜ਼ ਮੈਂ ਕਹਿਣਾ ਚਾਹੁੰਦਾ ਸੀ ਜੇ ਅਜਿਹੇ ਲੋਕਾਂ ਨੇ ਲਾਰਜ ਕਰਾਇਆ ਪਲੀਜ਼ ਕਾਲ ਕਰਕੇ ਆਪਣੀ ਫੀਡਬੈਕ ਦੱਸੋ ਥੈਂਕ ਯੂ ਤੁਹਾਡੇ ਕਾਲ ਕਰਨ ਦਾ ਤੇ ਇਥੇ ਨੂੰ ਕਿਹਦੀ ਤੇ ਇਹਦੀ ਬਿਮਾਰੀ ਸੀਗੀ ਤੁਸੀਂ ਕਿਹਨੂੰ ਉਹ ਪਤਾ ਮੇਰੇ ਹਸਬੰਦ ਚਲੇ ਗਏ ਸੀ ਮੈਂ ਸਟ੍ਰੈਸ ਹੋ ਗਈ ਸੀ ਮੈਂ ਬੜੀ ਚ ਚਲੇ ਗਈ ਸੀ ਅੱਛਾ ਤੇ ਮੈਨੂੰ 1.5 ਸਾਲ ਹੋ ਗਿਆ ਸੀ ਮੈਂ ਇਸ ਝਗੜੇ ਦੇ ਵਿੱਚ ਤੁਰ ਜਾਂਦੀ ਸੀ ਤੇ ਡਾਕਟਰ ਕਹਿੰਦੇ ਸੀ ਤੁਹਾਨੂੰ ਸਟ੍ਰੈਸ ਹੈ ਅੰਦਰ ਮੈਂ ਕੋਈ ਫਰਕ ਨਹੀਂ ਸਪੈਂਡ ਹੂੰ 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 ਪਰ ਤੇ ਮੈਂ ਤੇ ਮੇਰੇ ਬੇਟੇ ਨੇ ਵੀ ਇਹਨਾਂ ਨਾਲ ਗੱਲ ਕੀਤੀ ਸੀਗੀ ਤੇ ਮੇਰੇ ਬੇਟੇ ਨੇ ਵੀ ਦਵਾਈ ਲਈ ਇਹਨਾਂ ਕੋਲ ਮੈਂ ਆਪਣੀ ਦੱਸ ਨਹੀਂ ਉਹਨਾਂ ਦੀ ਤਾਂ ਮੈਂ ਦੱਸ ਨਹੀਂ ਸਕਦੀ ਹਨਾ ਪਰ ਜੀ ਜੇ ਦਵਾਈ ਖਾਦੇ ਤੁਸੀਂ ਡਾਕਟਰ ਦੇ ਮੈਨੂੰ ਮਹੀਨਾ ਹੋ ਗਿਆ ਡਾਕਟਰ ਸਾਹਿਬ ਨੂੰ ਪਤਾ ਮੈਂ ਸਵਾਰਨੂ ਬੋਲਦੀ ਆਂ ਪਰ ਜੀ ਜੋ ਮੈਂ ਸਵਾਲ ਪੁੱਛਦੇ ਸੀ ਵੈਰੀ ਨਾਈਸ ਥੈਂਕ ਯੂ ਡਾਕਟਰ ਜੀ ਤੁਸੀਂ ਗੱਲ ਕਰੋ ਹਾਂ ਜੀ ਹਾਂ ਜੀ ਥੈਂਕ ਯੂ ਭੈਣ ਜੀ ਫੋਨ ਕਰਨ ਦਾ ਬਹੁਤ ਚੰਗਾ ਲੱਗਾ ਵੀ ਤੁਸੀਂ ਫੀਡਬੈਕ ਦਿੱਤਾ ਸੋ ਦੇਖੋ ਜੀ ਕਈ ਲੋਕ ਇੱਕ ਮਹੀਨਾ ਦਵਾਈ ਖਾ ਕੇ ਹਟ ਜਾਂਦੇ ਕਰਕੇ ਉਹਨਾਂ ਨੂੰ ਨਹੀਂ ਫਰਕ ਪੈਂਦਾ ਤੁਹਾਨੂੰ ਫਿਰ ਵੀ ਇੱਕ ਮਹੀਨੇ ਦੇ ਅੰਦਰ ਅੰਦਰ ਹੀ ਫਰਕ ਪੈ ਗਿਆ ਬਹੁਤ ਵਧੀਆ ਬਹੁਤ ਖੁਸ਼ੀ ਹੋਈ ਸੁਣ ਕੇ ਤੇ ਤੁਸੀਂ ਜਰੂਰ ਮੈਨੂੰ ਫੋਨ ਕਰ ਲੈਣਾ ਫੋਨ ਨੰਬਰ ਤੁਹਾਡੇ ਕੋਲ ਹੈਗਾ ਹੈ ਤੇ ਜੇ ਨਾ ਫੋਨ ਲੱਗਿਆ ਤੁਸੀਂ ਮਿਸਕਾਲ ਕਰਦੇ ਹੋ ਫਿਰ ਮੈਂ ਆਪੇ ਮੁੜ ਕੇ ਕਰ ਲਵਾਂਗਾ ਤੁਹਾਨੂੰ ਪਰ ਮੈਂ ਹਾਂਜੀ ਮੈਂ ਡਾਕਟਰ ਸਾਹਿਬ ਨਾਲ ਜੇ ਗੱਲ ਕਰਨੀ ਆ ਹਾਂਜੀ ਡਾਕਟਰ ਬੋਲਦਾਂਗੇ ਡਾਕਟਰ ਬੋਲਦੇ ਨੇ ਪੰਜੀ ਡਾਕਟਰ ਬੋ ਰਹੇ ਨੇ ਹਾਂਜੀ ਤੇ ਮੈਂ ਇਹਨਾਂ ਨਾਲ ਫਿਰ ਲਾਈਫ ਤੇ ਲੋ ਮੈਂ ਨਹੀਂ ਕਰ ਸਕਦੀ ਮੈਂ ਸ਼ਾਵਾ ਸੇਵਾਸਤੇ ਮੈਂ ਇਹਨਾਂ ਦਾ ਥੈਂਕ ਯੂ ਵਾਸਤੇ ਗੀਤਾ ਪਰ ਮੈਨੂੰ ਹਾਲੇ ਥੋੜਾ ਜਿਹਾ ਪ੍ਰੋਬਲਮ ਹੈ ਮੇਰੀ ਜ਼ਬਾਨ ਦੇ ਵਿੱਚ ਹਾਂ ਠੀਕ ਹੈ ਥੈਂਕ ਯੂ ਭੈਣ ਜੀ ਕੋਈ ਨਹੀਂ ਮੈਨੂੰ ਆਪੇ ਫੋਨ ਕਰ ਲੈਣ ਮੇਰਾ ਫੋਨ ਇਹਨਾਂ ਕੋ ਹੈਗਾ ਤੇ ਫੇਰ ਮੈਂ ਇਹਨਾਂ ਨਾਲ ਚੰਗੀ ਤਰ੍ਹਾਂ ਗੱਲ ਕਰ ਲਵਾਂਗੀ ਹਾਂਜੀ ਕੋਈ ਨਹੀਂ ਤੁਸੀਂ ਮੈਨੂੰ ਚੇਤਾ ਕਰਾ ਦਿਓ ਕੱਲ ਨੂੰ ਭੈਣ ਜੀ ਹਾਂਜੀ ਤੁਸੀਂ ਮੈਨੂੰ ਫੋਨ ਕਰ ਲਿਓ ਕੱਲ ਨੂੰ ਐ ਡਾਕਟਰ ਸਾਹਿਬ ਨੂੰ ਹਾਂਜੀ ਹਾਂਜੀ ਮੈਂ ਇਹਨਾਂ ਨੂੰ ਫੋਨ ਐਸੇ ਫੋਨ ਤੇ ਕਰਾਂ ਜਦ ਮੈਂ ਉਹਨਾਂ ਦੇ ਮੇਰੇ ਮੋਬਾਈਲ ਤੇ ਇਹਨਾਂ ਦੇ ਮੋਬਾਈਲ ਤੇ ਕਰ ਲਵਾਂ ਹਾਂ ਮੇਰੇ ਡਾਕਟਰ ਦੇ ਫੋਨ ਮੋਬਾਈਲ ਤੇ ਕਰਿਓ ਜੀ ਮੋਬਾਈਲ ਤੇ ਕਰਿਓ ਭੈਜੀ ਜਿਹੜਾ ਤੁਸੀਂ ਹਮੇਸ਼ਾ ਕਰਦੇ ਹੋ ਨਾ ਉਹੀ ਨੰਬਰ ਮੰंडे ਵੈਨਸਡੇ ਤੇ ਫਰਡੇ 10 ਤੋਂ 11 ਫੋਨ ਕਰਨਾ ਤੇ ਕੱਲ ਬੁੱਧਵਾਰ ਕੱਲ ਤੁਸੀਂ ਰਿੰਗ ਕਰ ਲਿਓ 10 ਤੇ 11 ਦੇ ਵਿੱਚ ਠੀਕ ਹੈ ਹਾਂ ਨਹੀਂ ਭੈਜੀ ਮੈਨੂੰ ਇਹ ਆਪ ਖੁਦ ਕਰ ਲੈਣ ਜਦੋਂ ਇਹ ਵੇਲੇ ਹੋਣ ਨਹੀਂ ਭੈਜੀ ਕਿਉਂਕਿ ਸੁਣੋ ਮੇਰੇ ਨਾਲ ਭੈਜੀ ਬਹੁਤ ਪੇਸ਼ੈਂਟ ਹੁੰਦੇ ਨੇ ਤੁਸੀਂ ਇੱਕ ਦਫਾ ਰਿੰਗ ਕਰਕੇ ਯਾਦਤਾ ਕਰਾ ਦਿਓ ਨਾ ਉਹਨਾਂ ਨੂੰ ਇੱਕ ਦਫਾ ਨਹੀਂ ਤਾਂ ਤੁਸੀਂ ਕੋਸ਼ਿਸ਼ ਕਰੋ ਨਾ ਥੋੜੀ ਜੀ ਠੀਕ ਹੈ ਥੈਂਕ ਯੂ ਤੁਹਾਡੇ ਕਾਲ ਕਰਨ ਦਾ ਥੈਂਕ ਯੂ ਬਹੁਤ ਅਹ ਦੇਖੋ ਡਾਕਟਰ ਜੀ ਜਦੋਂ ਉਹ ਇਹ ਅੱਥੀ ਸ਼ੋਅ ਕਰਦੇ ਨੇ ਬੜਾ ਕੁਝ ਪ੍ਰੈਪਰੇਸ਼ਨ ਕਰਦੇ ਨੇ ਬੜੀ ਬਿਮਾਰੀਆਂ ਦੀ ਗੱਲਾਂ ਕਰਦੇ ਨੇ ਕਿਉਂਕਿ ਜਦੋਂ ਇਹਨਾਂ ਦੇ ਕੱਲ ਸ਼ੋਅ ਦਾ ਇੰਨਾ ਦਾ ਟਾਈਮ ਹੁੰਦਾ ਕਾਲ ਲੈਂਦਾ ਬੰਦਾ ਭੁੱਲ ਜਾਂਦਾ ਹੈ ਇਹ ਤੁਹਾਡਾ ਫਰਜ਼ ਬਣਦਾ ਹੈ ਤੁਹਾਡੀ ਬਿਮਾਰੀ ਤੁਸੀਂ ਡਾਕਟਰ ਨੂੰ ਇੱਕ ਦਫਾ ਕਾਲ ਕਰਕੇ ਯਾਦ ਕਰਾ ਦਿਓ ਫਿਰ ਡਾਕਟਰ ਜੀ ਤੁਹਾਨੂੰ ਫਟਾਫਟ ਤੁਹਾਡਾ ਰਿਸਪਾਂਸ ਦੇ ਕੇ ਤੁਹਾਡਾ ਲੈ ਸ਼ੁਰੂ ਕਰ ਦੇਗੇ ਠੀਕ ਹੈ ਡਾਕਟਰ ਜੀ ਹਾਂਜੀ ਹਾਂਜੀ ਦੈਟਸ ਰਾਈਟ ਸੋ ਇਹ ਹੁਣ ਮਰੀਜ਼ ਦੀ ਜ਼ਿੰਮੇਵਾਰੀ ਹੁੰਦੀ ਆ ਵਾਪਸ ਮੈਨੂੰ ਫੋਨ ਕਰ ਪਾ ਜੀ ਬਿਲਕੁਲ ਬਿਲਕੁਲ ਇਹਦੇ ਬਾਅਦ ਫਿਰ ਦੱਸਣਾ ਪਈ ਮੈਨੂੰ ਫਰਕ ਪਿਆ ਜਾਂ ਨਹੀਂ ਪਿਆ ਹਾਂ ਹਾਂਜੀ ਜੇ ਫੋਨ ਨਹੀਂ ਲੱਗਦਾ ਤੁਸੀਂ ਮਿਸਡ ਕਾਲ ਕਰ ਦਿਓ ਮੈਂ ਆਪੇ ਮੁੜ ਕੇ ਕਰ ਲੈਣਾ ਬਿਲਕੁਲ ਬਿਲਕੁਲ ਤੇ ਫਿਰ ਉੱਥੋਂ ਆਪਾਂ ਡਿਸਾਈਡ ਕਰ ਸਕਦੇ ਹਾਂ ਕਿ ਅੱਗੇ ਹੁਣ ਦਵਾਈ ਬਦਲਨੀ ਆ ਜਾਂ ਕਿ ਸਟਰੋਂਗ ਕਰਨੀ ਆ ਜਾਂ ਕਿ ਕੀ ਕਰਨਾ ਹਾਂਜੀ ਹਾਂ ਹਾਂ ਦੈਟਸ ਰਾਈਟ ਫਿਰ ਹੋਰ ਹੋਰ ਦਵਾਈ ਅਸੀਂ ਭੇਜ ਦੇਈਦੀ ਆ ਥੈਂਕ ਯੂ ਪੰਜੀ ਤੁਹਾਡੇ ਕਾਲ ਕਰਨ ਦਾ ਬੜਾ ਅੱਛਾ ਲੱਗਦਾ ਕਿ ਤੁਹਾਨੂੰ ਫਰਕ ਪੈ ਗਿਆ ਆ ਆਪਣਾ ਬਿਲਕੁਲ ਥੋੜਾ ਸਟਰੋਂਗ ਰਵ ਪੋਜੀਟਿਵ ਰਵ ਤੇ ਤੁਸੀਂ ਪਹਿਲਾਂ ਕਾਲ ਕਰਿਓ ਕੱਲ ਬੁੱਧਵਾਰ ਫਿਰ ਮਿਸ਼ਰਾਂ ਕਰਿਓ ਹਰ ਟਾਈਮ ਇੱਕ ਦਿਨ ਮਿਸ ਹੁੰਦਾ ਉਦੋਂ ਨੁਕਸਾਨੀ ਹੁੰਦਾ ਕਿ ਜਿੰਨੀ ਛੇਤੀ ਇਲਾਜ ਹੋਵੇ ਉਹਨਾਂ ਬਿਹਤਰ ਹੁੰਦਾ ਹੈ ਚਲੋ ਡਾਕਟਰ ਜੀ ਆਪਾਂ ਉਹਦੇ ਹੁਣ ਇਹਦੇ ਨਮੂਨਿਆਂ ਦੀ ਗੱਲ ਕਰਦੇ ਸੀਗੇ ਕਿ ਤੁਸੀਂ ਠੰਡੇ ਪਾਣੀ ਚ ਜੰਦੇ ਹੋ ਬਾਡੀ ਗਰਮ ਸਰਦ ਹੁੰਦੀ ਹੈ ਉਹਦੇ ਨਾਲ ਵੀ ਫਰਕ ਪੈ ਜਾਂਦਾ ਹੈ ਉਹਨਾਂ ਫਰਕ ਪੈ ਜਾਂਦਾ ਬੜਾ ਫਰਕ ਪੈ ਜਾਂਦਾ ਨਾ ਇੱਕਦਮ ਹੁਣ ਆਪਾਂ ਗੱਲ ਕਰਦੇ ਹਾਂ ਪੰਜੀ ਸਭ ਚੀਜ਼ ਆਮ ਆਪਾ ਸਡੇ ਲੋਕੇ ਕਹਿੰਦੇ ਕਿ ਗਰਮ ਪਾਣੀ ਪੀਆ ਕਰੋ ਹੂੰ ਪਰ ਜੋ ਜਨ ਠੰਡਾ ਪਾਣੀ ਹੈ ਜੇ ਤੁਸੀਂ ਕਹਿੰਦੇ ਕਿ ਤੁਸੀਂ 2 ਲੀਟਰ ਦਿਨ ਚ ਦਿਹਾੜੀ ਚ ਪਾਵਾ ਪੀਤਾ ਜਾਂਦਾ ਹੈ ਪਰ ਗਰਮ ਤਾਂ ਨਹੀਂ ਪੀ ਸਕਦਾ ਪਰ ਉਹਦਾ ਫਾਇਦਾ ਕੀ ਹੈ ਹਾਂਜੀ ਉਹ ਲੋਕਾਂ ਪਤਾ ਕਿ ਲੋਕੇ ਕਹਿੰਦੇ ਚੰਗਾ ਹੈ ਪਰ ਕੋਈ ਸਵਾਲ ਨਹੀਂ ਪੁੱਛਦਾ ਕੀ ਚੰਗਾ ਉਹਦਾ ਹਾਂਜੀ ਦੈਟਸ ਰਾਈਟ ਸੋ ਇੱਕ ਮਿੰਟ ਤੁਸੀਂ ਅਨਸਰ ਕਰ ਤੋਂ ਪਹਿਲਾਂ ਸੌਰੀ ਪੰਜਾ ਪਰ ਕਾਲ ਲੈ ਲੀਏ ਮੈਂ ਹਮੇਸ਼ਾ ਕਰਨ ਨਾਲ ਸੀ ਸਪੈਸ਼ਲ ਸ਼ੋਅ ਤੁਹਾਡਾ ਔਰ ਤੁਹਾਨੂੰ ਵੇਟ ਨਹੀਂ ਕਰਾਉਂਦੇ ਪਲੀਜ਼ ਇਹ ਚੀਜ਼ ਦੇ ਕਦਰ ਕਰਿਆ ਕਰੋ ਸੇ ਗੱਲ ਬੰਦ ਕਰਕੇ ਪਹਿਲਾਂ ਤੁਹਾਡਾ ਕਾਲ ਲੈਣੇ ਹੈਲੋ ਜੀ ਸਸੀ ਕਾਂਨ

ਕਾ ਕਾ ਡਾਕਟਰ ਹਾਂਜੀ ਹਾਂਜੀ ਚਤੋ ਦੀ ਦਵਾਈ ਕੱਲ ਦਾ ਹੋਤੇ ਕੋਈ ਖਾਲਸਾ ਬਾਜੀ ਫਿਰ ਤੇ ਹਰ ਦਵਾਈ ਲੈਣੀ ਤੁਸੀਂ ਨਾ ਹਾਂਜੀ ਹਾਂਜੀ ਕੋਈ ਨਹੀਂ ਕੱਲ ਨੂੰ ਫੋਨ ਕਰ ਲਿਓ ਤੁਹਾਡੇ ਕੋ ਫੋਨ ਨੰਬਰ ਤਾਂ ਹੈਗਾ ਹੀ ਹਾਂਜੀ ਹਾਂਜੀ ਮੈਂ ਛੁੱਟੀ ਤੋਂ ਵਾਪਸ ਆ ਗਿਆ ਹੁਣ ਤੁਸੀਂ ਕੱਲ ਨੂੰ ਫੋਨ ਕਰੋ ਕੱਲ ਨੂੰ ਫੋਨ ਕਰ ਲਿਓ ਓਕੇ ਜੀ ਓਕੇ ਜੀ ਥੈਂਕ ਯੂ ਬਾਜੀ ਥੈਂਕ ਯੂ ਸਰ ਕਿਥੋਂ ਦਾ ਬਹੁਤ ਤੇ ਕੀ ਇਹਨਾਂ ਗੋਲਿਆਂ ਦੀ ਪ੍ਰੋਬਲਮ ਸੀਗੀ ਕੀਤਾ ਨਹੀਂ ਹੁਣ ਕਾਦੀ ਸੀ ਅੱਛਾ ਉਹੀ ਤਾਂ ਉਹ ਜਵਾ ਬੰਦੇ ਕਹਿੰਦੇ ਨੇ ਕਿ ਕਿੰਨੇ ਪੇਸ਼ੈਂਟ ਉਹਨੇ ਕੱਲੇ ਕੱਲੇ ਦਾ ਨਹੀਂ ਯਾਦ ਰੱਖਦਾ ਕੱਲੇ ਦਾ ਨਹੀਂ ਯਾਦ ਰੱਖਦਾ ਕਿ ਜਦੋਂ ਤੁਸੀਂ ਗੱਲ ਕਰੋਗੇ ਫਿਰ ਆਪੇ ਬੰਦਿਆਂ ਨੂੰ ਯਾਦ ਆ ਜਾਂਦਾ ਕਿ ਹਾਂ ਕੌਣ ਹੈ ਨਾਮ ਫਾਈਲ ਹਰੇਕ ਦੇ ਬਣਿਆ ਫਾਈਲ ਤੋਂ ਪਤਾ ਲੱਗ ਜਾਂਦਾ ਫਾਈਲ ਤੋਂ ਪਤਾ ਲੱਗ ਜਾਂਦਾ ਹੈਗਾ ਹਾਂਜੀ ਸਰ ਡੀਟੇਲਸ ਲਿਖੇ ਆ ਪਲੀਜ਼ ਕਾਲ ਕਰਿਓ ਉਹ ਜੋ ਮੈਂ ਹਮੇਸ਼ਾ ਕਹਿੰਦਾ ਨਾ ਕਿਉਂਕਿ ਕਈ ਵਾਰ ਲਾਣਾ ਬਹੁਤ ਬੀਜ਼ੀ ਹੁੰਦੇ ਪਰ ਕੀਪ ਟਰਾਇੰਗ ਔਰ ਦੂਸਰੀ ਗਰਮਤ ਨੂੰ ਹੁਣੇ ਦੱਸ ਕੇ ਕਿ ਮੈਂ ਹਮੇਸ਼ਾ ਅਸੀਂ ਗੱਲ ਸਟਾਪ ਕਰਕੇ ਪਹਿਲਾਂ ਤੁਹਾਡਾ ਕਾਲ ਲਾਂ ਨੇ ਤਾਂ ਕਿ ਤੁਹਾਨੂੰ ਬੇਸ਼ੱਕ ਜਦੋਂ ਤੁਸੀਂ ਜੀਪੀ ਦੇ ਜਾਂਦੇ ਹੋ ਇੱਕ ਇੱਕ ਘੰਟਾ ਵੀ ਤੁਸੀਂ ਆਰਾਮ ਨਾਲ ਬੈਠੇ ਰਹਿੰਦੇ ਹੋ ਉੱਥੇ ਨੀ ਕੰਪਲੇਨ ਕਰਦਾ ਕੋਈ ਵੀ ਹੈ ਅਸੋ ਜੀਪੀ ਕੋਲ ਨਹੀਂ ਕੰਪਲੇਨ ਕਰਦਾ ਨਹੀਂ ਕਰਦੇਗਾ ਉਹੀ ਤਾਂ ਗੱਲਾਂ ਨੇ ਫਟਾਫਟ ਨਾ ਕਰਕੇ ਕਿ ਜਦ ਜੀ ਅਸੀਂ ਚੱਲ ਨੂੰ ਫੋਨ ਕੀਤਾ ਤੁਸੀਂ ਫੋਨ ਨਹੀਂ ਚੱਕਦੇ ਕਿਉਂਕਿ ਲਾਈਨਾਂ ਬਿਜ਼ੀ ਹੋ ਜਾਂਦੇ ਰਹਿਣਾ ਨਾ ਬਿਜ਼ੀ ਹੁੰਦੇ ਨੇ ਕਾਲ ਸੈਂਟਰ ਦੇ ਵਿੱਚ ਬੰਦੇ ਪੁੱਠੇ ਨੇ ਔਰ ਕਾਲ ਜਿੰਨੇ ਲੈ ਸਕਦੇ ਨੇ ਲੈਂਦੇ ਨੇ ਪ੍ਰੋਪਰ ਹੋ ਫਿਰ ਜਿਹਨੂੰ ਤੁਹਾਨੂੰ ਅੱਛੀ ਭਾਜੀ ਜਦੋਂ ਤੁਸੀਂ ਨਾਲ ਗੱਲ ਕਰਦੇ ਟਾਈਮ ਵੀ ਖੁੱਲਾ ਦਿੰਦੇ ਹੂੰ ਜੀਪੀ ਦੇ ਇੱਕ ਪੇਸ਼ੇਂ ਦਾ 10 ਮਿੰਟ ਹੁੰਦਾ ਹੈ ਔਰ ਇੱਕ ਬਿਮਾਰੀ ਇੱਕ ਬਿਮਾਰੀ ਦਾ ਸਿਰ ਦੇਖੋ ਕਿਤੇ ਤੇ ਗੱਲ ਆ ਗਈ ਆ ਸਿਸਟਮ ਦੇਖੋ ਨਾ ਤੁਸੀਂ ਗੱਲ ਤੇ ਆ ਸਿਸਟਮ ਹੈ ਨਾ ਨਹੀਂ ਦੇਖੋ ਮੈਂ ਹਮੇਸ਼ਾ ਕਰਦਾ ਸ਼ੁ크ਰਾ ਸਦਾ ਕਿ ਸਾਨੂੰ ਬਖਸ਼ਿਆ ਚੈਨਲ ਖਾਲ ਚੈਨਲ ਤੁਹਾਡਾ ਆਪਣਾ ਚੈਨਲ ਹੈ ਫਾਇਦਾ ਛਾਓ ਤੁਹਾਡਾ ਤੁਹਾਡੇ ਲਈ ਇਹ ਸਾਰਾ ਪ੍ਰੋਗਰਾਮ ਹੁੰਦਾ ਸੰਗਤ ਨੂੰ ਤੁਸੀਂ ਸਾਨੂੰ ਸਪੋਰਟ ਕਰਦੇ ਤੁਸੀਂ ਤੁਹਾਨੂੰ ਕਰਦੇ ਜੁੜ ਕੇ ਬਿਲ ਕਰਕੇ ਇਹਨੂੰ ਉੱਪਰ ਲੈ ਕੇ ਜਾਵਾਂਗੇ ਬੜਾ ਵੱਡਾ ਚੈਨਲ ਹੋਣਾ ਚਾਹੀਦਾ ਦੁਨੀਆ ਦੇ ਵਿੱਚ ਨੰਬਰ 1 ਹੈ ਅਜੇ ਪਰ ਹਾਲੇ ਬੜੀ ਲੰਮਾ ਸਫਰ ਹੈ ਥੋੜੇ ਸਪੋਰਟਨ ਹੋਏਗਾ ਡਾਕਟਰ ਜੀ ਹੁਣ ਗਰਮ ਪਾਣੀ ਤੇ ਬਹੁਤ ਫਾਇਦਾ ਦੱਸੂਗੀ ਸੋ ਪਾਣੀ ਦੇਖੋ 1.5 ਲੀਟਰ ਅਬਾਊਟ ਚਾਹੀਦਾ ਹੈ ਆਨ ਐਵਰੇਜ ਐਵਰੇਜ ਹੈ ਹਰ ਰੋਜ਼ ਹਾਂਜੀ ਦੱਸ ਰਾਈਟ ਤੇ ਕਿਉਂਕਿ ਬਾਡੀ ਨੂੰ ਪਾਣੀ ਨਾਲ ਹੀ ਚੱਲਦੀ ਆ ਹਾਂਜੀ ਪਾਣੀ ਨਾ ਹੋਵੇ ਤਾਂ ਤੁਸੀਂ ਮਰ ਜਾਂਦੇ ਆ ਹਾਂਜੀ ਕੁਛ ਦਿਨ ਨਾ ਪੀਓ ਪਾਣੀ ਆ ਹਲੇ ਜੇ ਖਾਣਾ ਨਾ ਖਾਓ ਤੁਸੀਂ ਕਈ ਦਿਨ ਕੱਢ ਜਾਂਦੇ ਹਾਂਜੀ 30 50 60 ਦਿਨ ਵੀ ਕੱਢ ਸਕਦਾ ਬੰਦਾ ਤੇ ਪਾਣੀ ਨਾ ਪੀਓ ਤਾਂ ਥੋੜੇ ਦਿਨ ਹੀ ਬੰਦਾ ਮੌਤ ਹੋ ਜਾਂਦੀ ਹੈ ਹਾਂਜੀ ਸੋ ਪਾਣੀ ਜ਼ਰੂਰੀ ਹੈ ਹਰੇਕ ਰਿਐਕਸ਼ਨ ਬਾਡੀ ਵਿੱਚ ਪਾਣੀ ਨਾਲ ਚੱਲਦਾ ਹੈ ਪਾਣੀ ਤੋਂ ਬਿਨਾ ਡੀਹਾਈਡਰੇਸ਼ਨ ਹੋ ਕੇ ਖਤਮ ਹੋ ਜਾਂਦਾ ਬੰਦਾ ਹਾਂਜੀ ਸੋ ਪਾਣੀ ਬਹੁਤ ਹੀ ਇੰਪੋਰਟੈਂਟ ਆ ਪਰ ਜੇ ਤੁਸੀਂ ਖਾਣਾ ਖਾਣੇ ਉਹਦੇ ਨਾਲ ਕਹਿੰਦੇ ਹੁੰਦੇ ਵੀ ਤੁਸੀਂ ਕੋਸਾ ਪਾਣੀ ਪੀ ਲਾ ਉਠਣ ਬਹੁਤ ਠੰਡਾ ਪਾਣੀ ਨਾ ਪਿਓ ਹਾਂਜੀ ਸੋ ਇਹਦਾ ਮਤਲਬ ਇਹ ਹੈ ਵੀ ਤੁਸੀਂ ਫ੍ਰਿਜ ਵਿੱਚੋਂ ਕੱਢ ਕੇ ਪਾਣੀ ਨਾ ਪੀਓ ਰੂਮ ਟੈਂਪਰੇਚਰ ਤੇ ਲੋਕੀ ਗਰਮ ਹੁੰਦੇ ਆ ਤੇ ਖਾਣਾ ਪਾਣੀ ਠੰਡਾ ਹੁੰਦਾ ਐਗਜੈਕਟਲੀ ਹਾਂਜੀ ਦੈਟਸ ਰਾਈਟ ਸੋ ਇਟ ਡਸਨਟ ਮਿਕਸ ਹਨਾ ਤੇ ਹੁਣ ਜਿਹੜਾ ਖਾਣਾ ਆ ਉਹਦੇ ਵਿੱਚ ਕਈ ਵਾਰੀ ਫੈਟ ਵੀ ਹੁੰਦਾ ਹਨਾ ਕੋਈ ਘਿਓ ਹੁੰਦਾ ਜਾਂ ਕੋਈ ਆਇਲ ਹੁੰਦਾ ਆ ਤੁਹਾਨੂੰ ਪਤਾ ਪਏ ਵਾਟਰ ਐਂਡ ਫੈਟ ਮਿਕਸ ਨਹੀਂ ਹੁੰਦੇ ਹੈਗੇ ਹਾਂਜੀ ਸੋ ਇੱਕ ਤਾਂ ਤੁਹਾਡਾ ਇਹ ਪ੍ਰੋਬਲਮ ਪੈਂਦਾ ਡਾਈਜੈਸ਼ਨ ਦਾ ਪ੍ਰੋਬਲਮ ਪੈ ਜਾਂਦਾ ਤੁਸੀਂ ਪਾਣੀ ਜ਼ਿਆਦਾ ਪੀ ਲੈਨੇ ਆ ਫੂਡ ਵਿੱਚ ਫੈਟ ਹੁੰਦਾ ਉਹ ਮਿਕਸ ਨਹੀਂ ਹੁੰਦਾ ਹੈਜੀ ਸੋ ਦੂਸਰੀ ਗੱਲ ਹੈਗੀ ਆ ਭਈ ਜਿਹੜੇ ਐਂਜ਼ਾਈਮਸ ਹੈ ਜਿਹੜੇ ਹਾਜਮ ਕਰਦੇ ਖੁਰਾਕ ਨੂੰ ਉਹ ਬਾਡੀ ਟੈਂਪਰੇਚਰ ਤੇ ਚੱਲਦੇ ਆ ਹਾਂਜੀ ਸੋ ਤੁਸੀਂ ਫ੍ਰਿਜ ਕੋਲਡ ਪਾਣੀ ਪੀ ਲਓ ਤੇ ਉਹ ਐਂਜ਼ਾਈਮ ਕੰਮ ਨਹੀਂ ਕਰ ਸਕਦੇ ਸੋ ਹਾਜਮੇ ਚ ਨੁਕਸ ਪੈ ਜਾਂਦਾ ਹਾਜਮ ਨਹੀਂ ਹੁੰਦੀ ਖੁਰਾਕ ਪੂਰੀ ਇਹਦੇ ਕਰਕੇ ਤੁਸੀਂ ਰੂਮ ਟੈਂਪਰੇਚਰ ਐਟ ਲੀਸਟ ਪੀਓ ਜਾਂ ਕੋਸਾ ਜਿਹਾ ਪਾਣੀ ਪੀਓ ਉਹ ਬੈਟਰ ਰਹਿੰਦਾ ਹੈ ਪਰ ਦੂਸਰੀ ਗੱਲ ਹੈ ਕਿ ਬਹੁਤਾ ਪਾਣੀ ਵੀ ਖਾਣੇ ਦੇ ਨਾਲ ਨਹੀਂ ਪੀਣਾ ਚਾਹੀਦਾ ਹਾਂਜੀ ਕਿਉਂਕਿ ਜੇ ਤੁਸੀਂ 1 ਪਾਇੰਟ ਪਾਣੀ ਦਾ ਪੀ ਲੈਨੇ ਆ ਆਪਣੇ ਰੋਟੀ ਦੇ ਨਾਲ ਤੇ ਕੀ ਹੁੰਦਾ ਉਹ ਜਿਹੜੇ ਐਂਜ਼ਾਈਮ ਜਿਹੜੇ ਹਾਜ਼ਮ ਕਰਦੇ ਉਹ ਡਲੂਟ ਹੋ ਜਾਂਦੇ ਆ ਹੂੰ ਹੂੰ ਫੇ ਉਹ ਵੀ ਫੇ ਪੂਰਾ ਕੰਮ ਨਹੀਂ ਕਰ ਸਕਦੇ ਹਾਂਜੀ ਜੇ ਤੁਸੀਂ ਥੋੜਾ ਜਿਹਾ ਪਾਣੀ ਪੀਨੇ ਆ ਲੂਬ੍ਰੀਕੇਸ਼ਨ ਲਈ ਰੋਟੀ ਨਿਗਾਣ ਲਈ ਉਹ ਠੀਕ ਆ ਜੇ ਤੁਸੀਂ ਜ਼ਿਆਦਾ ਪਾਣੀ ਖਾਣੇ ਦੇ ਨਾਲ ਪੀਨੇ ਉਹ ਨਹੀਂ ਠੀਕ ਹੈਗਾ ਬਹੁਤ ਹੀ ਬੜਾ ਇੰਟਰਸਟਿੰਗ ਟਾਈਮ ਬੜੀ ਫਾਸ ਜਰਾਸਨ ਬ੍ਰੇਕ ਲੈਣੀ ਪਏਗੀ ਮਿਲਦਾ ਕੁਝ ਡਾਕੂਮੈਂਟ ਰੰਦਾ ਸ਼ਾਇਦ ਮੇਬੀ ਇਹ ਮਿਰਰ 25 ਜੋ ਟਾਈਮ ਮਿਲਦਾ ਮੈਂ ਸਵਾਲ ਪੁੱਛਣ ਤੋਂ ਪਹਿਲਾਂ ਅਸੀਂ ਬ੍ਰੇਕ ਲਵਾਂਗੇ ਪਲੀਜ਼ ਕੀਪ ਵਾਚਿੰਗ ਤੁਹਾਨੂੰ ਕਿਸੇ ਤਰ੍ਹਾਂ ਦਾ ਸਵਾਲ ਆ ਕਾਲ ਕਰੋ ਜੇ ਨਾ ਵੀ ਕਿਸੇ ਵੀ ਤਰ੍ਹਾਂ ਦਾ ਆਪਣੇ ਜਰਾ ਦਿਮਾਗ 'ਚ ਬੋਝ ਹੈ ਨਾ ਉਹਨੇ ਤੁਸੇ ਫੋਨ ਕਰਕੇ ਗੱਲ ਕਰ ਲਓ ਡਾਕਟਰ ਜੀ ਮжоਰਿਟੀ ਦਫਾ ਬੜੇ ਲਾਰਜ ਅਗੇ ਉਹਨੇ ਪੈਸੇ ਦੇ ਵਿੱਚ ਕੋਈ ਉਹਦਾ ਸਾਇੰਟਿਫਿਕ ਨਹੀਂ ਕੋਈ ਡਾਲੀ ਹੈਗਾ ਆਪਣੀ ਦੁਆ ਖਾਈ ਜੋ ਨਾਲ ਹੋਮੀਓਪੈਥੀ ਸਟਾਰਟ ਕਰਦੇ ਜਲਦੀ ਤੋਂ ਜਲਦੀ ਅਸੀਂ ਹੁਣ ਬ੍ਰੇਕ ਲਾ ਕੇ ਵਾਪਸ ਆਨੇ ਆ। ਆਈ ਹੋਪ ਟੂ ਸੀ ਸਾਰਾ ਅਗੱਲ ਤੱਕ ਪ੍ਰੋਗਰਾਮ ਸਸਕੈ ਕਾਲ ਜੀ। ਥੈਂਕ ਯੂ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਸਕਾ ਵੈਲਕਮ ਬੈਕ ਟੂ ਦ ਸੈਕੰਡ ਪਾਰਟ। ਮੈਂ ਬਿਫੋਰ ਆਪਣੀ ਗੱਲ ਜਾਰੀ ਰੱਖਣ ਤੋਂ ਮੈਂ ਫਿਰ ਰਿਮਾਈਂਡ ਕਰਨਾ ਪਲੀਜ਼ ਕਾਲ ਕਰੋ 01215511001। ਮੈਂ ਨਾਮ ਪੁੱਛਦਾ ਹੁੰਨਾ ਤੁਹਾਨੂੰ ਨਾਮ ਦੱਸਣ ਦੇ ਲੋੜ ਨਹੀਂ ਐ ਲੇਕਿਨ ਆਪਣੀ ਬਿਮਾਰੀ ਦੀ ਗੱਲ ਕਰਨੀ ਹੈ ਤਾਂ ਤੁਸੀਂ ਗੱਲ ਕਰ ਸਕਦੇ ਹੋ ਦੂਸਰੀ ਗੱਲ ਕਿ ਪਲੀਜ਼ ਪਲੀਜ਼ ਲਾਈਵ ਸ਼ੋਅ ਦੇ ਵਿੱਚ ਤੁਸੀਂ ਰਿਪੀਟ ਪ੍ਰੈਸcription ਬਾਰੇ ਨਾ ਕਾਲ ਕਰੋ ਮੰਡੇ ਬੈਂਡੇ ਫਰਡੇ ਮੈਂ ਹਮੇਸ਼ਾ ਰਿਪੀਟ ਕਰਦਾ ਨਾ ਕਿ ਤੁਸੀਂ ਉਸ ਨੰਬਰ ਤੇ ਰਿੰਗ ਕਰਕੇ 10 ਤੋਂ 11 ਉੱਥੇ ਤੁਸੀਂ ਕਾਲ ਕਰਨਾ ਨਾਟ ਓਨ ਦਾ ਲਾਈਵ ਸ਼ੋਅ ਬਿਕੋਜ਼ ਇਹ ਬਿਮਾਰੀ ਆ ਲਈ ਹੈ ਅਪਾਇੰਟਮੈਂਟ ਜਿਹਨਾਂ ਨੂੰ ਟਾਕ ਕਰਨਾ ਉਂਡਲੀ ਸਪੈਸ਼ਲ ਸ਼ੋਅ ਰੱਖਿਆ ਜਾਂਦਾ ਜੇ ਰੈਪ੍ਰੈਸcription ਦਾ ਉੱਥੇ ਮੰਡੇ ਬੈਂਡੇ ਫਰਡੇ ਕਾਲ ਕਰਨਾ ਪਏਗਾ ਡਾਕਟਰ ਜੀ ਸਭ ਵਾਰਮ ਪਾਣੀ ਦੀ ਗੱਲ ਕਰਦੇ ਆ ਉਹ ਜਦੋਂ ਤੁਸੀਂ ਦੱਸਿਆ ਕਿ ਕਿਉਂਕਿ ਜਦੋਂ ਤੁਸੀਂ ਗ੍ਰੀਸੀ ਫੂਡ ਖਾਣੇ ਹੋਰ ਗੰਦ ਖਾਣੇ ਹੋ ਕਿੰਨਾ ਕੁਝ ਖਾਣੇ ਹੋ ਜੰਕ ਫੂਡ ਖਾ ਲੈਨੇ ਹੋ ਉਹ ਠੰਡੇ ਪਾਣੀ ਦਾ ਤਾਂ ਫਰਕ ਨਹੀਂ ਪੈਣਾ ਅਗਰ ਤੁਸੀਂ ਗਰਮ ਪਾਣੀ ਉਹਨਾਂ ਨਾਲੇ ਦੇ ਥਰੂ ਜਾਂਦਾ ਨੇਚਰਲੀ ਉਹ ਵਾਸ਼ਵੇ ਕਰੇਗੀ ਸਾਰਾ ਕੁਝ ਦੈਟਸ ਰਾਈਟ ਦੈਟਸ ਰਾਈਟ ਹੈ ਤਾਨੂੰ ਪਤਾ ਇਹ ਮੇਕ ਸੈਂਸ ਨਾ ਹਾਂ ਜੇ ਤੁਸੀਂ ਭਾਂਡੇ ਤੋਂ ਨੇ ਤੁਹਾਨੂੰ ਪਤਾ ਇਹ ਗਰੀਸੀ ਪਲੇਟ ਹੋ ਜਾਂਦੀ ਛੱਡੇ ਪੜਨਿਆ ਕਦੀ ਧੋਤੀ ਨਾ ਦੇ ਨਾ ਤੋ ਤਰੀ ਜਾਂਦੀ ਹਾਂ ਜੀ ਗਰਮ ਪਾਣੀ ਨਾਲ ਦੀ ਲੈਂਦੀ ਗਰੀਸ ਪਰ ਜੀ ਉਹਦਾ ਦੀ ਚੀਜ਼ਾਂ ਅਸੀਂ ਜਦ ਤੱਕ ਪਾਣੀ ਗਰਮ ਨਹੀਂ ਦਿੰਦਾ ਕਦੇ ਮੈਂ ਹਾਲੇ ਨਹੀਂ ਥੋਨੇ ਜਿਆਦਾ ਪਾਣੀ ਗਰਮ ਉਹ ਜੇ ਫਿਰ ਮੈਂ ਭਾਂਡੇ ਤੋਂ ਲੇਕਿਨ ਉਹ ਯਾਰ ਹੁਣ ਮੈਂ ਗਰਮ ਪਾਣੀ ਕਿੱਥੋਂ ਕਰਾਂਗਾ ਸਰ ਮੈਂ ਠੰਡਾ ਹੀ ਪੀ ਜਾਂਦਾ ਹੈ ਦੇਖੋ ਕਿਦਾਂ ਮਿਸ ਯੂਜ਼ ਕਰਦੇ ਅਸੀਂ ਬੋਡੀ ਨੂੰ ਦੈਟਸ ਰਾਈਟ ਕਈ ਵਾਰੀ ਹੁੰਦਾ ਤੁਸੀਂ ਗਰਮ ਗਰਮ ਖਾ ਕੇ ਹਨਾ ਠੰਡਾ ਪਾਣੀ ਪੀ ਲੈਣੇ ਆ ਤੇ ਠੰਡ ਹੋ ਜਾਂ ਤੁਹਾਨੂੰ ਕੌਫ ਲੱਗਣ ਲੱਗ ਜਾਂਦੀ ਉਸੇ ਵੇਲੇ ਹਾਂਜੀ ਔਰ ਕਿਉਂਕਿ ਤੁਹਾਡੇ ਮੂੰਹ ਵਿੱਚ ਥੋੜੀ ਗਰੀਸ ਹੁੰਦੀ ਹੈ ਨਾ ਤੇ ਤੁਸੀਂ ਠੰਡਾ ਪਾਣੀ ਪੀ ਲੈਨੇ ਉਹ ਕੌਫ ਸ਼ੁਰੂ ਹੋ ਜਾਂਦੀ ਹੈ ਉਹਦੇ ਨਾਲ ਤੇ ਇਸ ਵਾਰੀ ਕਾਮਨ ਤੇ ਉੱਤੇ ਖਾਸ ਅਸੀਂ ਹੋਮੀਓਪੈਥਿਕ ਦਵਾਈ ਇੱਕ ਵਾਰ ਤੀਦੀ ਆ ਜੇ ਠੰਡੇ ਪਾਣੀ ਪੀਣ ਦਾ ਹਨਾ ਆਫਟਰ ਗਰੀਸੀ ਮੀਲ ਪਰ ਜੇ ਅਸੀਂ ਨਾ ਕੱਲ ਇਹ ਨਾ ਅਸੀਂ ਮੈਂ ਉੱਤੇ ਗੱਲ ਕਰਦੇ ਸੀਗੇ ਕਿ ਮੈਂ ਨਾ ਇਦਾਂ ਨਹੀਂ ਕਿ ਬੰਦੇ ਦੇ ਆਪਾਂ ਦਾ ਕਾਲ ਲੈ ਲਿਆ ਹੈਲਰਜੀ ਸਸਿਕਾਨ हेलो हेलो शशिका जी शशिका जी अपना नाम दसो किथों बोलदे हो मेरा नाम मैं कंट्री तो बोल रही हां जी मेरा नाम हरवान स्कोर ਕੰਨੈ ਹਰਵਾਨ ਸਕੋਰ ਜੀ ਤੁਹਾਨੂੰ ਸਵਾਗਤ ਹਾਂ ਤੁਸੀਂ ਸਿੱਧੇ ਡਾਕਟਰ ਜੀ ਨਾਲ ਗੱਲ ਕਰੋ ਅੱਛਾ ਬੋਲੋ ਜੀ ਹਾਂ ਡਾਕਟਰ ਜੀ हां जी मैं ना ਠੀਕ ਨਹੀਂ ਹੈਗੀ ਹਾਂ ਜੀ ਦੱਸੋ ਜੀ ਕੀ ਪ੍ਰੋਬਲਮ ਹੈ ਮੈਨੂੰ ਮੇਰੇ ਡਾਟਰ ਨਾਲ ਟੋਕਾਂਗਾ ਹਾਂਜੀ ਹਾਂਜੀ ਹੈਲੋ ਹੈਲੋ ਅੱਜ ਬੋਲੀ ਜੋ ਪੰਜ ਸੁੰਦਰ ਡਾਕਟਰ ਜੀ ਸੁਣ ਰਹੇ ਨੇ ਵਾਈ ਨੋ ਨਾ ਤਰੇ ਟਿਕਾ ਲਾਏ ਸੀ ਮੇਰੇ ਸਿਰ ਬਹੁਤ ਹੈਲਦਾ ਗਰਦਨ ਦੇ ਪਿੱਛੇ ਸੱਤ ਟਿਕਾ ਲਾਏ ਹੂੰ ਉਹ ਮੈਂ ਤਾਂ ਨਾ ਖਾ ਹੁੰਦਾ ਨਾ ਮੈਂ ਤਾਂ ਕੁਝ ਪੀਂਦਾ ਹੂੰ ਹੂੰ ਹਾਂਜੀ ਕਾਦੇ ਟਿਕੇ ਲੱਗੇ ਸੀ ਠੀਕ ਹੈ ਮੇਰਾ ਸਿਰ ਹੈਲਦਾ ਸੀ ਡਾਕਟਰ ਕਹਿੰਦਾ ਵੀ ਟੀਕੇ ਲੋ ਆ ਉਹ ਨਾ ਹਟ ਜਾਊਗਾ ਹਾਂ ਹੁਣ ਟੀਕੇ ਦੇ ਨੁਕਸਾਨ ਪਹੁੰਚਿਆ ਤੁਹਾਨੂੰ ਜਾਣ ਕੇ ਹਲੋ 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 ਪੰਜੀ ਹਲੋ ਪੰਜੀ ਤੁਹਾਨੂੰ ਕਿੰਨੇ ਲਗਾਇ ਟੀਕੇ ਕਿੰਨੀ ਦੇਰ ਹੋ ਗਈ ਹੈ ਤੇ ਉਹਦੇ ਨਾਲ ਫਰਕ ਪਿਆ ਤੁਹਾਨੂੰ ਕਿ ਕਿ ਨਹੀਂ ਪਿਆ ਨਹੀਂ ਫਰਕ ਨਹੀਂ ਪਿਆ ਮੈਨੂੰ ਪਰ ਉਹਨੇ ਦੱਸਿਆ ਕਿ ਕਾਦੇ ਟਿੱਕੇ ਦੇ ਕੀ ਕਰੇਗਾ ਕੀ ਫਰਕ ਪੇਗਾ ਉਹਦੇ ਨਾਲ ਇਹ ਟਿੱਕੇ ਮੇਰੇ ਮੇਰੇ ਸਿਰ ਹਿਲਦਾ ਸੀ ਹਾਂ ਹਾਂ ਨੋ ਮੇਰਾ ਤੇ ਉਹ ਮੈਂ ਬਹੁਤ ਸੀ ਡਰਦੀ ਉਹ ਕਹਿੰਦੇ ਬਚਨ ਟੀਕੇ ਲਾਉਣੇ ਪੈਣੇ ਮੈਂ ਵੀ ਮੰਨ ਗਈ ਮਾ ਟੀਕੇ ਲਵਾ ਲੈ ਔਰ ਦੰਦੀ ਮਾ ਠੀਕ ਨਹੀਂ ਹੈ ਹੂੰ ਹੂੰ ਮੈਨੂੰ ਤਾਂ ਖਾ ਨਹੀਂ ਹੁੰਦਾ ਕੁਝ ਵੀ ਮੇਰੇ ਲੰਗਦਾ ਨਹੀਂ ਗੱਲ ਤੇ ਵੇਖੀ ਹਾਂਜੀ ਫਿਰ ਤੁਹਾਨੂੰ ਕੋਈ ਸਾਈਡ ਇਫੈਕਟ ਹੋ ਗਿਆ ਨਾ ਟੀਕੇ ਅੰਦਰ ਨੁਕਸਾਨ ਪਹੁੰਚਿਆ ਹਾਂਜੀ ਇਹ ਇਹਦਾ ਹੁਣ ਦੇਖੋ ਜੀ ਪੂਰੇ ਡੀਟੇਲ ਲੈ ਕੇ ਇਹਦਾ ਜਿਹੜਾ ਅਸਰ ਹੋਇਆ ਡੀ ਕਾ ਦਾ ਉਹ ਕੱਟਣ ਦੀ ਕੋਸ਼ਿਸ਼ ਕਰਾਂਗੇ ਹੋਮੀਓਪੈਥੀ ਦਵਾਈ ਦੇ ਨਾਲ ਹਾਂਜੀ ਸੋ ਹਾਂਜੀ ਸੋ ਤੁਸੀਂ ਰਿਸੈਪਸ਼ਨ ਤੋਂ ਸਾਡਾ ਨੰਬਰ ਲੈ ਕੇ ਫੋਨ ਕਰ ਲਿਓ ਠੀਕ ਜੀ ਬਈ ਜੀ ਥੈਂਕ ਯੂ ਕਾਲ ਕਰਨ ਦਾ ਛੋ ਦੇਖਦੇ ਰਵੋ ਜਦੋਂ ਵੀ ਤੁਸੀਂ ਕਾਲ ਕਰਦੇ ਹੋ ਕੋਈ ਵੀ ਜਿੰਨਾਂ ਦੇ ਦੋ ਤਿੰਨ ਕਾਲੇ ਸਾਡੀ ਕੋਸ਼ਿਸ਼ ਹੁੰਦੀ ਹੈ ਜਿਹੜੀ ਬਿਮਾਰੀ ਪਿੱਛੇ ਤੁਸੀਂ ਕਾਲ ਕੀਤਾ ਅਸੀਂ ਉਹਦੇ ਥੋੜੇ ਬਹੁਤੇ ਚਰਚਾ ਕਰਾਂਗੇ ਮੇਰੇ ਆਪਣੇ ਸਵਾਲ ਹੁੰਦੇ ਨੇ ਤੋਂ ਅੰਜ ਤੋਂ ਅੱਗੇ ਤੁਰਦੇ ਬਹਿਵ ਮੈਂ ਪੁੱਛਾਂਗਾ ਤੇ ਪਲੀਜ਼ ਤੁਸੀਂ 23 ਦੇ সামনে ਬੈਠ ਕੇ ਸ਼ੋਅ ਦੇਖੋ ਪੱਜੀ ਪਹਿਲੇ ਤੇ ਪੈਂਜੀ ਬਹੁਤ ਡਾਊਨ ਲੱਗ ਰਹੇ ਕਾਫੀ ਇਮੇਜ ਛੱਡੀ ਉਹਨਾਂ ਨੇ ਪਰ ਨੇਚਰਲੀ ਦੇਖੋ ਕਹਿਣਾ ਬੜਾ ਆਸਾਨ ਹੁੰਦਾ ਜਦੋਂ ਬੰਦਾ ਪੇਂਚ ਹੁੰਦਾ ਤੇ ਨਹੀਂ ਉਹ ਸਟੈਮਨਾ ਨਹੀਂ ਹੁੰਦਾ ਲਾਈਫ ਨਹੀਂ ਹੁੰਦੀ ਨਾ ਉਹਦੇ ਵਿੱਚ کافی ਤਕਲੀਫ ਹੈ ਨਾ کافی ਤਕਲੀਫ ਸ਼ੈ ਲੱਗ ਗਿਆ ਨਾ ਜੀ ਆਵਾਜ਼ ਤੋਂ ਹਾਂ ਆਵਾਜ਼ ਤੋਂ ਪਤਾ ਲੱਗ ਗਿਆ ਹਾਂਜੀ ਸੋ ਇਹ ਇਹ ਗੱਲ ਹੈ ਕਿ ਬਈ ਕਈ ਵਾਰ ਜੀਪੀ ਕਹਿੰਦੇ ਆ ਦੇਖੋ ਜੀ ਤੁਹਾਨੂੰ ਆ ਕਰਾਉਣਾ ਪੈਣਾ ਉਹ ਕਰਾਉਣਾ ਪੈਣਾ ਇੱਕ ਕਰਾਉਣਾ ਨਹੀਂ ਪੈਂਦਾ ਤੁਹਾਨੂੰ ਹਾਂਜੀ ਬਾਡੀ ਤੁਹਾਡਾ ਬੜੀ ਬਹੁਤ ਇੰਪੋਰਟੈਂਟ ਹੈ ਵੈਰੀ ਇੰਪੋਰਟੈਂਟ ਹੈ ਜਿਸਮ ਤੁਹਾਡਾ ਆ ਹਾਂਜੀ ਤੇ ਤੁਸੀਂ ਆਪਣੇ ਆਪ ਖੁਦ ਸਲਾਹ ਕਰਨੀ ਹੈ ਕਿ ਮੈਂ ਇਹ ਟਰੀਟਮੈਂਟ ਲੈਣੀ ਹੈ ਕਿ ਨਹੀਂ ਲੈਣੀ ਤੁਸੀਂ ਨਾ ਕਰ ਸਕਦੇ ਜਾਂ ਹਾਂ ਕਰ ਸਕਦੇ ਦੇਖੋ ਡਾਕਟਰ ਚਿੱਦਣਾ ਬਹੁਤ ਬਹੁਤ ਅੱਛੀ ਗੱਲ ਕਹੀ ਹੈ ਓਨੈਸਟੀ ਮੈਂ ਹਮੇਸ਼ਾ ਸੋਚ ਗੱਲ ਕਰਦਾ ਹਾਂ ਅਸੀਂ ਤਾਂ ਮੈਂ ਸਾਰੇ ਜਿੰਨੇ ਵੀ ਤੁਸੀਂ ਹੈਗੇ ਮੈਂ ਸਾਰੇ ਜਿੰਨੇ ਵੀ ਜਦੋਂ ਅਸੀਂ ਜੀਪੀ ਕੋਲ ਜਾਂਦੇ ਨਾ ਅਨੇ ਭਰੋਸੇ ਨਾਲ ਜਾਂਦੇ ਅਸੀਂ ਕੋਈ ਸਵਾਲ ਜਵਾਬ ਨਹੀਂ ਕਰਦੇ ਜੋ ਉਹਨੇ ਕਹਿਤਾ ਨਾ ਉਹ ਕਹਿੰਦੇ ਤੂੰ ਜੋ ਕਰਨਾ ਕਾਲਾ ਮਨ ਨੂੰ ਠੀਕ ਕਰ ਦੇ ਦੈਟਸ ਰਾਈਟ ਹਾਂਜੀ ਦੈਟਸ ਰਾਈਟ ਅੱਛਾ ਉਹ ਹਾਲੇ ਪਤਾ ਕਿ ਹਰ ਦਵਾ ਦਾ ਉਹਨਾਂ ਦੇ ਵਿੱਚ ਕੋਈ ਨਾ ਕੋਈ ਕੋਈ ਪੈਰਾਸੀਟਮੋ ਸਿੰਪਲ ਪ੍ਰਿੰਸੀਪਲ ਕੋਈ ਵੀ ਪੇਨ ਕਿਲਰ ਜਦੋਂ ਸੈਟੀਫੈਕਟ ਕੋਈ ਦੇ ਵੀ ਸੈਟੀਫੈਕਟ ਸਿੰਪਲ ਤੋਂ ਸਿੰਪਲ ਕੋਈ ਪੇਨ ਕਿਲਰ ਜਿਹੜਾ ਤੁਸੀਂ ਓਵਰ ਦਾ ਕਾਊਂਟਰ ਵੀ ਲੈ ਸਕਦੇ ਹੋ ਹਾਂਜੀ ਹੋਮਿਓਪੈਥੀ ਡਾਕਟਰ ਪਹਿਲਾਂ ਮੈਡੀਸਨ ਪੁੱਛਦੇ ਇਹ ਕਹਿੰਦਾ ਸਾਈਡ ਇਫੈਕਟ ਤਾਂ ਨਹੀਂ ਹੈਗਾ ਹਾਂਜੀ ਦੱਸ ਰੋ ਉਹ ਸਵਾਲ ਪੁੱਛਦੇ ਨਹੀਂ ਉਹਦਾ ਹਾਂ ਕੋਈ ਸੀਰੀਅਸ ਸਾਈਡ ਇਫੈਕਟ ਨਹੀਂ ਹੈਗਾ ਇਹਦਾ ਤੇ ਪਰ ਸਾਨੂੰ ਕਈ ਕੁਐਸਚਨ ਪੁੱਛਦੇ ਲੋਕੀ ਇਹ ਕਿਤੋਂ ਦੀ ਦਵਾਈ ਕਿੱਦਾਂ ਆਉਂਦੀ ਹੈ ਕੀ ਇਹ ਹੁੰਦਾ ਹੈ ਚ ਕਿ ਉਹ ਤੁਸੀਂ ਜੀਪੀ ਨੂੰ ਤਾਂ ਕਦੇ ਪੁੱਛਦੇ ਨਹੀਂ ਕਦੇ ਨਹੀਂ ਪੁੱਛਦੇ ਕੋਈ ਗੱਲ ਨਹੀਂ ਕਰਦੇ ਜੋ ਕਹਿੰਦਾ ਉਹ ਦਿੰਦਾ ਹਾਂ ਹਾਂ ਐਗਜੈਕਟਲੀ ਤੇ ਹੁਣ ਤੁਹਾਨੂੰ ਪਤਾ ਹੈ ਕਿ ਜਿੱਦਾਂ ਹੁਣ ਭੈਣ ਜੀ ਨੇ ਟੀਕੇ ਲਵਾਏ ਉਹਨਾਂ ਦੇ ਇਹਨਾਂ ਨੁਕਸਾਨ ਪਹੁੰਚਿਆ ਬਹੁਤ ਹੀ ਇਦਾਂ ਦੇ ਐਲੋਪੈਥਿਕ ਟ੍ਰੀਟਮੈਂਟਸ ਹੈਗੇ ਆ ਦਵਾਈਆਂ ਹੈਗੀਆਂ ਟੀਕੇ ਹੈਗੇ ਜਿ ਸੋ ਇਹ ਮੈਂ ਕਹਿਣਾ ਪਈ ਦੇਖੋ ਅੱਜ ਕੱਲ ਸਾਰਿਆਂ ਦੇ ਬੱਚੇ ਪੜੇ ਲਿਖੇ ਆ ਉਹਨਾਂ ਨੂੰ ਪਹਿਲਾਂ ਦੱਸੋ ਪਈ ਸਾਨੂੰ ਜੀਪੀ ਕਹਿੰਦਾ ਪਿਆ ਇਹ ਟ੍ਰੀਟਮੈਂਟ ਤਨ ਦੇਣੀ ਆ ਉਹ ਥੋੜੀ ਜਿਆ ਰਿਸਰਚ ਕਰ ਸਕਦੇ ਪਤਾ ਕਰ ਸਕਦੇ ਪਈ ਇਹ ਤੁਹਾਡੇ ਫਾਇਦੇਮੰਦ ਹੋਊਗਾ ਜਾਂ ਕੇ ਨਹੀਂ ਫਾਇਦੇਮੰਦ ਹੋਊਗਾ ਇਹ ਥੋੜੋ ਤੁਸੀਂ ਅੱਖਾਂ ਮੀਟ ਕੇ ਤੁਸੀਂ ਜਿੱਦਾਂ ਜੀਪੀ ਨੇ ਕਹਿਤਾ ਉਦਦੇ ਮੰਨ ਲਿਆ ਪਿਆ ਇਹ ਦਵਾਈ ਤਨ ਖਾਣੀ ਪੈਣੀ ਅੱਛਾ ਮੈਂ ਖਾ ਲੈਣਾ ਇਹ ਤਾਂ ਇਹ ਤਾਂ ਤੁਹਾਡੀ ਆਪਣੀ ਮਰਜ਼ੀ ਆ ਤੁਸੀਂ ਉਹ ਟ੍ਰੀਟਮੈਂਟ ਲੈਣੀ ਕਿ ਨਹੀਂ ਲੈਣੀ ਤੁਹਾਡਾ ਪੂਰਾ ਹੱਕ ਆ ਨਾ ਕਰਨ ਦਾ ਤੇ ਤੁਸੀਂ ਆਪਣੇ ਕੋਈ ਤੁਹਾਡੇ ਕੋਈ ਟੈਸਟ ਵੀ ਹੁੰਦਾ ਹੈ ਤੁਸੀਂ ਉਹ ਜੀਪੀ ਕੋਲ ਆਪਣਾ ਰਿਪੋਰਟ ਦੀ ਕਾਪੀ ਲੈ ਸਕਦੇ ਆਂ ਅੱਜ ਕੱਲ ਇਦਾਂ ਨਹੀਂ ਹੈਗਾ ਕਿ ਜੀਪੀ ਤੁਹਾਨੂੰ ਕਦੇ ਵੀ ਰਿਫਿਊਜ਼ ਕਰੇ ਕਿ ਤੁਸੀਂ ਨਹੀਂ ਲੈ ਸਕਦੇ ਹੈ ਡਾਕਟਰ ਜੀ ਮੈਂ ਤਾਂ ਇਹ ਕਹਿੰਦਾ ਦੇਖੋ ਅਸੀਂ ਤਰ੍ਹਾਂ ਤਰ੍ਹਾਂ ਦੀਆਂ ਜਦੋਂ ਡਾਕਟਰ ਕੋਲ ਜਾਂਦੇ ਅਸੀਂ ਬਿਮਾਰੀਆਂ ਡਿਸਕਸ ਕਰਦੇ ਆਂ ਇਹਦੇ ਨਾਲ ਤੁਹਾਡੀ ਨੌਲੇਜ ਵੱਧਦੀ ਹੈ ਜਦੋਂ ਤੁਸੀਂ ਜਿਹੜੀ ਵੀ ਬਿਮਾਰੀ ਕਿਸ ਜੋ ਵੀ ਅਸੀਂ ਗੱਲਾਂ ਕਰਦੇ ਰੇਡ ਮੋਰੀਆਂ ਦੀ ਕੀਤੀ ਹੈ ਗਰਮ ਪਾਣੀ ਠੰਡੇ ਪਾਣੀ ਦਾ ਹੋਰ ਵੀ ਅੱਗੇ ਗੱਲਾਂ ਬਾਤ ਕਰਾਂਗੇ ਕਿ ਤੁਸੀਂ ਪੋਜ਼ਿਟਿਵ ਰਹੋ ਤੁੱਚ ਜਦੋਂ ਡਾਕਟਰ ਕੋਲ ਜਾਣੇ ਉਹ ਨਾ ਸਦੇ ਤੋਂ ਸਿੱਖ ਕੇ ਸੁਣ ਕੇ ਨਾ ਉਹਨੂੰ ਸਵਾਲ ਜਵਾਬ ਕਰੋ ਡਾਕਟਰ ਨੂੰ हां ना ਦੇ ਵਿੱਚੋਂ ਨੂੰ ਪੁੱਛੋ ਕਿ ਉਹ ਖਾਤੇ ਕਿਸ ਲਈ ਮੈਨੂੰ ਜੇ ਮੈਂ ਨਾ ਖਾਵਾਂ ਕੋਈ ਹੋਰ ਤਰੀਕਾ ਦੱਸ ਅਸਲੀ ਨਹੀਂ ਪੱਜੀ ਕਦੀ ਨਹੀਂ ਗੱਲ ਕਰਦੇ ਕਦੇ ਵੀ ਨਹੀਂ ਕਦੇ ਵੀ ਨਹੀਂ ਕਦੇ ਵੀ ਨਹੀਂ ਕਰਦੇ ਜੋ ਉਹਨੇ ਕਿਹਾ ਤਾ ਤੂੰ ਖਾਲਾ ਬਸ ਬਸ ਉਹੀ ਮੰਨ ਲੈਂਦੇ ਆ ਦੱਸ ਉਹਨੂੰ ਪੁੱਛਣਾ ਤਾਂ ਚਾਹੀਦਾ ਪੇਦਾ ਕਿੰਨਾ ਕੀ ਇਫੈਕਟ ਪੈਂਦਾ ਆ ਇਹ ਤਾਂ ਕੋਈ ਸਾਈਡ ਇਫੈਕਟ ਤਾਂ ਨਾ ਹੋਊਗਾ ਤੇ ਮੈਂ ਇਹਨਾਂ ਕੀ ਬਿਲਕੁਲ ਠੀਕ ਹੋ ਜਊਂਗੀ ਜਾਂ ਕਿ 50% ਠੀਕ ਹੋਊਂਗੀ ਵੀ ਕੀ ਚਾਂਸ ਹੈਗਾ ਠੀਕ ਹੋਣ ਦੀ ਕਿੰਨੀ ਸਟਰੋਂਗ ਹੈ ਕਿ ਮੈਨੂੰ ਲਾਈਟਰ ਦੇ ਦੇ ਸਟਰੋਂਗਰ ਦੇ ਦੇ ਐਗਜੈਕਟਲੀ ਦੈਟਸ ਰਾਈਟ ਯੂ نو ਐਂਡ ਇਸ ਵੇ ਲੱਗ ਕੇ ਹਲਵੀ ਪੰਜੀ ਤਕਲੀਫ ਚਾਤੇ ਪਰ ਤੇ ਕਲੀਫ ਸਰਫ ਤੇ ਕਲੀਫ ਨਹੀਂ ਉਹਨਾਂ ਦਾ ਬਾਅਦ ਗਿਆ ਫੋਰ ਪ੍ਰੋਬਲਮ ਆ ਗਈ ਬਾਅਦ ਗਿਆ ਜਾ ਦੇਰ ਸਟ੍ਰਿਪ ਹੋ ਗਿਆ ਜੋ ਵੀ ਹੋ ਗਿਆ ਪੂਕ ਮਰ ਗਈ ਉਹਨਾਂ ਦੀ ਸੋ ਏ ਵੈਰੀ ਡਿਫਿਕਲਟ ਏਦਾਂ ਦੇ ਸਾਈਡ ਇਫੈਕਟਸ ਜਿਹੜੇ ਮੈਨੇਜ ਕਰਨੇ ਤੇ ਅਸੀਂ ਕੋਸ਼ਿਸ਼ ਕਰੀ ਦੀ ਆ ਭਈ ਹੋਮੀਪੈਥ ਦਵਾਈ ਦੇ ਨਾਲ ਉਹਨਾਂ ਦੇ ਸਾਈਡ ਇਫੈਕਟ ਕੱਟਣ ਦੇ ਤੇ ਖਾਸ ਕਰਕੇ ਕਈ ਲੋਕਾਂ ਦੇ ਜਿਹੜੇ ਕੋਵਿਡ ਦੇ ਟੀਕੇ ਲੱਗੇ ਉਹਨਾਂ ਨੂੰ ਬਹੁਤ ਨੁਕਸਾਨ ਪਹੁੰਚਿਆ ਤੇ ਉਹਦੇ ਲਈ ਅਸੀਂ ਸਪੈਸ਼ਲੀ ਦਵਾਈਆਂ ਬਣਾਈਆਂ ਭਈ ਉਹਨਾਂ ਦਾ ਬੈਡ ਇਫੈਕਟਸ ਜਿਹੜੇ ਹੋਏ ਉਹ ਕੱਟਣ ਲਈ ਪਰ ਜੇ ਦੂਸਰਾ ਅੰਕੇ ਮੂਵ ਕਰਦੇ ਮੈਂ ਦੱਸਿਆ ਤਰ੍ਹਾਂ ਤਰ੍ਹਾਂ ਦੀ ਗੱਲਾਂ ਹੁੰਦੀਆਂ ਮੈਂ ਹਮੇਸ਼ਾ ਵੀ ਕਹਿੰਦਾ ਪਲੀਜ਼ ਅਗਰ ਤੁਸੀਂ ਕੋਈ ਚਾਹਦੇ ਹੋ ਕਿ ਮੈਨੂੰ ਪਹਿਲਾਂ ਦਿਨ ਕਰਕੇ ਦੱਸ ਦਿਆ ਕਰੋ ਕੋਈ ਬਿਮਾਰੀ ਬਾਰੇ ਡਿਸਕਸ ਕਰੀਏ ਕਿਸੇ ਵੀ ਤਰ੍ਹਾਂ ਦੀ ਦੇਖੋ ਮੈਂ ਆਪਣੇ ਬਲੱਡ ਸਵਾਲਾਂ ਕੇ ਅੰਦਰ ਕਿੰਨੀ ਦਫਾ ਲੋਕਾਂ ਨੇ ਮੈਨੂੰ ਰਿੰਕ ਕੀਤਾ ਪਲੀਜ਼ ਆ ਦੇ ਆ ਦੇ ਆ ਦੇ ਬਾਰੇ ਪੁੱਛੀ ਤੇ ਮੈਂ ਡਾਕਟਰ ਨੂੰ ਸਵਾਲ ਪੁੱਛ ਲੈਣਾ ਹੈ ਉਹ ਨਾਤੇ ਜਿਹਨੇ ਬੰਦੇ ਨੂੰ ਕਿਹਾ ਉਹਦਾ ਫਾਇਦਾ ਬਾਕੀ ਹੋਰ ਜੁਨੀਅਰ ਵੀ ਤੱਕ ਬਿਮਾਰੀ ਸੇਮ ਹੋ ਗਈ ਨਾ ਬڑے ਲੋਕ ਸਫਰ ਕਰਦੇ ਪਾਜੀ ਮੈਂ ਪਹਿਲਾਂ ਕਹਿਆ ਕਿਹਾ ਸੀ ਕਿ ਬਿਮਾਰੀ ਹਰਦੀ ਦੂਜੀ ਤੇ ਹਰ ਹੋ ਜਾਂਦੀ ਹੈ ਇੱਕਦਮ ਹਾਂਜੀ ਦੈਸ ਰਾਈਟ ਹੈ ਰਾਈਟ ਬੰਦਾ ਫਿਰ ਫਾਇਦਾ ਵੀ ਹੋ ਜਾਂਦਾ ਨਾ ਪਾਜੀ ਕਹਿੰਦਾ ਮੈਂ ਕੀ ਕਰਾਂ ਮੈਂ ਐਜ਼ ਅ ਮਸਲਾਜ ਕਿੰਨਾ ਨਵਾਂ ਸ਼ੁਰੂ ਹੋ ਗਿਆ ਨਵਾਂ ਸ਼ੁਰੂ ਹੋ ਗਿਆ ਹਾਂਜੀ ਹਾਂਜੀ ਸੌਦਾ ਇਦਾਂ ਹੀ ਆਪੇ ਦੇਖੋ ਹਰੇਕ ਘਰ ਵਿੱਚ ਕੋਈ ਨਾ ਕੋਈ ਬਿਮਾਰ ਬੰਦਾ ਹੁੰਦਾ ਹੀ ਆ ਤੇ ਹੁਣ ਜੇ ਆਪਾਂ ਇੱਥੇ ਡਿਸਕਸ ਕਰਦੇ ਆਂ ਤੇ ਸੁਣਦੇ ਆ ਉਹਨਾਂ ਨੂੰ ਕੋਈ ਨਾ ਕੋਈ ਫਾਇਦਾ ਹੋ ਸਕਦਾ ਭਜੀ ਮੈਂ ਤਾਂ ਹਮੇਸ਼ਾ ਕਹਿੰਦਾ ਨੌਲੇਜ ਜਿੰਨੀ ਹੋਵੀ ਉਹਨਾਂ ਦਾ ਫਾਇਦਾ ਹੈਗਾ ਲੇਕਿਨ ਜੰਪ ਨਾ ਕਰੋ ਫਟਾਫਟ ਸਵਾਲ ਕਰੋ ਪੁੱਛੋ ਤੁਹਾਡੇ ਜਿਸ ਸਮੇਂ ਤੁਸੀਂ ਦਵਾ ਖਾਣੀ ਹੈ ਕੀ ਫਰਕ ਪੈਂਦਾ ਕੀ ਨਹੀਂ ਪੈਂਦਾ ਪਿਆ ਤੇ ਹੁਣ ਉਹਦੀ ਤਕਲੀਫ ਘਟਦੇ ਪਿਆ ਮੈਂ ਪਲੀਜ਼ ਚਾਹੁੰਦਾ ਕਿ ਤੁਸੀਂ ਕੱਲ ਪੰਜੀ ਜ਼ਰੂਰ ਕਾਲ ਕਰਿਓ ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਸਾਡੇ ਕਾਲ ਸੈਂਟਰ ਤੋਂ ਨੰਬਰ ਲੈ ਕੇ 10 ਟੂ 11 ਕਲ ਬੁਧਵਾਰ ਹੈ ਕੱਲ ਕਾਲ ਕਰਦੇ ਜੀ ਮਿਸ ਕਿਤਨਾ ਫਰਾਇਡ ਕਰ ਰਹੇ ਪਰ ਇੱਕ ਦਿਨ ਮਿਸ ਕਿਉਂ ਕਰਨਾ ਜਿੰਨੀ ਛੇਤੀ ਕਰਨਾ ਇਲਾਜ ਕਰਾਓ ਤਾਂ ਕਿ ਕੁਛ ਨਾ ਕੁਛ ਉਹਦਾ ਫਾਇਦਾ ਹੋਵੇ ਡਾਕਟਰ ਜੀ ਮੈਂ ਨੈਕਸਟ ਰੋਲ ਗੱਲ ਕਰਦੇ ਆਪਾਂ ਜਿਹੜੇ ਏਅਰ ਦੇ ਵਿੱਚ ਵੈਕਸ ਪੈਂਦੀ ਹੈ ਨਾ ਹਾਂਜੀ ਬਲੌਕ ਹੋ ਜਾਂਦੇ ਆ ਹੂੰ ਹੂੰ ਇਹ ਹੁਣ ਕਿਸ ਤਰ੍ਹਾਂ ਹੋ ਦੇ ਹਾ ਦਸ ਦੈਟ ਹੈਪਨ ਹਾਂਜੀ ਸੋ ਕੰਨਾਂ ਦੇ ਵਿੱਚ ਜਿਹੜਾ ਵੈਕਸ ਪੈਦਾ ਹੋਣਾ ਸੌਰੀ ਮੈਂ ਫੇਰ ਮਾਫੀ ਚਾਹਾਂਗਾ ਆਪਾਂ ਕਾਲ ਲੈ ਲੇ ਪਹਿਲਾਂ ਹੈਲੋ ਜੀ ਸ਼ਸ਼ੀ ਕਾਨ ਸਰ ਤਸਦੀਕ ਸ਼ਸ਼ੀ ਕਾਲ ਜੀ ਆਪਣਾ ਨਾਮ ਦੱਸੋਗੇ ਕਿੱਥੋਂ ਬੋਲਦੇ ਹੋ ਹਾਂ ਸਵੇਰ ਤੋਂ ਬੋਲਦੇ ਹਾਂ ਹਾਂਜੀ ਸਾਰੇ ਪਾ ਕਨਸਪੈਕਸ਼ਨ ਬੋਲ ਦਿਓ ਹਾਂ ਜੀ ਸਵੇਰ ਨੂੰ ਬੋਲਦਾ ਮੈਂ ਲੰਡਨ ਤੋਂ ਭਾਜੀ ਥੈਂਕ ਯੂ ਸਵਾਗਤ ਹੰ ਤੁਸੀਂ ਸਿੱਧੇ ਡਾਕਟਰ ਨਾਲ ਗੱਲ ਕਰੋ ਜੀ ਬੋਲੋ ਡਾਕਟਰ ਜੀ ਮੈਨੂੰ ਰਾਤ ਨੂੰ ਕਈ ਵਾਰ ਉੱਤੇ ਪਏ ਨੂੰ ਆਪਣੇ ਗਲੇ ਦੇ ਵਿੱਚ ਨਾ ਆਪਣੇ ਤੋਂ ਨੱਕ ਤੋਂ ਗਲੇ ਦੇ ਵਿੱਚ ਰੇਸ਼ਾ ਡਿੱਗਦਾ ਪਾਣੀ ਜਿਹਾ ਜੱਟਰਾ ਨਹੀਂ ਜਿਵੇਂ ਰੇਸ਼ਾ ਡਿੱਗਦਾ ਹਾਂ ਹਾਂ ਜੀ ਹਾਂ ਜੀ ਹਾਂ ਤੇ ਮੈਨੂੰ ਕਈ ਵਾਰ ਖੁਕਰਾ ਪੈਂਦਾ ਹੈ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਸੋ ਤੁਹਾਨੂੰ ਲੱਗਦਾ ਪਏ ਉੱਤੇੋਂ ਡਿਗਦਾ ਆ ਗਲੇ ਚ ਨੂੰ ਹਾਂਜੀ ਹਾਂਜੀ ਸੋ ਨੱਕ ਵਿੱਚੋਂ ਡਿਗਦਾ ਗਲੇ ਚ ਨੂੰ ਹਾਂਜੀ ਹਾਂਜੀ ਗਲੇ ਚ ਨੂੰ ਠੀਕ ਹੈ ਜੀ ਇਹ ਪੋਸਟ ਨੈਜ਼ਲ ਕਟਾਰੇ ਨੂੰ ਕਹਿੰਦੇ ਆ ਹਾਂਜੀ ਪੋਸਟ ਨੈਜ਼ਲ ਕਟਾਰੇ ਨੂੰ ਕਹਿੰਦੇ ਆ ਜੀ ਇੰਗਲਿਸ਼ ਵਿੱਚ ਤੇ ਇਹ ਇਹ ਹੈਗਾ ਤੁਹਾਡੇ ਸਾਈਨਸ ਵਿੱਚੋਂ ਰੇਸ਼ਾ ਡਿਗ ਰਹੀ ਆ ਹਾਂਜੀ ਹਾਂਜੀ ਸਾਈਨਸ ਹੁੰਦੇ ਆ ਨਾ ਮੱਥੇ ਵਿੱਚ ਸਾਈਨਸ ਹੁੰਦੇ ਆ ਪਰਿਵਾਇਦਿਤ ਹੁੰਦੇ ਜੀ ਅੱਛਾ ਜੀ ਇਹ ਮੈਂ ਕਹਿਣਾ ਪਈ ਤੁਹਾਨੂੰ ਇਹ ਜਿਹੜੀ ਪੋਸਟ ਨੇ ਜਲਕਟਾਰਿਆ ਇਹ ਸਾਈਨਸ ਵਿੱਚੋਂ ਤੁਹਾਡੇ ਰੇਸ਼ਾ ਬਣ ਰਹੀ ਆ ਰੇਸ਼ਾ ਬਣ ਰਹੀ ਹੈ ਨਾ ਹਾਂ ਹਾਂ ਹਾਂਜੀ ਤੇ ਇਹ ਫੇ ਗਲੇ ਵਿੱਚ ਡਿੱਗਦੀ ਰਹਿੰਦੀ ਹੈ ਸਾਈਨਸ ਤੁਹਾਡੇ ਇੱਥੇ ਮੱਥੇ ਵਿੱਚ ਹੁੰਦੇ ਜਾਂ ਇੱਥੇ ਨੱਕ ਦੇ ਸਾਈਡਾਂ ਤੇ ਸਾਈਨਸ ਹੁੰਦੇ ਆ ਅੱਛਾ ਜੀ ਤੇ ਇੱਥੇ ਸੋਜ ਪੈ ਜਾਂਦੀ ਫੇ ਇੱਥੇ ਰੇਸ਼ਾ ਬਣ ਲੱਪੈਂਦੀ ਆ ਹਾਂਜੀ ਇਹ ਫੇ ਗਲੇ ਵਿੱਚ ਰੇਸ਼ਾ ਡਿੱਗਦੀ ਰਹਿੰਦੀ ਹੈ ਖਾਸ ਕਰਕੇ ਰਾਤ ਨੂੰ ਤੁਸੀਂ ਲੰਬੇ ਪਏ ਹੁੰਦੇ ਆ ਨਾ ਹਾਂਜੀ 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 ਫੇ ਠੁੱਕਣਾ ਪੈਂਦਾ ਹੈ ਤੇ ਇਹਦਾ ਤੁਹਾਨੂੰ ਥੋੜੀ ਜਿਹੀ ਤੁਹਾਨੂੰ ਪਰਹੇਜ ਦੱਸ ਦਿੰਨੇ ਆ ਵੀ ਜਿਹੜੀਆਂ ਤੁਹਾਨੂੰ ਚੀਜ਼ਾਂ ਰੇਸ਼ਾ ਕਰਦੀਆਂ ਬਾਈ ਵਾਲੀਆਂ ਚੀਜ਼ਾਂ ਹੁੰਦੀਆਂ ਐ ਖਾਸ ਕਰਕੇ ਗਾਂ ਦੇ ਦੁੱਧ ਤੋਂ ਬਣੀਆਂ ਚੀਜ਼ਾਂ ਜਿਹੜੀਆਂ ਐ ਅੱਛਾ ਅੱਛਾ ਤੇ ਉਹ ਉਹ ਜੰਤ ਕੇਲਾ ਜਿਹੜਾ ਬਹੁਤ ਰੇਸ਼ਾ ਕਰਦਾ ਆ ਅੱਛਾ ਇਹ ਚੀਜ਼ਾਂ ਤੁਸੀਂ ਪਹਿਲਾਂ ਬੰਦ ਕਰਕੇ ਦੇਖ ਲਿਓ ਹਾਂਜੀ ਤੁਸੀਂ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਂਦਾ ਜੋ ਚੀਜ਼ ਖਾਂਦੇ ਆ ਇਹਦੇ ਨਾਲ ਮੈਨੂੰ ਰੇਸ਼ਾ ਬਣਦੀ ਕਿ ਨਹੀਂ ਬਣਦੀ ਹੈਗੀ ਅੱਛਾ ਤੇ ਉਹ ਪਹਿਲਾਂ ਇਹਦਾ ਪਰਹੇਜ ਕਰਕੇ ਦੇਖ ਲਿਓ ਠੀਕ ਹੈ ਜੀ ਧੰਨਵਾਦ ਤੇ ਜੀ ਠੀਕ ਹੋ ਗਿਆ ਕਹਿੰਦਾ ਫਿਰ ਮੈਂ ਭੂਮ ਕ ਪਹਿਲਾਂ ਵੀ ਕੀਤਾ ਸੀ ਉਹ ਕੁਝ ਉੱਚ ਉਹੋੜਾ ਚੱਕਰਾ ਉਹ ਕਹਿੰਦਾ ਵੀ ਉੱਥੇ ਹੈ ਨਹੀਂ ਉਹਨਾਂ ਨੂੰ ਨਹੀਂ ਮੈਂ ਵੀ ਕਹਾਂ ਤੇ ਪਤਾ ਨਹੀਂ ਕਿਹੜੇ ਨੰਬਰ ਤੇ ਤੁਸੀਂ ਕਰਦੇ ਜੀ ਪਿਛਲੇ ਹਫਤੇ ਮੈਂ ਛੁੱਟੀ ਤੇ ਸੀ ਤੁਸੀਂ ਟੈਲੀਵਿਜ਼ਨ ਤੇ ਆਪਣੇ ਜਿਹੜਾ ਨੰਬਰ ਦਿੰਦੇ ਹੈ ਨਾ ਆਪਣੇ ਜਿਹੜਾ ਤੁਹਾਡਾ ਨੰਬਰ ਆ ਹਾਂ ਜੀ ਮੋਬਾਈਲ ਦਾ ਹਾਂ ਹਾਂ ਨਹੀਂ ਉਹ ਫਿਰ ਆਨਸਰ ਫੋਨ ਤੁਸੀਂ ਆਨਸਰ ਫੋਨ ਤੇ ਕਰਦੇ ਹੋਣੇ ਹਾਂ ਜੀ ਆਨਸਰ ਫੋਨ ਤੇ ਹਾਂਜੀ 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 ਇੱਕ ਟਾਈਮ ਰੱਖਿਆ ਜਦੋਂ ਲਾਈਨ ਖੁੱਲਦੀ ਹੁੰਦੀ ਹੈ ਤੇ ਉਹ ਟਾਈਮ ਦੇ ਵਿੱਚ ਵਿਚਾਰ ਕਰਨਾ ਪੈਂਦਾ ਹੈ ਓਕੇ ਥੈਂਕ ਯੂ ਸਪੈਸ਼ਲ ਜੀ ਥੈਂਕ ਯੂ ਥੈਂਕ ਯੂ ਵੈਰੀ ਮਚ ਤੁਸੀਂ ਕਾਲ ਕੀਤਾ ਅਸੀਂ ਤੁਹਾਡੇ ਬੋਤੀ ਚਰਚਾ ਵੀ ਕਰਾਂਗੇ ਤੁਹਾਡੀ ਬਿਮਾਰੀ ਦਾ ਡਾਕਟਰ ਕਾਫੀ ਕਾਮਨ ਹੈ ਬੜੇ ਲੋਕੀ ਨੂੰ ਹੁੰਦਾ ਹੈ ਕਿਹਦੇ ਨਾ ਰੇਸ਼ਾ ਡਿੱਗਦਾ ਅਸੀਂ ਇਹਦਾ ਡਿਸਕ੍ਰਾਈਬ ਕਰਦੇ ਹਾਂ ਦੱਸ ਰਹੀ ਦੱਸ ਰਹੀ ਹੈ ਮੈਂ ਪਹਿਲਾਂ ਅਬਸੋਨ ਦੱਸਵਾ ਪਾਜੀ ਮੰਡੇ ਬਜੇ ਫਰਡੇ 10 ਤੋਂ 11 ਫੋਨ ਕਰਨਾ ਸਪੈਸ਼ਲ ਨੰਬਰ ਹੈਗਾ ਡਾਕਟਰ ਜੀ ਦਾ ਓਨਲੀ 10 ਤੋਂ 11 ਦਾ ਪਹਿਲਾਂ ਦਾ ਬਾਅਦ ਵਿੱਚ ਤੇ ਤੁਸੀਂ ਕਾਲ ਕਰਕੇ ਡਾਕਟਰ ਜੀ ਨਾਲ ਗੱਲ ਕਰੋ ਵਨ ਟੂ ਵਨ ਕਨਸਲਟੇਸ਼ਨ ਖੁਦ ਕਰੋ ਕਿਉਂਕਿ ਬੜੇ ਸਵਾਲ ਹੁੰਦੇ ਨੇ ਜੋ ਓਨ 에ਅਰ ਸੀ ਦੁੰਦੇ ਪਲੇ ਪਰਸਨਲ ਸਵਾਲ ਹੁੰਦੇ ਨਾਲੇ ਮੈਡੀਕਲ ਜਿਹੜੀ ਚੀਜ਼ ਹੁੰਦੀ ਹੈ ਤੁਹਾਨੂੰ ਜੀਪੀ ਆਪਣੇ ਰੂਮ 'ਚ ਲਾ ਕੇ ਕੱਲ੍ਹ ਨਾਲ ਗੱਲ ਕਰਦਾ ਉਹ ਕਹਿੰਦਾ ਸਾਰੇ ਪਬਲਿਕ 'ਚ ਬੈਠ ਕੇ ਕਰਦਾ ਇੱਥੇ ਤਾਂ ਸਭ ਦੁਨੀਆ ਸਭ ਦੁਨੀਆ ਸੁਣਦੀ ਪਈ ਹੈ ਤੇ ਉਮੀਦ ਰੱਖਦਾ ਕਿ ਤੁਸੀਂ ਕਾਲ ਕਰੋ ਡਾਕਟਰ ਜੀ ਪਾਸ ਲਾਜ਼ਮ ਜ਼ਰੂਰ ਹੈਗਾ ਤੇ ਟ੍ਰਾਈ ਕਰੋ ਅ ਪੋਜੀਟਿਵ ਰੋਬੋ ਤੇ ਕੁਸ਼ਤਮ ਕੁਸ਼ਤੂਸੀ ਆਪਣਾ ਉਹਦੇ ਗੱਲਬਾਤ ਕਰਾਂਗੇ ਦੂਸਰੀ ਗੱਲ ਬੜੇ ਲੋਕਾਂ ਦੇ ਫੋਨ ਅੰਦਰ ਕਿ ਡਾਕਟਰ ਜੀ ਮਿਲ ਨਹੀਂ ਤੋ ਨਹੋਣੀ ਡਾਕਟਰ ਜੀ ਨੇ ਸ਼ੁਰੂਆਤ ਵਿੱਚ ਦੱਸਿਆ ਸੀਗਾ ਕਿ ਹੌਲੀਡੇ ਸੀਗਾ ਜਦ ਹੌਲੀਡੇ ਤੇ ਡਾਕਟਰ ਜੀ ਨੇ ਕੋਈ ਕਾਲ ਨਹੀਂ ਦਿੱਤੇ ਨਾ ਡਾਕਟਰ ਜੀ ਇਸ ਬੈਕ 100% ਤੁਸੀਂ ਜਦੋਂ ਮਰਜੀ ਨਾ ਜਦੋਂ ਮਰਜੀ ਬਿਚਨ 11 ਮੰਦੇ ਬੈਸਟਰ ਕਾਲ ਕਰੋ ਐਂਡ ਹੀ ਇਸ देयर ਟੂ ਅਨਸਰ ਯੋਰ ਕਾਲਸ ਕੀਪ ਟ੍ਰਾਈਂਗ ਟੂ ਗੇਟ ਹਿਮ ਲੋਕਲੀਜ਼ਡ ਦੇ 2 ਵੀਕ 2 ਵੀਕ ਮਿਸ ਕੀਤਾ ਦੇ ਉਹਨਾਂ ਕਾਫੀ ਲਾਈਨਾਂ ਬੀਜ਼ੀ ਹੁੰਦੀਆਂ ਤਾਂ ਲਾਈਨਾਂ ਬਹੁਤ ਬੀਜ਼ੀ ਹੈਗੀ ਬਹੁਤ ਬੀਜ਼ੀ ਹੈਗੀ ਸੋ ਇਤਦਾਂ ਵੀ ਹੈਗਾ ਕਿ ਅਸੀਂ ਕਾਲ ਸਾਰੇ ਨਹੀਂ ਲੈ ਸਕਦੇ ਹੁੰਦੇ 10 ਤੋਂ 11 ਤੱਕ ਪਰ ਜਦੋਂ ਮਿਸਡ ਕਾਲ ਹੋ ਜਾਂਦਾ ਹੈ ਨਾ ਅਸੀਂ ਫਿਰ ਜਦੋਂ ਟਾਈਮ ਹੁੰਦਾ ਹੈ ਵੇਲੇ ਵੇਲੇ ਟਾਈਮ ਤੇ ਅਸੀਂ ਵਾਪਸ ਫੋਨ ਕਰ ਲੇਦਾ ਠੀਕ ਹੈ ਸੋ ਇਤਦਾਂ ਹੈਗਾ ਕਿ ਇਹਨਾਂ ਨੂੰ ਆਪਣਾ ਫੋਨ ਖੁੱਲਾ ਰੱਖਣਾ ਚਾਹੀਦਾ ਸਾਰਾ ਦਿਨ ਫਿਰ ਅਸੀਂ ਕਿਸੇ ਵੀ ਵੇਲੇ ਵੀ ਜਦੋਂ ਵੇਲੇ ਹੁੰਨੇ ਕਰ ਸਕਦੇ ਇਹਨਾਂ ਨੂੰ ਵਾਪਸ ਬਹੁਤ ਅੱਛੀ ਗੱਲ ਹੈ ਜੇ ਤੁਸੀਂ ਕਾਲ ਕੀਤਾ ਤੇ ਉਹਨਾਂ ਨੇ ਨਹੀਂ ਪੀਕ ਕੀਤਾ ਤਾਂ ਮਤਲਬ ਡਾਕਟਰ ਜੀ ਨੂੰ ਪਤਾ ਲੱਗ ਗਿਆ ਤੇ ਉਹਦੋਂ ਜਦੋਂ ਟਾਈਮ ਲੱਗੇਗਾ ਤੁਹਾਨੂੰ ਕਾਲ ਕਰਨਗੇ ਲੇਕਿਨ ਫੋਨ ਦੇ ਕਾਲ ਰਿਆ ਕਰੋ ਕਿਉਂਕਿ ਪਤਾ ਨਹੀਂ ਹੁੰਦਾ ਕਿੰਨਾ ਟਾਈਮ ਲੱਗੇਗਾ ਜਦੋਂ ਉਹਨਾਂ ਨੇ ਵਾਪਸ ਕਾਲ ਕਰਨਾ ਬੜਾ ਇੰਪੋਰਟੈਂਟ ਆ ਲੋਕੀ ਫੋਨ ਕਰਦੇ ਨੇ ਮਿਸ ਕਰ ਦਿੱਤਾ ਕਿਉਂਕਿ ਡਾਕਟਰ ਨੇ ਅਨਸਰ ਨਹੀਂ ਕੀਤਾ ਤੇ ਫੋਨ ਬੰਦ ਕਰ ਦਿੰਦੇ ਨੇ ਜਾਂ ਉਹਦੇ ਪਰੇ ਚਲੇ ਜਾਂਦੇ ਨੇ ਹਾਂ ਜੀ ਕਈ ਵਾਰੀ ਵਾਪਸ ਫੋਨ ਕਰੀਦਾ ਤੇ ਉਹਨਾਂ ਦਾ ਫੋਨ ਬੰਦ ਹੁੰਦਾ ਹੈ ਫੋਨ ਬੰਦ ਹੁੰਦਾ ਜਾਂ ਚੱਕ ਦੇਣੀ ਆ ਠੀਕ ਹੈ ਠੀਕ ਹੈ ਹਾਂ ਜੀ ਕਿਉਂਕਿ ਜੇ ਤੁਸੀਂ ਡਾਕਟਰ ਦਾ ਫੋਨ ਐਕਸਪੈਕਟ ਕਰਦੇ ਨਾ ਫੋਨ ਨੂੰ ਬਿਲਕੁਲ ਆਪਣੇ ਨਾਲ ਹੀ ਰੱਖੋ ਤਾਂ ਕਿ ਐਟ ਲੀਸਟ ਉਸੇ ਕਾਲ ਮਿਸ ਨਾ ਹੋਵੇ ਜੇ ਡਾਕਟਰ ਜਪਾ ایر ਬੈਕਸ ਦੀ ਗੱਲ ਕਰਦੇ ਸੀ ਹਾਂਜੀ ਸੋ ਜਿਹੜਾ ਵੈਕਸ ਕੰਨ ਦੇ ਵਿੱਚ ਬਣਨਾ ਉਹ ਇੱਕ ਨੈਚੁਰਲ ਕੁਦਰਤੀ ਨਾਰਮਲ ਚੀਜ਼ ਆ ਨਾਰਮਲ ਚੀਜ਼ ਆ ਹਾਂਜੀ ਕਰਕੇ ਉਹ ਜਿਹੜਾ ایر ਡਰਾਮ ਆ ਪੜਦਾ ਆ ਕੰਨ ਦਾ ਉਹਨੂੰ ਪ੍ਰੋਟੈਕਸ਼ਨ ਕਰਦਾ ਆ ਹਾਂਜੀ ਸੋ ਇਟਸ ਅ ਪ੍ਰੋਟੈਕਸ਼ਨ ਫॉर ਇਟ ਤੇ ਕਈ ਵਾਰੀ ਹੁੰਦਾ ਪਈ ਜ਼ਿਆਦਾ ਬਣ ਜਾਂਦਾ ਆ ਜ਼ਿਆਦਾ ਬਣ ਜਾਂਦਾ ਫਿਰ ਤੁਹਾਨੂੰ ਕੱਢਣਾ ਪੈਂਦਾ ਹਾਂਜੀ ਪਰ ਕੀ ਕਰਦੇ ਹੁੰਦੇ ਸੀ ਉਹ ਕਾਟਨ ਬੱਡ ਬਣਦੇ ਸੀ ਉਹ ਕਾਟਨ ਬੱਡ ਨਾਲ ਲੁਕੀ ਕਰਦੇ ਰਹਿੰਦੇ ਸੀ ਤੇ ਉਹ ਜਾਂ ਤਾਂ ਫੇ ਉਹਦੇ ਨਾਲ ਕੋਈ ਨਾ ਕੋਈ ਇਨਫੈਕਸ਼ਨ ਪੈਦਾ ਹੋ ਜਾਂਦਾ ਸੀ ਜਿਉਂ ਵੈਕਸ ਨੂੰ ਅੰਦਰ ਨੂੰ ਧੱਕ ਦਿੰਦੇ ਸੀ ਕਿਉਂਕਿ ਇਦਾਂ ਫੇਰਦੇ ਸੀ ਨਾ ਉਹਨੂੰ ਚੰਗੀ ਤਰ੍ਹਾਂ ਹਾਂ ਬੰਦਾ ਇਸਾਂ ਚੰਗੀ ਤਰ੍ਹਾਂ ਵਿੱਚ ਫੇਰ ਦੇਣਾ ਉਹ ਵੈਕਸ ਅੰਦਰ ਨੂੰ ਹੋਰ ਚੱਲੇ ਜਾਂਦਾ ਸੀ ਡਾਕਟਰ ਜੀ ਅੱਫਾ ਇੱਕ ਬੜੀ ਫੜੀ ਗੱਲ ਹੈਗੀ ਮੈਂ ਤਾਂ ਅਸਲ ਜਦੋਂ ਨਹੀਂ ਪਤਾ ਉਹਨਾਂ ਤੇ ਬੰਦੇ ਨੂੰ ਪਹਿਲਾਂ ਹੁਣ ਤੁਹਾਨੂੰ ਪਤਾ ਮਨ ਲੱਗਦਾ ਜਾਂਦੇ ਟੋਟਲੀ ਬੈਨ ਨਹੀਂ ਕੀਤਾ ਪਰ ਹਾਲੇ ਵੀ ਮਾਰਕੀਟ 'ਚ ਮਿਲਦੇ ਆ ਬਹੁਤ ਉਹ ਲੇਕਿਨ ਉਹ ਜਿਹੜਾ ਹੈਗਾ ਸਿਸਟਮ ਸੇਫ ਨਹੀਂ ਹੈਗਾ ਬਿਕੋਜ਼ ਜਾਂਦੇ ਤੁਹਾਨੂੰ ਉਹ ਕਲੀਨ ਕਰਨਾ ਆਉਣਾ ਚਾਹੀਦਾ ਉਹਨੂੰ ਪੁੱਛ ਨਹੀਂ ਕਰਨਾ ਉਹਨੂੰ ਬਾਅਦ ਨੂੰ ਪੁੱਲ ਕਰਨਾ ਪਰ ਬੈਸਟ ਹੈਗਾ ਤੁਸੀਂ ਉਹਨੂੰ ਯੂਜ਼ ਨਾ ਕਰੋ ਬਿਕੋਜ਼ ਤੁਹਾਨੂੰ ਨਹੀਂ ਆਈਡੀਆ ਕਿ ਕਿਸ ਤਰ੍ਹਾਂ ਸਾਫ ਕਰਨਾ ਉਹਨੂੰ ਪਰ ਜਦੋਂ ਤੁਸੀਂ ਉਹਨੂੰ ਫੇਰਦੇ ਹੋ ਲੋਕੀ ਕਹਿੰਦੇ ਬੜਾ ਮਜ਼ਾ ਆ ਰਿਹਾ ਬੜਾ ਮਜ਼ਾ ਆ ਰਿਹਾ ਉਹਨਾਂ ਜਦੋਂ ਅਦਰ ਖਾਦਜੀ ਹੁੰਦੇ ਆ ਤੇ ਪੀਪਲ ਇੰਜੋਏ ਕਰਦੇ ਨੇ ਉਹਨੂੰ ਦਬਾ ਕੇ ਫੇਰਦੇ ਨੇ ਉਹਨੂੰ ਦੈਸ ਰਾਈਟ ਪਰ ਖਤਰਨਾਕ ਹੈ ਇਦਾਂ ਕਦੇ ਨਾਗਾ ਨਾ ਜੈਸੇ ਇਨਫੈਕਸ਼ਨ ਹੋ ਸਕਦਾ ਜੇ ਤੁਸੀਂ ਕੋਈ ਤਿੱਖੀ ਚੀਜ਼ ਮਾਰ ਸਕਦੇ ਤਾਂ ਉਹ ਏਅਰ ਡਰਮ ਵੀ ਫਟ ਸਕਦਾ ਆ ਉਹਦੇ ਵਿੱਚ ਗਲੀ ਹੋ ਜਾਂਦੀ ਆ ਆ ਫਿਰ ਤੁਹਾਡਾ ਬਹੁਤ ਬਰਾ ਹਾਲ ਹੁੰਦਾ ਹਾਂਜੀ ਕਰਕੇ ਸੁਣਨਾ ਘਟ ਜਾਂਦਾ ਫਿਰ ਤੇ ਇਨਫੈਕਸ਼ਨ ਫਿਰ ਅੰਦਰ ਵੀ ਇਨਫੈਕਸ਼ਨ ਹੋ ਸਕਦਾ ਅੰਦਰ ਦੇ ਪਾਸੇ ਹਾਂਜੀ ਸੋ ਦੈਟਸ ਵੈਰੀ ਬੈਡ ਥਿੰਗ ਟੂ ਡੂ ਕਦੇ ਵੀ ਤਿੱਖੀ ਚੀਜ਼ ਨਾ ਫੇਰੋ ਕੰਨ ਦੇ ਵਿੱਚ ਤੇ ਤੁਹਾਡਾ ਉਹ ਬਹੁਤ ਨੁਕਸਾਨ ਹੋ ਸਕਦਾ ਹੈ ਇਹ ਰੱਬ ਨੇ ਜਿਸਮ ਬਣਾ ਕੇ ਦਿੱਤਾ ਹੈ ਅਸੀਂ ਆਪਣੇ ਮਕੈਨਿਕ ਬਣ ਜਾਨੇ ਆ ਐਦਾਂ ਦੇ ਕੰਮ ਨਾ ਕਰੋ ਭਾਜੀ ਬਹੁਤ ਤੁਹਾਡਾ ਜਿਸਮ ਹੈ ਤੁਹਾਡਾ ਤੁਸੀਂ ਆਪਣਾ ਪਰਦਾ ਪਾ ਲਓ ਤੁਹਾਡਾ ਕੰਨ ਬੰਦ ਹੋ ਜੇ ਹੈਰਿੰਗ ਦੀ ਪ੍ਰੋਬਲਮ ਹੋ ਜੇ ਕਿੰਨਾ ਨੁਕਸਾਨ ਹੈ ਚੀਜ਼ ਦਾ ਕਿਉਂ ਕਰਦੇ ਹੋ ਇਦਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਸੋ ਬੈਸਟ ਥਿੰਗ ਹੈ ਤੁਸੀਂ ਜਾਂ ਫਾਰਮੇਸੀ ਚੋਂ ਈਅਰ ਡ੍ਰੌਪਸ ਲਿਓ ਤੇ ਈਅਰ ਡ੍ਰੌਪਸ ਬਣਾਏ ਉਹਨਾਂ 'ਚ ਤੇਲ ਪਾਇਆ ਹੁੰਦਾ ਉਹਦੇ ਵਿੱਚ ਜਾਂ ਕੋਈ ਕੈਮੀਕਲ ਹੁੰਦਾ ਉਹਦੇ ਨਾਲ ਵੈਕਸ ਜਿਹੜੀ ਆ ਪੋਲੀ ਹੋ ਜਾਂਦੀ ਜਾਂ ਖੁਰ ਜਾਂਦੀ ਆ ਆਪਣੇ ਆਪ ਬਾਹਰ ਆ ਜਾਂਦੀ ਆ ਆਪਾਂ ਹੋਰ ਗੱਲ ਕਰਦੇ ਆ ਵੀ ਇਹ ਤਾਂ ਇੰਟਰਸਟਿੰਗ ਹੈਗਾ ਹੈਲੋ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸੋਗੇ ਕਿੱਥ हां जी मैं लंडोर से बोल रही सुखमेंदर सुखमेंदर जी थोड़ा स्वागत है ਤੁਸੀਂ ਸਿੱਧੇ ਡਾਕਟਰ ਨਾਲ ਗੱਲ ਕਰੋ ਜੀ हां जी मैं सस्का ਡਾਕਟਰ ਜੀ ਸਸਰੀ ਗੱਲ ਦੀ ਮੈਂ ਤਾਂ ਦੇ ਮੈਂ ਅੰਤ ਨੂੰ ਇਹ ਗੱਲ ਕਰਦੇ ਸੀ ਹੁਣ ਏਅਰ ਵੈਕਸ ਬਾਰੇ ਮੈਂ ਉਹਦੇ ਬਾਰੇ ਮੈਂ ਕਿ ਫੀਡਬੈਕ ਦੇ ਦਵਾ हां जी हां जी ਤਾਂ ਮੇ ਮੇਰੀ ਸੀ ਪਤੀ ਮੇਰੇ ਪਤਾ ਨਹੀਂ ਕਰਨਾ ਨੂੰ ਇੱਦਾਂ ਹੋਇਆ ਸੀ 1.5 ਕਿ ਨਹੀਂ ਹੋਇਆ ਸੀ ਮੇਰੇ ਸੁਣਦਾ ਹੀ ਨਹੀਂ ਸੀ ਨਾ ਜਿੱਦਾਂ ਰਾਤ ਨੂੰ ਸੌਂ ਵੀ ਨਹੀਂ ਹੁੰਦਾ ਸੀ ਤਾਂ ਭੇਪਾ ਜੀ ਵੀ ਲਾਸਟ ਵੀਕ ਹੌਲੀਡੇ ਤੇ ਸੀ ਹਾਂ ਜੀ ਪਤਾ ਨਹੀਂਦਾ ਕਿਵੇਂ ਕੀ ਕਰਾਂ ਫਿਰ ਵੇਟ ਕੀਤੀ ਸੈਟਰਡੇ ਤੱਕ ਤੇ ਮੈਂ ਫਿਰ ਨਾਲੋਂ ਹੋਂਦ ਤੇ ਜਦ ਤੱਕ ਹੋਂਦ ਮੈਨੂੰ ਬਸੇ ਨਹੀਂ ਮੜਾਈ ਇਹ ਕਿਉਂਕਿ ਤੁਸੀਂ ਬਲੀਵ ਨਹੀਂ ਕਰਨਾ ਕਿ ਮੈਂ ਦਵਾਈ ਜਾ ਕੇ ਪਿਕ ਕਰਕੇ ਲੈ ਕੇ ਆਈ ਮੈਨੂੰ ਸ਼ਾਮ ਤੱਕ ਐਡਾ ਸੀ ਕਿ ਮੈਨੂੰ ਥੋੜਾ ਜਿਹਾ ਫਰਕ ਪੈ ਗਿਆ ਰੀਅਲੀ ਹਾਂ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਜਿਹਦਾ ਹਮ ਕਹਿੰਦੇ ਨੇ ਜਦੋਂ ਭਾਰੇ ਭਾਰੇ ਹੋ ਜਾਂਦੇ ਐਡਾ ਲੱਗਦਾ ਸੀ ਇਨਫੈਕਸ਼ਨ ਹੋਇਆ ਤਾਂ ਤੇ ਉਹ ਦੇਖ ਮੈਂ ਜਾ ਸਤਿਨੇ ਮੇਰੀ ਇਸ ਵੇਲੇ ਗੱਲ ਹੋਈ ਜੇ ਤਾਂ 12 ਵਜੇ ਮੈਂ 1:30 ਵਜੇ 2:00 ਵਜੇ ਜਦੋਂ ਦਵਾਈ ਪੀਤੀ ਪਰ ਮੈਂ ਨੂੰ ਵਾਸ਼ੇ ਜੀ ਮੈਨੂੰ ਜੇ ਤੁਹਾਨੂੰ ਫਾਰਮਾਗਾ ਮੈਂ ਕਿ ਮੈਂ ਹੁਣ ਡਾਕਟਰ ਦੇ ਐਂਟੀਵਰਟਿਕ ਲੈ ਲਈ ਰਹੀ ਹਾਂ ਪਤਾ ਨਹੀਂ ਕਿੰਨੇ ਦਿਨ ਪੈਣੀ ਦੀ ਫਾਰਮਕ ਪੈਣ ਨੂੰ ਹਾਂਜੀ ਹਾਂਜੀ ਉਹ ਤਾਂ ਪੂਰਾ ਵੀਕ ਦਾ ਕੋਰਸ ਕਰਨਾ ਪਣਾ ਸੀ ਹਾਂਜੀ ਬਹੁਤ ਪਰ ਮੈਨੂੰ ਜਦੋਂ ਮੈਂ ਜਿੱਦਾਂ ਇੰਨੀ ਪ੍ਰੀਸ਼ੇਅਰ ਕਰਦੀ ਹੁੰਦੀ ਆ ਨਾ ਇਹਨਾਂ ਦੀ ਮੈਡੀਸਨ ਨੂੰ ਆਈ نو ਹੋਮੋਪੈਥੀ ਦੀ ਹੈਗੀ ਮੈਡੀਸਨ ਪਰ ਡਾਕਟਰ ਇਹ ਵੀ ਦੈਟ ਡਿਪੈਂਡਸ ਓਨ ਦਾ ਡਾਕਟਰ ਸਾਹਿਬ ਤੇ ਵੀ ਹੈ ਨਾ ਤੇ ਇਹ ਇਹਦਾ ਇਹਨਾਂ ਨੂੰ ਇਦਾਂ ਭੀ ਇੱਕਦਮ ਦਵਾਈ लग दिस दिन पे जेडी बीमारी ਦੇ ਚੱਕ فرق ਪੈ ਜਾਂਦਾ ਇਦਾਂ ਲੱਗਦਾ ਹੁੰਦਾ ਮੈਂ ਸੋਚਦੀ ਨੀ ਮੈਜਿਕ ਹੋ ਗਿਆ ਤੇ ਬੇਨਾਮ ਕਿਦਾਂ ਤੱਕ ਲੱਗ ਗਿਆ ਬਹਾਤ ਸੇ ਕੀ ਬਾਤ ਹੈ ਹਾਂਜੀ ਹਾਂਜੀ ਥੈਂਕ ਯੂ ਬਸ ਸਦੀ ਦਾ ਇਹ ਅਰਦਾਸ ਹੁੰਦੀ ਨਹੀਂ ਕਾਜ ਹੁੰਦੀ ਇੰਨੀ ਲੰਬੀ ਲੰਬੀ ਉਮਰ ਹੋਵੇ ਐਡੀ ਤੁਹਾਨੂੰ ਦੁਆਈ ਦਿੱਤੀ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਜੀ ਪਹਿਲੇ ਤਾਂ ਤੁਹਾਨੂੰ ਖੁਸ਼ ਦੇਖ ਕੇ ਪਤਾ ਲੱਗਦਾ ਕਿ ਤੁਹਾਡਾ ਇਲਾਜ ਹੋ ਗਿਆ ਬਹੁਤ ਚੰਗੀ ਗੱਲ ਹੈ ਬਹੁਤ ਅੱਛਾ ਲੱਗਦਾ ਥੈਂਕ ਯੂ ਸੋ ਮਚ ਤੁਸੀਂ ਸੱਚੇ ਗਏ ਤੁਸੀਂ ਮੇਰੀ ਸੈਂਚਰ ਦੇ ਆਵਾਜ਼ ਸੁਣਨੀ ਸੀ ਮੈਂ ਰੋਂਦੀ ਸੀ ਓ ਮਾਈ ਗੋਡ ਤੋਂ ਦਿੱਤੀ ਵੀ ਦਵਾਈ ਲੈ ਕੇ 2 ਘੰਟੇ ਆ ਕੇ ਰੈਸਟ ਕੀਤੀ ਤੇ ਮੇਰੀ ਅਨਿਵਰਸਰੀ ਸੀ ਫਿਰ ਆਪਣਾ ਸ਼ਾਮ ਨੂੰ ਡਿਨਰ ਤੇ ਵੀ ਮੈਂ ਚਲ ਗਈ ਲੋਕ ਜੀ ਕੀ ਬਾਤ ਬੰਦੇ ਤੁਹਾਡੇ ਥੈਂਕ ਯੂ ਤੁਹਾਡੇ ਕਾਲ ਕਰਨ ਦਾ ਬਹੁਤ ਅੱਛਾ ਲੱਗਿਆ ਐਡੇ ਹੱਸਦੇ ਰਹੋ ਐਡੇ ਗੱਲਾਂ ਕਰੋ ਲੋਕ ਸੁਣ ਕੇ ਨਾ ਬੰਦਾ ਹੋਰ ਐਨਕਰਾਜ ਹੁੰਦਾ ਜਦੋਂ ਬੰਦੇ ਤੁਸੀਂ ਕਿਸੇ ਨੂੰ ਹੁੰਦੇ ਨੂੰ ਸੁਣਦੇ ਹੋ ਬੰਦਾ ਰੋਂਦਾ ਵਰਗਾ ਬੰਦੰਦਾ ਤੁਸੀਂ ਖੁਸ਼ੀ ਤੇ ਗੱਲ ਕਰਦੇ ਹੋ ਸਾਡਾ ਦਿਲ ਵੀ ਖੁਸ਼ ਹੋ ਗਿਆ ਤੁਹਾਡਾ ਗੱਲ ਕਰਕੇ ਥੈਂਕ ਯੂ ਤੁਹਾਡੇ ਕਾਲ ਕਰਨ ਦਾ ਬਹੁਤ ਬਹੁਤ ਅੱਛਾ ਲੱਗਿਆ ਪੰਜੀ ਦੇਖੋ ਭਾਜੀ ਸਿਹਤ ਕੀ ਚੀਜ਼ ਹੈਗੀ ਹਾਂ ਦੈਸ ਰਾਈਟ ਦੈਸ ਰਾਈਟ ਕਿੰਨੇ ਲਾਈਵਲੀ ਕਿੰਨੇ ਬਬਲੀ ਹੋ ਗਏ ਇਕਦਾਂ ਵੀ ਦੈਸ ਰਾਈਟ ਔਰ ਲੱਕੀਲੀ ਅਸੀਂ ਕਾਫੀ ਬਿਮਾਰੀਆਂ ਡਿਸਕਸ ਕਰਦੇ ਹਾਂ ਵੀ ਵੇਰ ਟਾਕਿੰਗ ਅਸੀਂ ਕਾਨ ਦੇ ਗੱਲ ਸ਼ੁਰੂ ਕੀਤੀ ਉਹਦੇ ਉਹਨਾਂ ਦਾ ਫੋਨ ਆ ਗਿਆ ਸੇ ਬਿਮਾਰੀ ਦਾ ਦੈਸ ਰਾਈਟ ਦੈਸ ਰਾਈਟ ਯਾ ਐਕਚੁਅਲੀ ਸੈਟਰਡੇ ਉਹਨਾਂ ਦਾ ਕਾਲ ਆਇਆ ਸੀ ਬਹੁਤ ਡਾਊਨ ਹੋਏ ਸੀ ਤੇ ਕੰਨ ਦੁਖਦਾ ਸੀ ਬਹੁਤ ਤੇ ਇਹਨਾਂ ਨੂੰ ਫਿਰ ਮੈਂ ਕਿਹਾ ਵੀ ਤੂੰ ਦਵਾਈ ਆ ਕੇ ਲੈ ਜਾਓ ਤੇ ਫਿਰ ਆਫਟਰਨੂਨ ਆ ਕੇ ਦਵਾਈ ਲੈ ਗਏ ਤੇ ਇਹਨਾਂ ਦੀ ਸ਼ਾਮ ਤੇ ਹੀ ਫਰਕ ਪੈ ਗਿਆ ਮੰਡੇ ਮੰਡੇ ਮਾਰਨਿੰਗ ਮੈਨੂੰ ਫੋਨ ਕਰ ਦਿੱਤਾ ਕਹਿੰਦੇ ਅਮਾਚ ਬੈਟਰ ਹਾਂਜੀ ਸੋ ਇਦਾਂ ਹੀ ਆ ਪੇ ਹੋਮੀਓਪੈਥੀ ਕਈ ਵਾਰੀ ਇਦਾਂ ਹੀ ਆ ਪੇ ਉਹ ਕਹਿੰਦੇ ਹੁੰਦੇ ਜੇ ਰੇਖ ਵਿੱਚ ਮੇਖ ਲੱਗ ਗਈ ਹੈ ਨਾ ਬੁਲਸਾਈ ਚ ਲੱਗ ਗਿਆ ਇਕਦਮ ਠੀਕ ਹੋ ਜਾਂਦਾ ਬੰਦਾ ਹਾਂਜੀ ਸੋ ਇਦਾਂ ਦੇ ਜਿਹੜੇ ਮਾਮੂਲੀ ਕੇਸ ਹੁੰਦੇ ਆ 에어 ਇਨਫੈਕਸ਼ਨ ਦੇ ਜਾਂ ਕੋਈ ਮਾੜਾ ਮੋਟਾ ਸਿਰ ਦੁਖਦਾ ਹੋਵੇ ਜਾਂ ਕੋਈ cough ਹੋਵੇ ਉਥੇ ਦਵਾਈ ਐਨ ਫਿੱਟ ਬੈਠੇ ਤਾਂ ਉਹ ਫਟਾਫਟ ਕੋਈ ਘੰਟਿਆਂ ਚ ਹੀ ਫਰਕ ਪੈ ਜਾਂਦਾ ਜੀ ਜਿਹੜੀਆਂ ਲੰਮੀਆਂ ਬਿਮਾਰੀਆਂ ਉਹਨਾਂ ਨੂੰ ਤਾਂ ਫੇਰ ਟਾਈਮ ਲੱਗਦਾ ਹੀ ਆ। ਹੂੰ। ਇਹ ਪੰਜ ਟਾਈਮ ਕੇਸ ਦਾ ਫਰ ਡਿਪੈਂਡ ਵੀ ਕਰਦਾ ਹੈ ਕਿ ਜਦੋਂ ਆਪਾਂ ਲੋਕਾਂ ਨੂੰ ਬੜੇ ਬੰਤਸਾਲਾਂ ਦੀ ਬਿਮਾਰੀ ਉਹਨਾਂ ਨੂੰ ਛੇਤੀ ਫਰਕ ਪੈ ਗਿਆ ਸੀਗਾ। ਹਾਂ ਫੇਰ ਵੀ ਜਦੋਂ ਮੈਂ ਗੱਲ ਕਰਦਾ ਪੁੱਛਦਾ ਕਿੰਨੀ ਦੇਰ ਹੋ ਗਈ ਤੁਹਾਨੂੰ ਸੰਪਰਕ ਕਰਦੇ ਹਾਂ। ਸਾਰੀ ਗੱਲ ਹੈ ਕਿ ਦਵਾਈ ਫਿੱਟ ਬੈਠਣੀ ਚਾਹੀਦੀ ਆ। ਹਾਂਜੀ ਫਿੱਟ ਬੈਠਣ ਲਈ ਬਹੁਤ ਹੀ ਇਨਫੋਰਮੇਸ਼ਨ ਸਾਨੂੰ ਇਕੱਠੀ ਕਰਨੀ ਪੈਂਦੀ ਆ। ਤੇ ਜਿੱਦਾਂ ਤੁਹਾਨੂੰ ਦੱਸਿਆ ਪਈ ਉਹਨਾਂ ਦਾ ਪਰਸਨੈਲਿਟੀ ਕਿਦਾਂ ਦੀ ਆ, ਮੌਸਮ ਦਾ ਕੀ ਅਸਰ ਹੁੰਦਾ ਉਹਨਾਂ ਤੇ। ਤੇ ਉਹਨਾਂ ਦੇ ਸੋਚ ਕਿਦਾਂ ਦੇ ਕੀ ਉਹਨਾਂ ਦੇ ਫਿਕਰ ਆ ਹਾਂਜੀ ਕੀ ਉਹਨਾਂ ਦੀ ਹਿਸਟਰੀ ਕੀ ਹੈ ਮੈਡੀਕਲ ਹਿਸਟਰੀ ਕੀ ਹੈ ਸੋ ਬਹੁਤ ਕੁਝ ਇਕੱਠਾ ਕਰਨਾ ਪੈਂਦਾ ਹੈ ਤੇ ਤਾਂ ਸਹੀ ਦਵਾਈ ਬਣਦੀ ਆ ਹਾਂਜੀ ਜੇ ਹੁਣ ਪੂਰੀ ਇਨਫੋਰਮੇਸ਼ਨ ਨਹੀਂ ਮਿਲੇ ਤਾਂ ਕਈ ਵਾਰੀ ਉਹ ਸਹੀ ਦਵਾਈ ਨਹੀਂ ਮਿਲਦੀ ਹੈਗੀ ਹਾਂਜੀ ਤੇ ਉਹਨਾਂ ਨੂੰ ਨਹੀਂ ਫਰਕ ਪੈਂਦਾ ਪਰ ਫੇਰ ਐਦਾਂ ਫੇਰ ਮਹੀਨੇ ਬਾਅਦ ਰਿਵਿਊ ਕਰਕੇ ਫੇਰ ਦੁਬਾਰਾ ਸਾਰੀ ਇਨਫੋਰਮੇਸ਼ਨ ਲੈ ਕੇ ਫੇਰ ਅਸੀਂ ਹੋਰ ਦਵਾਈ ਸਿਲੈਕਟ ਕਰ ਸਕਦੇ ਹਾਂ ਜਿਹੜਾ ਬੈਟਰ ਕੰਮ ਕਰੇ ਉਹਨਾਂ ਤੇ ਉਹ ਸ਼ੁਰੂਆਤ ਵਿੱਚ ਭੈਣ ਜੀ ਦਾ ਜਿੱਦਾਂ ਦਾ ਫੋਨ ਆਇਆ ਸੀਗਾ ਅਗਰ ਜਦੋਂ ਦੇ ਵਿੱਚ ਇਹਦਾ ਸੁਆ ਬਗਰ ਕਿੰਨੇ ਦੇ ਪਾਸੇ ਗਏ ਉਹ ਕਿਨੇ ਡਾਉਨਫੀਲ ਕਰਦੇ ਨੇ ਉਹਨਾਂ ਦੇ ਬਾਸ ਉਹਨਾਂ ਦੇ ਹੁਣ ਐਟੀਟਿਊਡ ਇਹਨਾਂ ਦੇ ਵਿੱਚ ਫਰਕ ਦੇਖੋ ਕਿੰਨਾ ਹੈ ਕਿੰਨਾ ਫਰਕ ਸਿਗਾ ਹਾਂ ਜੀ ਇਹ ਦੇਖੋ ਪਤਾ ਸੁਣ ਕੇ ਪਤਾ ਲੱਗ ਜਾਊਗਾ ਆਵਾਜ਼ ਤੋਂ ਪਤਾ ਲੱਗਦਾ ਹੈ ਆਵਾਜ਼ ਤੋਂ ਪਤਾ ਲੱਗ ਜਾਂਦਾ ਹੈ ਹਾਂ ਦੈਟਸ ਰਾਈਟ ਤੁਹਾਡੀ ਜਦੋਂ ਤੰਦਰੁਸਤ ਹੁੰਦੇ ਤੁਹਾਡੀ ਵਾਈਟੈਲਿਟੀ ਅਪ ਹੋ ਜਾਂਦੀ ਹੈ ਐਨਰਜੀ ਅਪ ਹੋ ਜਾਂਦੀ ਆ ਉਹ ਤੁਹਾਡੀ ਆਵਾਜ਼ ਵਿੱਚ ਆਉਂਦੀ ਤੁਹਾਡੇ ਚਿਹਰੇ ਤੇ ਆ ਜਾਂਦੀ ਆ ਹਾਂਜੀ ਸੋ ਇਹਨਾਂ ਫਰਕ ਪੈ ਜਾਂਦਾ ਡਾਕਟਰ ਜੀ ਮੈਂ ਇੱਕ ਬੈਰੀਕਲ ਤੋਂ ਬਹੁਤ ਗੱਲ ਕਰਦਾ ਥੋੜੀ ਜਿਹੀ ਮੇਰੇ ਮੇਰੇ ਸਮਝ ਚ ਤੁਸੀਂ ਭੈਂਜੀ ਨੇ ਗੱਲ ਕੀਤੀ ਨਾ ਇਹ ਨਾ ਇੱਕ ਤਰ੍ਹਾਂ ਦਾ ਇਹਨੂੰ ਤੁਸੀਂ ਕੀ ਕਹਾਂ ਮੈਂ ਕਹਾਂ ਲਵ ਸਪੈਕ ਕਰਾਂ ਜਦੋਂ ਤੁਸੀਂ ਅੱਧ ਤੇ ਪੁੰਦੇ ਉਹ ਮਿਲਦੇ ਨਾ ਉਥੋਂ ਨੂੰ ਵਾਈਬ ਮਿਲਦੀ ਹੈ ਤੁਸੀਂ ਵੀ ਨਾ ਜਾਗ ਪੈਨੇ ਉੱਠ ਕਰਦੇ ਹੋ ਕਿ ਯਾਰ ਮੈਂ ਕਿਉਂ ਬੈਠਾ ਮੈਂ ਸੁੱਤ ਕਿਉਂ ਗਿਆ ਉਹਨੂੰ ਦੇਖ ਕੇ ਤੁਸੀਂ ਵੀ ਉਹਦਾ ਤੇ लवली ਹੋ ਜਾਂਦੇ ਹੋ ਬੱਲੀ ਹੋ ਜਾਂਦੇ ਹੋ ਐਗਜੈਕਟਲੀ ਐਗਜੈਕਟਲੀ ਦੱਸ ਉਹਨਾਂ ਦੀ એનર્ਜੀ ਜਿਹੜੀ ਆ ਉਹ ਤੁਹਾਨੂੰ એનર્ਜੀ ਮਿਲਦੀ ਥੋੜੀ ਬਿਲਦੀ ਹੈ ਨਾ એનર્ਜੀ ਅਪ ਹੋ ਜਾਂਦੀ ਆ ਜੇ ਤੁਸੀਂ ਡਿਪਰੈਸਿੰਗ ਜੇ ਬੰਦੇ ਕੋਲ ਜਾਂਦੇ ਆ ਤੁਸੀਂ ਵੀ ਖੁਦ ਡਿਪਰੈਸ ਹੋਣ ਲੱਗ ਪੈਂਦੇ ਆ ਸੋ ਉਹ ਨਰਜੀ ਦਾ ਇੰਟਰੈਕਸ਼ਨ ਹੁੰਦਾ ਤੁਹਾਡਾ એનર્ਜੀ ਦਾ ਹਰੇਕ ਦੇ ਨਾਲ ਤੇ ਸੋ ਦੈਟਸ ਵੈਸ ਬਜਾਦੇ ਇੰਪੋਰਟੈਂਟ ਪੇ ਸੰਗਤ ਵਧੀਆ ਰੱਖਣੀ ਆਪਣੀ ਹਾਂਜੀ ਫਰੈਂਡਸ਼ਿਪ ਆਪਣਾ ਸਰਕਲ ਜਿਹੜਾ ਵਧੀਆ ਪੋਜ਼ਿਟਿਵ ਬੰਦੇ ਅੰਦਰ ਰੱਖਣਾ ਕਿਆ ਬਾਰੇ ਬਲ ਜੀ ਦੇਖੋ ਕਿਦਾਂ ਵਾਈਬ ਹੁੰਦੀ ਹੈ ਕਿ ਦੂਜੇ ਦੇ ਵਿੱਚ ਬੋਡੀ ਕੋ ਲੈਣਾ ਦੇਣਾ ਨਹੀਂ ਹੈ ਤੁਸੀਂ ਉੱਧੇ ਮਿਲੇ ਕਿਸੇ ਇਨਸਾਨ ਨੂੰ ਕੋਈ ਜੋ ਸਟਾਨਿਕ ਕੋਈ ਜ਼ਿੰਦਦਾਰੀ ਨਹੀਂ ਕੋ ਯਾਰ ਦੋਸਤ ਇਹਦਾ ਐਗਜ਼ਾਮਪਲ ਦਿੰਦੇ ਜਦ ਤੁਸੀਂ ਕਿਸੇ ਨੂੰ ਹਸਪੀਟਲ ਦੇਖਣ ਜਾਂਦੇ ਆ ਨਾ ਤੁਸੀਂ ਅੰਦਰ ਵੱਢਦੇ ਹਸਪੀਟਲ ਦੇ ਤੁਹਾਡੇ ਐਨਰਜੀ ਡਾਊਨ ਹੋ ਜਾਂਦੀ ਜਿ ਪਤਾ ਨਹੀਂ ਨੋਟ ਕੀਤਾ ਕਿ ਨਹੀਂ ਕਿ ਨੋਟ ਜੀ ਇੱਕ ਵਾਰ ਐਗਜ਼ਾਮ ਇੱਕਦਮ ਇੱਕਦਮ ਤੁਸੀਂ ਨੋਟ ਕਰਦੇ ਪੇ ਮੇਰੇ ਐਨਰਜੀ ਡਾਊਨ ਹੋ ਗਈ ਤੁਸੀਂ ਥੋੜਾ ਜਿਹਾ ਟਿੱਲਾ ਜਿਹਾ ਸਰੀਰ ਹੋ ਜਾਂਦਾ ਉੱਥੇ ਜਾਂਦੇ ਆ ਨਹੀਂ ਪਰ ਇੱਕ ਗੱਲ ਹੋ ਰਹੀ ਹੈ ਜੀ ਇਹ ਸਿੱਕ ਐਨਰਜੀ ਆ ਅਸੀਂ ਅਸੀਂ ਲੋਕ ਬੜੇ ਅੱਛੇ ਐਕਟਰ ਹੈਗੇ ਆ ਜਦ ਉਨੇ ਬਿਮਾਰੀ ਦਾ ਤੇ ਹਸਪੀਟਲ ਖਬਰ ਲੈਣ ਜਾਣੀ ਹੈ ਕਹਿੰਦੇ ਮੂੰਹ ਬਣਾ ਕੇ ਜਾਈਏ ਉੱਥੇ ਹਸੀ ਨਾਲ ਜਾ ਕੇ ਤੁਸੀਂ ਆਪਣੇ ਆਪ ਨੂੰ ਦਾਸ ਕਰ ਲੈਣੇ ਹੋ ਉੱਥੇ ਅੱਗੇ ਵਿਚਾਰਾ ਦਾਸ ਪਿਆ ਹੋਇਆ ਤੁਹਾਨੂੰ ਦੇਖ ਕੇ ਯਾਰ ਮੈਨੂੰ ਮਿਲਣ ਆਇਆ ਬੜਾ ਦਾਸ ਹੈ ਕਿਤੇ ਮੈਂ ਚੱਲਦਾ ਥਾ ਨਹੀਂ ਕਿਤੇ ਹਾਂਜੀ ਹਾਂਜੀ ਦਾਸ ਰਾਈਟ ਉਹ ਵੀ ਇੰਪੋਰਟੈਂਟ ਹੈ ਉਹਨੂੰ ਤੁਹਾਡੀ ਲਿਫਟ ਕਰਨ ਦੀ ਲਿਫਟ ਕਰਨ ਨਾਲ ਪੋਜ਼ਟਿਵ ਗੱਲਾਂ ਕਰਨੀ ਹੁੰਦੀ ਹੈ ਫਿਕਰ ਨਾ ਕਰ ਫਿਕਰ ਨਾ ਕਰ ਠੀਕ ਹੋ ਜਾਏਗਾ ਯਾਰ ਬਿਮਾਰੀ ਆਉਂਦੀ ਹੈ ਬੜਾ ਤਰੀਕਾ ਹੁੰਦਾ ਗੱਲ ਕਰਨ ਦਾ ਹੈ ਦਾਸ ਦਾਸ ਹਾਂਜੀ ਹੁਣ ਤੁਸੀਂ ਗੁਰਦੁਆਰੇ ਜਾਨੀਏ ਕੀਰਤਨ ਬਹੁਤ ਸੁਣ ਚੱਲਦਾ ਹੁੰਦਾ ਹੈ ਉੱਥੇ ਤੁਹਾ ਉਹ એનર્ਜੀ ਨਾਲ ਹੀ ਹੁੰਦਾ ਜਿਹੜੀ એનર્ਜੀ ਉੱਥੇ ਕੀਰਤਨ ਤੇ ਚੱਲਦੀ ਆ ਉਹਦੇ ਨਾਲ ਤੁਝੇ ਬਿਲਕੁਲ ਸ਼ਾਂਤ ਹੋ ਜਾਣਾ ਮੇਰੇ ਕੋਈ ਫਰੈਂਡ ਸੀਗਾ ਤੋਂ ਫਾਜ਼ਿਲ ਦੇ ਲਈ ਆ ਕਾਫੀ ਸੀਰੀਅਸ ਬਿਮਾਰ ਹੋ ਗਿਆ ਹਸਪੀਟਲ ਸੀ ਆਸ਼ੀ ਜੂਰੀ ਦੇ ਵਿੱਚ ਤੇ ਇਟ ਵਾਸ ਦ ਡੈਗੋ ਫੀਵਰ ਹੂੰ ਜਿਹੜਾ ਦਿਮਾਗ ਨੂੰ ਹਿੱਟ ਕਰਦਾ ਇਸੇ ਕਿਊਟ ਮਲੇਰੀਆ ਨਾ ਇੱਕ ਤਰ੍ਹਾਂ ਦਾ ਮਲੇਰੀ ਟਾਈਪ ਤੇ ਉਹਨਾਂ ਡਾਕਟਰ ਜਦੋਂ ਉਹਨੇ ਗੱਲ ਕੀਤੀ ਤੇ ਉਹਨੂੰ ਪੁੱਛਿਆ ਕਿ ਕੀ ਹੈ ਕਹਿੰਦਾ ਇਟਸ ਅ ਵੈਰੀ ਰੈਅਰ ਕੇਸ ਹੂੰ ਉਹਨੇ ਪੁੱਛਿਆ ਕਿ ਦਸੱਲ ਲੈ ਕੇ ਮੇਰੇ ਬਾਪ ਨੂੰ ਫਰਕ ਪੈ ਜਾਏਗਾ ਕਿ ਤੈਨੂੰ ਅਜੇ ਕੋਈ ਨੋਲੇਜ ਹੈਗੀ ਆ ਹੂੰ ਤੇ ਉਹ ਕਹਿੰਦਾ ਕਿ ਨਹੀਂ ਸਾਡੇ ਪਾਸ ਇੱਕ ਕੇਸ ਆਇਆ ਸੀ ਕਹਿੰਦਾ ਕੀ ਹੋਇਆ ਕਹਿੰਦਾ ਸੀ ਉਹਨੂੰ ਬਚਾ ਨਹੀਂ ਪਾਇਆ ਅੱਛਾ ਅਹੇ ਵੀ ਗੱਲ ਹੈਗੀ ਐ ਦੈਟਸ ਰਾਈਟ ਡਾਕਟਰ ਹਸਪੀਟਲ ਵਿੱਚ ਬਹੁਤ ਹੀ ਨੈਗੇਟਿਵ ਨੈਗੇਟਿਵ ਰਹਿੰਦਾ ਉਹਨੂੰ ਕਹਿ ਦਿੰਦੇ ਨੇ ਨਾ ਹਰ ਵੇਲੇ ਨੈਗੇਟਿਵ ਉਹਨਾਂ ਨੂੰ ਇਨਫੋਰਮੇਸ਼ਨ ਦਿੰਦੇ ਕਦੇ ਵੀ ਉਹਨੂੰ ਇਨਕਰੇਜਮੈਂਟ ਨਹੀਂ ਦਿੰਦੇ ਹੈਗੇ ਉਹ ਵਿਚਾਰਾ ਰਹਿਂਦਾ ਵੀ ਰਹਿ ਜਾਂਦਾ ਹੈ ਰਹਿਦਾ ਵੀ ਰਹਿ ਜਾਂਦਾ ਨਾ ਬਿਲਕੁਲ ਡਾਕਟਰ ਜੀ ਥੋੜੇ ਜਿਹਾ ਮੈਂ ਉਹਦੇ ਉਹਦੇ ਕੰਧਾਂ ਦੀ ਆਪਾਂ ਗੱਲ ਖਤਮ ਕਰਦੇ ਆ ਬੜਾ ਇੰਟਰਸਟਿੰਗ ਪਲੀਜ਼ ਆਪਨਾ ਮਕੈਨਿਕੀ ਕੰਮ ਕਰਿਆ ਕਰੋ ਡਾਕਟਰੀ ਬੜਾ ਇੰਪੋਰਟੈਂਟ ਹੈ ਡਾਕਟਰ ਜੀ ਅਜਿਹੇ ਜਦੋਂ ਜਦੋਂ ਤੁਹਾਡੇ ਕੰਨ ਬਲੌਕ ਹੁੰਦੇ ਨੇ ਤੇ ਬੈਲੈਂਸ ਕਿ ਉਹ ਲੂਜ਼ ਹੋ ਜਾਂਦਾ ਬੰਦੇ ਦਾ ਬੈਲੈਂਸ ਬੜੇ ਲੋਕ ਕਹਿੰਦੇ ਨੇ ਹਾਂ ਕਈ ਵਾਰੀ ਹੁੰਦਾ ਭਈ ਜਿਹੜਾ ਵੈਕਸ ਹੈ ਨਾ ਉਹ ਸਖਤ ਹੋ ਜਾਂਦਾ ਆ ਉਹ ਬਹੁਤ ਹਾਰਡ ਹੋ ਕੇ ਤੇ ਜਿਹੜਾ ਏਅਰ ਡਰਮ ਪੜਦਾ ਹੈ ਉਹਦੇ ਨਾਲ ਸਟਿਕ ਹੋਇਆ ਹੁੰਦਾ ਆ ਹਾਂਜੀ ਉਹ ਫਿਰ ਜਦੋਂ ਤੁਹਾਡੀ ਆਵਾਜ਼ ਸੁਣਾਈ ਦਿੰਦੀ ਉਹ ਏਅਰ ਡਰਮ ਦੇ ਥਰੂ ਸੁਣਾਈ ਦਿੰਦੀ ਆ ਤੇ ਉਹ ਫਿਰ ਜਦੋਂ ਸਟਿਕ ਹੋ ਜਾਂਦਾ ਤੇ ਉੱਥੇ ਥੋੜੀ ਜਿਹੀ ਵਾਈਬ੍ਰੇਸ਼ਨ ਸ਼ੁਰੂ ਹੋ ਜਾਂਦੀ ਆ ਹਾਂਜੀ ਤੇ ਉਹਦੇ ਨਾਲ ਫਿਰ ਤੁਹਾਨੂੰ ਫੀਲਿੰਗ ਆਉਂਦਾ ਪਈ ਮੈਨੂੰ ਇਹ ਚੱਕਰ ਜਿਹਾ ਆਉਂਦਾ ਜਾਂ ਡੀਜੀ ਫੀਲ ਕਰਦਾ ਆਂ ਹਾਂਜੀ ਜਾਂ ਤੁਹਾਡੇ ਪਈ ਕੋਈ ਕੰਨ ਵਿੱਚ ਕੋਈ ਆਵਾਜ਼ ਆਈ ਜਾਂਦੀ ਆ ਇਸ ਕਰਕੇ ਹੁੰਦਾ ਤੇ ਉਹ ਜਿਹੜੀ ਜਿਹੜੀ ਹਾਰਡ ਵੈਕਸ ਹੁੰਦੀ ਉਹ ਵੀ ਡਿਸੋਲਵ ਕਰਨੀ ਪੈਂਦੀ ਆ ਪਰ ਡਾਕਟਰ ਜੀ ਤਾਂ ਬੜੇ ਕਲੀਨਿਕਸ वगैरह ਹੈਗੇ ਨੇ ਪ੍ਰਾਈਵੇਟਲੀ ਤੁਸੀਂ ਜਾ ਕੇ ਵੈਕਸ ਰਿਮੂਵ ਕਰਦੇ ਹਾਂ ਹਾਂ ਜੀ ਰਿਮੂਵ ਕਰ ਕਰਦੇ ਆ ਪੰਪ ਇਨ ਕਰਕੇ ਕੁਝ ਕਰਦੇ ਨੇ ਪਹਿਲੇ ਪਹਿਲੇ ਉਹਦਾ ਵੀ ਮੈਂ ਤੁਹਾਨੂੰ ਦੱਸਾਂ ਕਿ ਉਹਨਾਂ ਦੀ ਟੋਲੀ ਬੋਤੀ ਨੋਲੇ ਜਿਹੜੀ ਵੀ ਪਹਿਲਾਂ ਉਹ ਕੀ ਪਾਣੀ ਦਾ ਅੰਦਰ ਮਾਰਦੇ ਸੀਗੇ ਤੇ ਉਹਦੇ ਨਾਲ ਫਿਰ ਉਹ ਵੈਕਸ ਬਾਹਰ ਆਉਂਦਾ ਸੀਗਾ ਬਟ ਦੈਟ ਵਾਸ ਅ ਰੋਂਗ ਆਈ ਡਿਡ ਟੂ ਇਟ ਹਾਂ ਦੈਟਸ ਰਾਈਟ ਉਹਨੂੰ ਜਿਹੜੀ ਜਿਹੜਾ ਉਹ ਪਾਈਪ ਪਾਉਂਦੇ ਨੇ ਨਾ ਉਹਨੂੰ ਵੈਕਸ ਨੂੰ ਖਿੱਚਦਾ ਬਾਹਰ ਖਿੱਚਦਾ ਹੁੰਦਾ ਦੈਟਸ ਰਾਈਟ ਅੰਦਰ ਨਹੀਂ ਪੁਸ਼ ਕਰਦਾ ਉਹਨੂੰ ਦੇਖੋ ਟੈਕਨੋਲੋਜੀ ਦਾ ਦੰਦ ਦੇ ਦੰਦ ਫਿਰ ਅਕਲ ਆਦੇ ਲੋਕਾਂ ਦਾਸਰਾਏ ਦੇਖੋ ਕਿੰਨੇ ਸਾਲ ਪਹਿਲਾਂ ਉਹ ਮੈਥਡ ਚੱਲਦਾ ਰਿਹਾ ਪਾਣੀ ਬਹੁਤ ਸਾਲ ਚੱਲਿਆ ਇੰਦਾ ਪਾਣੀ ਦੇ ਪ੍ਰੈਸ਼ਰ ਨਾ ਮਾਰਦੇ ਸੀ ਪ੍ਰੈਸ਼ਰ ਦਾ ਮਾਰਦੇ ਸੀ ਤੇ ਉਹ ਜਿਹੜਾ 에ਅਰ ਡਰਮਸ ਸੀ ਡੈਮੇਜ ਹੋ ਜਾਂਦਾ ਸੀ ਉਹਦੇ ਨਾਲ ਪਾਜੀ ਡੈਮੇਜ ਵੀ ਨਾ ਤੇ ਕੁਝ ਅੰਦਰ ਵੀ ਤਾਂ ਰੰਦਾ ਹੋਏਗਾ ਨਾ ਜੇ ਚਲੇ ਸਮਝੋ ਦਾਸਰਾਏ ਡੈਮੇਜ ਹੋ ਜਾਂਦੀ ਸੀ 에ਅਰ ਡਰਮ ਤੇ ਪ੍ਰੈਸ਼ਰ ਦੇ ਨਾਲ ਤੇ ਹੁਣ ਉਹ ਨਹੀਂ ਸੋਚੇ ਪਿੰਨੇ ਹੁਣ ਸਕਸ਼ਨ ਜਿਹੜਾ ਉਹ ਬੈਟਰ ਆ ਹੁਣ ਖਿੱਚਦੇ ਆ ਮਸ਼ੀਨ ਦੇ ਨਾਲ so much better idea ਤਾਂ ਜੀ ਮੈਸੇਜ ਆ ਰਹੇ ਨੇ ਬਰੇ ਲੋਕਾਂ ਦੇ ਕਹਿੰਦੇ ਸੀ ਬੜਾ ਅੱਛਾ ਪ੍ਰੋਗਰਾਮ ਹੈ ਬੜਾ ਅੱਛਾ ਅੱਛਾ hér chanu educational program ਹੈ ਪਲੀਜ਼ ਰੇਕ ਕਰਕੇ ਕੀ ਕਰਾਂ ਮੈਨੂੰ ਕੱਲੇ ਨੂੰ ਪਤਾ ਲੱਗਿਆ ਅਲਿਸ਼ ਦੁਨੀਆ ਨੂੰ ਦੱਸਿਆ ਕਰੋ ਕਿ ਤੁਸੀਂ ਇੰਜੋਏ ਕਰਦੇ ਹੋ ਤੁਸੀਂ ਇੰਟਰਸਟ ਵਾਚ ਕਰਦੇ ਪਿਓ ਬੜਾ ਅੱਛਾ ਲੱਗਦਾ ਡਾਕਟਰ ਜੀ ਟਾਈਮ ਬੜੀ ਫਾਸਟ ਜਾ ਰਿਹਾ ਹੈ ਥੈਂਕ ਯੂ so much ਕੋਈ ਸਬਜੈਕਟ ਹੁੰਦਾ ਬੜੀ ਗੱਲ ਕਰਨੀ ਉਹਦਾ ਮੌਕਾ ਨਹੀਂ ਲੱਗਦਾ ਪਰ ਇੰਪੋਰਟੈਂਟ ਕੀ ਹੁੰਦਾ ਕਿ ਤੁਹਾਨੂੰ ਨੋਲੇਜ ਮਿਲਦੀ ਹੈ ਤੁਸੀਂ ਬਿਲਕੁਲ ਹਸ਼ਿਆਰ ਹੋ ਜਾਣਾ ਹੈ ਜੀਪੀ ਕੋਲ ਜਾ ਕੇ ਗੱਲਬਾਤ ਕਰੋ ਸਲਾਹ ਕਰੋ ਬੱਚਾ ਨਾਲ ਕਰੋ ਅੱਜ ਕੱਲ ਬੱਚੇ ਪਰਸਾ ਟਾਈਮ ਨਹੀਂ ਹੈਗਾ ਸਰੋ ਕਰੋ ਕਰੋ ਕਹਿੰਦਾ ਹਿਸਾਬ ਹੈਗਾ ਪਾਜੀ ਬੱਚੇ ਨੂੰ ਇੱਕ ਚੀਜ਼ ਜ਼ਰੂਰ ਪਤਾ ਹੈਗਾ ਕਿ ਤੁਸੀਂ ਹੁਮੇ ਪਾਸ ਕੋਲ ਨਹੀਂ ਜਾਣਾ ਜੀਪੀ ਕੋਲ ਜਾਓ ਚਲੋ ਐਨੀਵੇ ਡਾਕਟਰੀ ਫੀਮ ਬੁਲਵ ਕਰ ਗਈ ਰਬ ਤੁਹਾਨੂੰ ਤੰਦਰੁਸਤ ਰੱਖੇ ਤਬ ਤੱਕ ਰਬ ਰੱਖਾ ਜੀ ਫਤਿਹ ਬੁਲਾਈਏ ਵਾਜਾ ਜੀ ਖਾਨ ਸਾਹਿਬ ਵਾਜਾ ਜੀ ਕੀ ਫਤਿਹ